चलाया गया कंजर दा हो तू नाल नहीं गया ओ साले हो आपां एयरपोर्ट ते खड़े जहाज हाँ एक एक करके सारे ने उड़ जाना ये बूथियां लटकाने वाली कड़ी गल है जशन तू बीयर लैके आ यार वो कड़ा साला उत्थे आपां नूं याद करदा हो कुकू भाई तुहानूं छड्ड के जाण नूं दिल नहीं करदा चल फिर मुड़ चलते हैं रहण दे व्याह शाह दा चक्कर छा कमलिया इस तो पहला कि तेरा माइंड चेंज हो जाए चढ़ जा जहाजे जाके ख्याल रखें अपना जाके कॉल कर दें सड़क पे साथ छड़ गया यार क्यों तू दी घर वाली सी उन्हों घर वाली लभ गई तो लैके उड गई एक दिन आपां भी लभ जाणगियां तो आप भी उड जाएंगे क्यों बलवान तू बोल दे नहीं ओ यार मैं नहीं ब्याह पूजा कराउणा है कुड़ी जिंदगी चाहिए नहीं यारी दोस्ती तो भरावां च फुट पै जांदी आ देखिया ना मेरा वड्डा भरा ब्याह होया नहीं तो भरजाई ऐ लैके उड गई उहनूं तू की जाने यार तू कदे घुट पीती नहीं तैनूं की पता पहले खुशी नूं दुगने करन दा एदू वधिया तरीका होर है ही नहींगा ते गम नूं गलत करन दा भी यार मैं तां ऐ कहना भी एक दिन ना एक जहाज लैंड करूं ते उहदे चो एक बहुत ही सोहनी पंजाबण जट्टी उतरू ਮੈਨੂੰ ਆਸਟ੍ਰੇਲੀਆ ਜਾਂ ਕੈਨੇਡਾ ਨਾਂ ਦੀ ਜੰਨਤ ਦੇ ਵਿੱਚ ਲੈ ਜਾਊਗੀ ਉਹ ਕੰਜਰੋ ਸੁਪਨਿਆਂ ਦੀ ਦੁਨੀਆਂ 'ਚ ਬਾਹਰ ਨਿਕਲੋ ਉਹ ਜੱਟੀ ਖਤਰਨਾਕ ਵੀ ਹੋ ਸਕਦੀ ਆ 28 ਕੁੜੀ ਦਾ 47 ਵੇਟ ਕੁੜੀ ਦਾ 47 ਵੇਟ ਕੀ ਗੱਲ ਲੱਗੀ ਆ ਜਿਹੜਾ ਕਹਿ ਰਿਹਾ ਸੀ ਲੱਕ 28 47 ਵੇਟ ਤੇਰੀ ਮਾਂ ਦਾ ਤਾਂ ਹੋਣਾ ਨਹੀਂ ਜ਼ਰੂਰ ਤੇਰੀ ਭੈਣ ਦਾ ਹੋਣਾ ਮੈਂ ਕੀ ਕੀਤੇ ਜੀ ਮਾਈ ਸੈਲਫ ਸ਼ੈਂਡੀ ਫਰਮ ਰਜੋਰੀ ਗਾਰਡਨ ਜੀ ਐਂਡ ਮਾਈ ਸੈਲਫ ਸਹਿਜ ਫਰਮ ਪਟਿਆਲਾ ਸਹਿਜ ਕਮ ਔਨ ਸਹਿਜ ਤੂੰ ਆ ਗਏ ਮੈਂ ਤਾਂ ਇਸੇ ਕਿ ਤੂੰ ਕੱਲ ਆਣਾ ਓਏ ਬੇਵਕੂਫ ਪੀਐਮ ਕਿਹਾ ਸੀ ਪੀਐਮ ਏਐਮ ਨਹੀਂ ਕਿਹਾ ਸੀਗਾ ਕੈਰੀ ਜੇ ਹੁਣ ਤੂੰ ਆਪਣੇ ਵਾਲਾਂ ਨੂੰ ਹੱਥ ਲੈ ਨਾ ਫਿਰ ਵੇਖ ਲਈ ਸਿਰਫ ਨਾ ਕੰਡਿਆਂ ਵਾਂਗੂ ਵਾਲ ਜੈਲ ਲਾ ਕੇ ਖੜੇ ਕਰਨੇ ਆਉਂਦੇ ਨੇ ਤੈਨੂੰ ਹੋਰ ਕੁਛ ਨਹੀਂ ਆਉਂਦਾ ਜਾਂਦਾ ਉਹ ਦੇਖ ਮੇਰੀ ਭੈਣ ਗੁੱਸਾ ਨਹੀਂ ਕਰਦਾ ਮਾਂ ਸਭ ਕਹਿੰਦੇ ਸ਼ਟ ਅਪ ਗੈਰੀ ਹੁਣ ਤੂੰ ਕੁਛ ਨਾ ਬੋਲ ਮੈਂ ਆ ਜਾਾਂਗੀ ਤੂੰ ਬਿਲਕੁਲ ਟੈਨਸ਼ਨ ਨਾ ਲੈ ਦਫਾ ਹੋ ਜਾ ਗੈਰੀ ਨਹੀਂ ਆਇਆ ਅਬੇ ਟੈਕਸੀ ਕਰਦੇ ਆ ਚੱਲ ਹਾਂ ਜਸ਼ਨ ਚੜਾ ਦਾ ਉਹਨੂੰ ਅਰੇ ਮੈਨੂੰ ਡਰਾਈਵਰ ਸਮਝਿਆ ਤੁਸੀਂ ਆਪ ਦਾਰੂ ਪੀ ਕੇ ਪੈ ਜਾਂਦੇ ਹੋ ਬੰਦੇ ਛੱਡਣ ਮੈਂ ਆਵਾਂ ਸਾਰੇ ਬਾਈ ਤੂੰ ਆਪ ਹੀ ਤਾਂ ਕਹਿੰਦਾ ਸੀ ਵੀ ਇੰਨੇ ਲੋਕਾਂ ਨੂੰ ਏਅਰਪੋਰਟ ਚੜਾਈਦਾ ਵੀ ਆਪਦੀ ਟੈਕਸੀ ਸਰਵਿਸ ਚਲਾ ਲਈਏ ਭਾਵੇਂ ਹਾਂ ਟੈਕਸੀ ਨਾ ਪਾਲਮਾ ਇੱਥੇ ਮੈਂ ਓਕੇ ਦਿਆ ਕਰਾਂ ਖੜ ਕੇ ਤੇ ਚਲੋ ਵੀ ਚਲੋ ਦਿੱਲੀ ਪੰਜਾਬ ਦਿੱਲੀ ਪੰਜਾਬ ਦਿੱਲੀ ਪੰਜਾਬ ਦਿੱਲੀ ਪੰਜਾਬ ਓਕੇ ਦਿਆ ਕਰਾਂ ਇੱਥੇ ਆ ਕੇ ਮੈਂ ਹਾਂਜੀ ਦਿੱਲੀ ਪੰਜਾਬ ਦਿੱਲੀ ਪੰਜਾਬ ਆਪਾਂ ਪੰਜਾਬ ਜਾਣਾ ਜਲਦੀ ਕਰੋ ਦੇਖੋ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ ਛੇਤੀ ਕਰੋ ਜਲਦੀ ਜਲਦੀ ਫੋਨ ਤੇ ਗੱਲ ਬਾਚੂ ਕਰ ਲਿਓ ਸਿੱਧੀ ਜੀ ਗੱਲ ਹੈਗੀ ਹੈ ਦੇਖੋ ਸਾਡੇ ਕੋਲ ਬਹੁਤ ਸਮਾਨ ਹੈਗਾ ਜਲਦੀ ਸਾਡਾ ਲਗੇਜ ਫੜੋ ਤੇ ਜਲਦੀ ਟੈਕਸੀ ਟੈਕਸੀ ਦਾ ਰੇਟ ਵੀ ਮੈਨੂੰ ਪਤਾ ਕਿੰਨਾ ਲੈਂਦੇ ਹੋ ਤੁਸੀਂ 12 ਰੁਪਏ ਪਰ ਕਿਲੋਮੀਟਰ ਮੈਂ ਤੁਹਾਨੂੰ ਟਿਪ ਵੀ ਦਵਾਂਗੀ ਤੁਸੀਂ ਗੱਲ ਸੁਣਦੇ ਹੋ ਨਾ ਕਿਸੇ ਦੀ ਸੁਣਨੀ ਹੈ ਜੇ ਸਿੱਧੀ ਜੀ ਗੱਲ ਹੈ ਪਤਾ ਹੈ ਤੁਸੀਂ ਟੈਕਸੀ ਡਰਾਈਵਰ ਹੋ ਤੁਸੀਂ ਟੈਕਸੀ ਤੇ ਜਾਣਾ ਤੁਸੀਂ ਪੰਜਾਬ ਜਾਣਾ ਅਸੀਂ ਪੰਜਾਬ ਜਾਣਾ ਪਟਿਆਲੇ ਅਸੀਂ ਜਾਣਾ ਆ ਸਾਡਾ ਲਗੇਜ ਚੱਲ ਲੈਣਾ ਸਮਾਨ ਮੈਂ ਡਰਾਈਵਰ ਲੱਗਦੇ ਹੋ ਜੀ ਉਹ ਵੀ ਸ਼ਕਲ ਤੂੰ ਜਲਦੀ ਕਰੋ ਹਾਂ ਵੀ ਜਸ਼ਨ ਸਾਡੇ ਦਿੱਲੀ ਪੰਜਾਬ ਵਾਲਾ ਕੰਮ ਅਜੇ ਸ਼ੁਰੂ ਵੀ ਨਹੀਂ ਕੀਤਾ ਪੈਸੰਜਰ ਤਾਂ ਆ ਵੀ ਗਏ ਵਧੀਆ ਗੱਲ ਆ ਬਾਈ ਰਾਜ ਜੀ ਲੱਗਿਆ ਰਹੂ ਪੈਸੇ ਠੋਕ ਕੇ ਲੈ ਲਈ ਬਾਈ ਜਮਾਂ ਠੋਕ ਕੇ ਹਾਂ ਜੋਨੀ ਵਾਕਰ ਦੀ ਬੋਤਲ ਬਣ ਜੂ ਹੈਲੋ ਤੁਸੀਂ ਨਾ ਆਪਣੀ ਡਰਾਈਵਿੰਗ ਵੱਲ ਧਿਆਨ ਦਿਓ ਪਲੀਜ਼ ਹਾਂ ਗਾਣੇ ਆਪਣੇ ਘਰ ਜਾ ਕੇ ਗਾਇਓ ਲੈ ਆ ਗਾਣੇ ਨੇ ਤਾਂ ਸਾਰਾ ਪੰਜਾਬ ਪੱਟਿਆ ਪਿਆ ਜੀ ਮੈਂ ਤਾਂ ਮੈਡਮ ਅਜੇ ਹੂੰ ਜੀ ਕੱਢੀ ਹੈ ਜੀ ਇਹ ਸਾਰਾ ਪੰਜਾਬ ਸੀੜੀਆਂ ਕਢਾਈ ਫਿਰਦਾ ਮੈਨੂੰ ਨਾ ਸਭ ਕੁਝ ਪਤਾ ਮੈਂ ਇੱਥੋਂ ਦੀ ਜੰਮ ਪਾਲਾਂ ਸਮਝ ਆਈ ਗੱਲ ਕੋਈ ਗੱਲ ਨਹੀਂ ਤੁਸੀਂ ਗਾਓ ਮੈਡਮ ਤੁਹਾਡੀ ਆਵਾਜ਼ ਨੂੰ ਕੀ ਹੋ ਗਿਆ ਜੀ ਹੁਣੇ ਤੁਸੀਂ ਹੋਰ ਤਰ੍ਹਾਂ ਬੋਲੀ ਜਾਂਦੇ ਸੀ ਹੁਣ ਹੋਰ ਤਰ੍ਹਾਂ ਬੋਲੀ ਜਾਂਦੇ ਹੋ ਮੈਂ ਕਹਿ ਰਹੀ ਆ ਮੈਡਮ ਆ ਪੰਜਾਬੀ ਤੁਸੀਂ ਬੋਲੀ ਉਹ ਵੀ ਇੰਨੀ ਵਧੀਆ ਹੈਲੋ
मेरी फ्रेंड नू बहुत वधिया पंजाबी आंदी है, समझ आई गल? कमाल हो गया जी। इस विच कमाल की है कि मैं पंजाबी नहीं बोल सकती? नहीं नहीं बोलो जी, जम जम बोलो, साडा तो सगो पंजाबी दा कोर स्रोता वध गया जी। ते फिर गल सुनाओ ना। जिन्ने प्यार नाल तुसी कह रहे हो जी, मैं तो सारी जिंदगी ढोलकी ते बैठा रहवां। कम ऑन गाना सुनाओ ना। ओके यारां दे यार हां, दुनिया दे सरदार हां, कर दे सब नू प्यार हां, कदी दिल ते गल न लाई। असी यारां दे यार हां, दुनिया दे सरदार हां, कर दे सब नू प्यार हां, कदी दिल ते गल न लाई। असी कम भी करिए खेतां विच, सरपंच बने पंचायतां विच हां। असी कम भी करिए खेतां विच, सरपंच बने पंचायतां विच, भावें रहिए असी वलायतां विच, भावें रहिए असी वलायतां विच, खाइए हक दी असी कमाई। असी यारां दे यार हां, दुनिया दे सरदार हां, कर दे सब नू प्यार हां, कदी दिल ते गल न लाई। असी यारां दे यार हां, दुनिया दे सरदार हां, कर दे सब नू प्यार हां, कदी दिल ते गल न लाई। पंजाबी कहिंदे ने ना, बड़ा फखर नाल लैंदे ने। ओ सानू लोक पंजाबी कहिंदे ने ना, बड़ा फखर नाल लैंदे ने, कई बांके गबरू कहिंदे ने, कई बांके गबरू कहिंदे ने, साडी जग दे उत्ते चढ़ाई। असी यारां दे यार हां, दुनिया दे सरदार हां, कर दे सब नू प्यार हां, कदी दिल ते गल न लाई। असी यारां दे यार हां, दुनिया दे सरदार हां, कर दे सब नू प्यार हां, कदी दिल ते गल न लाई, कदी दिल ते गल न लाई, ओ कदी दिल ते गल न लाई। सॉरी भैन, मैनूं ना डेट दी कन्फ्यूजन सी, मैनूं ए सी कि तू कल आउणा है, नहीं तां ओ तेरी भैन दी, तेरी भैन दी सहेली है, इन्हें इत्थे रहना? हां। ओ यस, किथे चलिया? थोड़ी जल लाया मां। जल ना ला, सामान ला, चल। तुहाडे किन्ने पैसे? ये तां जी फिर मेरे घरदिआं नूं पता होऊगा जी, किन्ने दा बेचणा है जी उहनां ने। नहीं नहीं, मेरा मतलब है तुहाडी टैक्सी दी किन्नी पेमेंट होई? केड़ी टैक्सी जी? एक्सक्यूज मी, ना तो मेरी टैक्सी है जी, ना मैं टैक्सी ड्राइवर है, ये मेरी पर्सनल कार है, मैं थोनू कटसी से छड़न आ गया जी इत्थे। हो ते कुड़ियां देखे मस्ती सुझ गई सीगी, ओदों तां बहुत समान चक चक के उत्ते रख रहे सी, ते हुण कह रहे हो कि ए गड्डी टैक्सी नहीं ते मैं टैक्सी ड्राइवर नहीं। वाह जी वाह, ए ना यही रीजन है कि तुसी बाहर दे लोग ना इंडिया आउण तों घबरांदे हो। क्यों? क्योंकि इत्थे इहो जिहे लोग मिलदे ने जिहड़े एक नंबर दे झूठे ते मकार हुंदे ने, चीट करदे फिरदे ने। मैं कुछ बोलना जी? मैनूं बोलन दा मतलब की गल है सच, प्लीज ए कुछ कहना चाहुंदा है, प्लीज एना दी गल ते सुन। तन है तू इंपोर्टेड देवी,
जिन्हें इस अदने जे भगत दीआं मनोभावनावां नूं समझिया और इस देसी देवी नूं चुप कराया, वरना देसी देवी ते माइक ही नहीं देंदी किसे नूं। हैलो, की कह रहे हो तुसी? सर जी, प्लीज लेट मी कंप्लीट फर्स्ट। आई एम नॉट अ टैक्सी ड्राइवर। पंजाबी यूनिवर्सिटी पटियाला तो एम ए ज्योग्राफी की कीती है, 27 किले पैली है, वाही खेती करते हैं जी। और मैं अपने दोस्त नूं एयरपोर्ट ते छड्डन गया सीगा, टैलीफोन ते मैं गल कर रहा सी, तुसी उत्थे मैनूं टैक्सी ड्राइवर समझ के फटाफट आके गड्डी च बह के मैं लै के आया। रस्ते च ना कोई बदतमीजी कीती तुहाडे नाल, ना तुहाडे कोई समान चोरी कीता, ना तुहाडे कोई पैसे चोरी कीते, किहदे करके तुसी मैनूं कह रहे हो मैं चीट करदा? तुसी जो मूंह चांदा बोली जांदे हो, किसे नूं तुसी बोलण नहीं दिंदे। वैसे तुहाडे वांगू इदां लगातार मैं वी बोल सकदा, हुण गल करो। यस, ए गवार वी नहीं कहा सी कि ये टैक्सी ड्राइवर है। सॉरी। मैं क्या सॉरी? यार दुनिया दी पहली औरत है जेड़ी सॉरी भी डांग ते रख के कहंदी है। हेलो, मैं औरत नहीं हां, कुड़ी हां। ओ अगेन सॉरी जी। देखो मैं थोनू औरत कहया ओदे लई भी सॉरी। मैं थोनू उत्थों एयरपोर्ट तों थोड़े घर लिया के ड्रॉप कीता, कटसी सेक ओदे लई भी सॉरी। जेड़ी फ्यूचर च किते गलतियां मेरे तों होणियां ओदे लई भी सॉरी। ठीक है जी। बाय द वे, आई एम एना। ओ माय सेल्फ कमलजीत सिंह। ਉਹ ਪਿਆਰ ਨਾਲ ਕੁੱਕੂ ਕਹਿੰਦੇ ਜੀ। ਕੁੱਕੂ? ਨਾ ਕੁੱਕੂ ਨਹੀਂ ਜੀ, ਕੁੱਕੂ। ਕੁੱਕੂ ਇੱਥੇ ਨਾਲੀ ਪਿੰਡ ਹੈ ਜੀ, ਅਮਾਮਪੁਰ, 12-13 ਕਿਲੋਮੀਟਰ ਦੂਰ ਹੈ ਜੀ। ਆਈ ਬੀ ਮੋਰ ਦੈਨ ਹੈਪੀ ਇਫ ਯੂ ਕਮ ਸਮ ਟਾਈਮ ਟੂ ਮਾਈ ਪਲੇਸ ਐਂਡ ਮਾਈ ਪੂਆ ਵਿਲ ਬੀ ਹੈਪੀ। ਪੂਆ? ਆਮ ਸੌਰੀ, ਮੈਂ ਬਹੁਤ ਲੇਟ ਹੋ ਗਿਆ। ਮੇਰੀ ਪੂਆ ਨੇ ਜਾਨ ਕੱਢ ਦੇਣੀ ਮੇਰੀ। ਮੇਰੀ ਪੂਆ ਬਹੁਤ ਕੱਬੀ ਹੈ, ਯੂ ਡੋਂਟ ਨੋ। ਕੱਬੀ? ਕੀ ਹੁੰਦਾ ਹੈ ਕਬੀ? ਮਤਲਬ ਕਬੀ 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 ਮੀਨਸ ਵੈਰੀ ਨਾਈਸ ਪਰਸਨ। ਹਾਂ, ਆ ਵੰਡਰਫੁਲ ਅਮੇਜ਼ਿੰਗ ਪਰਸਨ। ਹਾਂ, ਇਹੀ ਹੁੰਦਾ। ਓ ਓਕੇ ਓਕੇ, ਯੂ ਆਲਸੋ ਵੈਰੀ ਕਬੀ। ਅੱਛਾ ਜੀ, ਟੇਕ ਕੇਅਰ ਗਾਇਸ। ਸਹਿਜ, ਇਟਸ ਅ ਬਿਊਟੀਫੁਲ ਪਲੇਸ ਯਾਰ। ਐਨਾ, ਇਹ ਮੇਰਾ ਪਿੰਡ ਹੈ ਐਂਡ ਯੂ ਵਿਲ ਲਵ ਇਟ। ਸੀਰੀਅਸਲੀ, ਅਸੀਂ ਇੱਥੇ ਬਹੁਤ ਮਜ਼ੇ ਕਰਾਂਗੇ, ਚੱਲ ਚੱਲੀਏ। ਓਏ ਓਏ, ਸਾਲਾ ਕਿਹੜਾ ਮਰ ਗਿਆ ਤੁਹਾਡੇ ਚੋਂ? ਸਾਰੇ ਕਮਰੇ ਦਾ ਮਾਹੌਲ ਹੀ ਖਰਾਬ ਕਰਕੇ ਰੱਖਦਾ। ਪਹਿਲਾਂ ਸਾਲੇ ਮੁਰਗੇ ਖਾਈ ਜਾਂਦੇ ਨੇ, ਫਿਰ ਬਾਂਗਾਂ ਦੇ ਜਾਂਦੇ ਨੇ। ਓਏ ਖੜਾ ਹੋ ਤੂੰ, ਪੈ ਜਾਣ ਸਿਰ, ਕੀ ਕਰੀ ਜਾਂਦੇ? ਓਏ ਖੜਾ ਹੋ ਤੂੰ। ਕੀ ਆ ਯਾਰ, ਸਾਲਾ ਕੋਈ ਤੇਰੀ ਅੱਜ ਇੰਟਰਵਿਊ ਸ਼ਿੰਟਰਵਿਊ ਨਹੀਂ? ਤੂੰ ਜਾ ਆਪਦੀ ਸਿਹਤ ਬਣਾ, ਹੈਂ, ਸੌਣ ਦੇ ਸਾਨੂੰ, ਲਹੂ ਪੀ ਜਾਂਦਾ। ਉਹ ਸਿਆਣੇ ਕਹਿੰਦੇ ਨੇ ਵੀ ਬੰਦੇ ਨੂੰ ਉੱਠ ਕੇ ਕਸਰਤ ਕਰਨੀ ਚਾਹੀਦੀ ਆ, ਇਹਦੇ ਨਾਲ ਉਹਦੀ ਮਸ਼ੀਨਰੀ ਠੀਕ ਰਹਿੰਦੀ ਆ। ਤੇ ਜਨਾਬ ਇੱਥੇ ਪਏ ਨੇ। ਓ ਯਾਰ, ਤੂੰ ਆਪਦੀ ਮਸ਼ੀਨਰੀ ਠੀਕ ਕਰ, ਸਾਡੀ ਮਸ਼ੀਨਰੀ ਫਿੱਟ ਹੈਗੀ। ਉਹ ਸਾਲੇ ਜੀ, ਤੁਹਾਡਾ ਇਹੀ ਹਾਲ ਰਿਹਾ ਨਾ, ਤੁਹਾਡੇ ਪਟੇ ਕਮਾਣੀਆਂ ਫੇਲ ਹੋ ਜਾਣੇ ਨੇ। ਜੇ ਤੁਸੀਂ ਐਵੇਂ ਦਾਰੂ ਪੀਂਦੇ ਰਹੇ, ਤੁਹਾਡਾ ਜਿਗਰ ਖਰਾਬ ਹੋ ਜੂ, ਤੁਹਾਡਾ ਇੰਜਣ ਤੇਲ ਚੱਕ ਜੂ। ਉਹ ਤੂੰ ਜਸ਼ਨ, ਸਾਲਿਆ ਪੜ੍ਹ ਲਿਖ ਕੇ ਸਾਰੀਆਂ ਖੂਹ ਖਾਤੇ ਪਾਈਏ ਨਾ, ਤੂੰ ਤਾਂ ਕੁਛ ਸੋਚ। ਯਾਰ ਪਹਿਲਾਂ ਤੂੰ ਹੀ ਦਵਾ ਲਾ ਨੌਕਰੀ, ਹੈਂ, 150 ਇੰਟਰਵਿਊ ਦੇ ਲਈ, ਹਾਲੇ ਤੱਕ ਤਾਂ ਕੋਈ ਗੱਲ ਬਣੀ ਨਹੀਂ, ਸਿਫਾਰਿਸ਼ ਬਿਨਾ ਨਹੀਂ ਕੋਈ ਪੁੱਛਦਾ। ਓਏ ਤੂੰ ਜਗਤਾਰ, ਜਗਤਾਰ ਗੱਲ ਸੁਣ ਯਾਰ ਮੇਰੀ, ਤੂੰ ਕੁਛ ਬੰਦੇ ਪੈਦਾ ਹੁੰਦੇ ਨੇਗੇ ਐਸ਼ ਕਰਨ ਨੂੰ, ਹਾਂ, ਤੇ ਕੁਛ ਬੰਦੇ ਪੈਦਾ ਹੁੰਦੇ ਨੇ ਉਹਨਾਂ ਦੀ ਸੇਵਾ ਕਰਨ ਨੂੰ। ਆਹੋ, ਆਪੋ ਆਪਣੀ ਡਿਊਟੀ ਕਰੋ। ਸਾਲੇ ਖਟਮਲ ਕਿਸੇ ਥਾਂ ਤੇ, ਮੇਰਾ ਲਹੂ ਨਹੀਂ ਪੀ ਚੁੱਕਿਆ ਇਹਨਾਂ ਨੇ। ਇਹ ਯਾਰੀ ਵੀ ਬਹੁਤ ਮਾੜੀ ਚੀਜ਼ ਆ। ਆ ਬਈ, ਕਿੱਥੇ ਰਹਿਣਾ ਅੱਜ ਕੱਲ? ਤੇਰੀ ਬੁੜੀ ਨੂੰ ਪੁੱਛਿਆ, ਉਹ ਸਾਨੂੰ ਅੱਗੋਂ ਖਾਣ ਨੂੰ ਪਈ। ਵੈਸੇ ਤਾਂ ਭੂਆ ਮੇਰੀ, ਬਾਕੀ ਤੁਹਾਡੇ 'ਚ ਜੰਮਣ ਵਾਲੀ ਨੂੰ ਬੁੜੀ ਕਹਿੰਦੇ ਹੁੰਦੇ? ਕਰਮੇ ਬਾਈ, ਮਾਮਲਾ ਕੁਛ ਤੱਤਾ ਲੱਗਦਾ, ਠੰਡਾ ਕਰਨਾ ਪੈਣਾ। ਕੋਈ ਗੱਲ ਨਹੀਂ, ਪਾ ਦਿੰਦੇ ਇਹਦੇ ਰੇਡੀਏਟਰ 'ਚ ਵੀ ਪਾਣੀ, ਨਹੀਂ ਤਾਂ ਫਿਰ ਨਹਿਰ 'ਚ ਸੁੱਟ ਦਿਆਂਗੇ। ਹਾਂ ਬਾਈ, ਦੱਸ ਕੀ ਫੈਸਲਾ ਤੇਰਾ? ਫੈਸਲਾ ਮੇਰਾ ਉਹੀ ਹੈ ਜੀ ਜਿਹੜਾ ਪਹਿਲਾਂ ਸੀ। ਮੈਂ ਕਿਹੜਾ ਤਹਿਸੀਲਦਾਰ ਹਾਂ ਵੀ ਪੈਸੇ ਲੈ ਕੇ ਫੈਸਲਾ ਬਦਲ ਦੂੰ? ਉਹ ਗੱਲ ਸੁਣੋ ਮੇਰੀ, ਤੇਰੀ ਹਾਈਵੇ ਬਾਰੇ ਟੱਕ ਦੇ ਜੋ ਪੈਸੇ ਸਰਦਾਰ ਜੀ ਦੇ ਸਕਦੇ ਨੇ ਨਾ, ਕਿਸੇ ਨੇ ਨਹੀਂ ਦੇਣੇ। ਸਰਦਾਰ ਜੀ ਤਾਂ ਜੀਟੀ ਰੋਡ ਦੇ ਪੈਸੇ ਵੀ ਦੇ ਸਕਦੇ ਆ, ਗੌਰਮੈਂਟ ਵੇਚ ਦੂਗੀ। ਨਾ ਨਾ ਦੀ ਹਾਂ ਤਾਂ ਸਾਨੂੰ ਚੰਗੀ ਤਰ੍ਹਾਂ ਕਰਵਾਉਣੀ ਆਉਂਦੀ ਹੈ। ਹੈਲੋ, ਕਿੱਥੇ ਹੋ ਕੁੱਕੂ ਸਾਹਿਬ? ਮੈਂ ਇੱਧਰ ਕਰਮਾ ਬਾਈ ਆਇਆ ਸੀ। ਇਹਦੇ ਕੋਲ ਹੀ ਬੈਠੇ ਦੇ ਕੋਲ, ਗਧੇ ਦੇ ਪੁੱਤਰ ਕੋਲ। ਨਹੀਂ ਨਹੀਂ ਭਰਾ, ਆਪਣਾ ਭਰਾ ਤੇ ਹੈ, ਪਰ ਤੁਸੀਂ ਐ ਕਰੋ ਮੇਰੇ ਵੱਲ ਆਓ, ਆਪਾਂ ਕਿਤੇ ਕੰਮ ਜਾਣਾ। ਅੱਛਾ, ਮੈਂ ਪਰ ਕਰਮੇ ਬਾਈ ਨੂੰ ਨਾਲ ਹੀ ਲੈ ਆਵਾਂ? ਪਰੇ ਯਾਰ, ਇਹਨੂੰ ਸੁੱਟ ਟੱਠੇ ਖੋ ਵਿੱਚ, ਇਹ ਤਾਂ ਵਿਹਲਾ ਹੈ, ਨਾਲੇ ਇਹਨੂੰ ਸਾਨੂੰ ਵਿਹਲੇ ਰੱਖਣਾ, ਛੇਤੀ ਆਓ, ਨਾਲੇ ਸਕੰਜਰ ਨੂੰ ਨਾਲ ਲੈ ਲਿਆਇਓ। ਚਲੋ ਫਿਰ ਮੈਂ ਆਉਣਾ ਬਾਈ ਜੀ।
ਪਤਾ ਨਹੀਂ ਗਲਤੀ ਨਾਲ ਸਪੀਕਰ ਲੱਗਾ ਰਹਿ ਗਿਆ, ਆਫ ਹੀ ਨਹੀਂ ਕਰਨਾ ਆਉਂਦਾ। ਕੌਣ ਸੀ ਇਹ ਦੱਸ ਜਿਹੜਾ ਮੈਨੂੰ ਗਾਲਾਂ ਕੱਢੀ ਜਾਂਦਾ ਸੀਗਾ? ਚਲੋ ਛੱਡੋ ਜੀ, ਹੁਣ ਤੁਸੀਂ ਐਵੇਂ ਕਾਹਨੂੰ ਗਰਮ ਹੁੰਦੇ ਹੋ? ਉਹ ਦਰਅਸਲ ਉਹਨੂੰ ਪਤਾ ਨਹੀਂ ਸੀ ਸਪੀਕਰ ਲੱਗਾ ਹੋਇਆ, ਹੁਣ ਤੁਹਾਨੂੰ ਪਿੱਠ ਪਿੱਛੇ ਤਾਂ ਸਾਰੇ ਗਾਲਾਂ ਕੱਢਦੇ ਆ, ਉਹ ਮੂੰਹ ਤੋਂ ਹੀ ਕੱਢੀ ਗਿਆ ਜੀ। ਤੂੰ ਇਹਦਾ ਨਾਂ ਦੱਸ ਓਏ, ਨਾਂ ਦੱਸ, ਨਹੀਂ ਤਾਂ ਤੇਰਾ ਮੱਕੂ ਠੱਪ ਦੇਣਾ ਵਾ। ਮੇਰੇ ਨਾਲ ਕਾਹਨੂੰ ਤੁਸੀਂ ਗਰਮ ਹੁੰਦੇ ਹੋ? ਨੰਬਰ ਲੈ ਲਓ ਇਹਦਾ, ਹੋਰ ਕੀ ਹੈ? ਹਾਂ, ਨੰਬਰ ਦੱਸ। 140 720 10 720 10 ਜਗਤਾਰ ਨਾਮ ਹੈ ਜੀ। ਜਗਤਾਰ ਬੋਲ ਰਿਹਾ। ਓਏ ਤੂੰ ਮੈਨੂੰ ਗਾਲਾਂ ਕੱਢ ਰਿਹਾ, ਮੈਨੂੰ ਜਾਣਦਾ ਨਹੀਂ ਸੂਰਦਿਆ ਹੱਡਾ? ਜੇ ਆਪਦੇ ਅਸਲੀ ਪਿਓ ਦਾ ਪੁੱਤ ਨਾ ਤਾਂ ਮੇਰੇ ਆਹਮਣੇ ਸਾਹਮਣੇ ਹੋ। ਕੌਣ ਬੋਲ ਰਿਹਾ ਤੂੰ? ਨਾ ਮੈਂ ਕਰਮਾ ਬੋਲਦਾ, ਕਰਮਾ ਜਿਹਨੂੰ ਹੁਣੇ ਤੂੰ ਗਾਲਾਂ ਕੱਢੀਆਂ ਸੀ। ਜੇ ਆਪਦੀ ਮਾਂ ਦਾ ਦੁੱਧ ਪੀਤਾ ਨਾ ਤਾਂ ਅੱਧੇ ਘੰਟੇ ਬਾਅਦ ਸਟੇਡੀਅਮ ਦੇ ਵਿੱਚ ਮਿਲ ਮੈਨੂੰ। ਦੇਖ ਜੇ ਤੇਰਾ ਇੰਜਣ ਤੇਲ ਚੱਕਦਾ ਤੇ ਜੇ ਮੇਰਾ ਕੀ ਕਸੂਰ? ਮੇਰਾ ਕੰਮ ਤਾਂ ਗੱਡੀ ਦੀ ਸਰਵਿਸ ਕਰਨਾ ਹੈ। ਤੂੰ ਫੋਨ ਕੱਟ, ਯਾਰ ਆਇਆ ਲੈ। ਮਾਹੌਲ ਕੁਛ ਠੀਕ ਨਹੀਂ ਲੱਗਦਾ, ਠੋਲੇ ਛੋਲੇ ਖਰਾਬ ਕਰਨਗੇ। ਸਕੂਲ ਤੋਂ ਬਾਅਦ ਤਾਂ ਮੈਂ ਕਿਤੇ ਕੁੱਟ ਵੀ ਨਹੀਂ ਖਾਈ। ਕੀ ਕਰੀਏ, ਨਿਕਲ ਚੱਲੀਏ ਬਹਿ ਬਹਿ ਕੇ? ਛੇਤੀ ਕਰੋ। ਹੈਲੋ, ਭੱਜਣ ਦਾ ਖਿਆਲ ਦਿਮਾਗ 'ਚੋਂ ਕੱਢ ਦਿਓ। ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ। ਬਾਈ ਜੀ, ਆਪਣੇ ਕਰਮੇ ਬਹਿਣ ਦਾ ਮਜ਼ਾਕ ਕਰਨ ਦੀ ਬਹੁਤ ਆਦਤ। ਦੱਸ ਬਾਈ। ਹਾਂ ਬਾਈ ਜੀ, ਮੈਂ ਤਾਂ ਜੀ ਤੁਹਾਡੇ ਨਾਲ ਐਵੇਂ ਛੇੜਾਂ ਕਰਦਾ ਸੀਗਾ ਜੀ। ਵੈਸੇ ਅਸੀਂ ਸਾਰੇ ਜਾਣੇ ਨਾ ਜੀ ਹਿੰਸਾ ਦੇ ਪੁਜਾਰੀ ਹਾਂ ਜੀ, ਹਿੰਸਾ ਦੇ ਭਾਈ ਜੀ। ਪਰ ਮੈਨੂੰ ਮਜ਼ਾਕ ਪਸੰਦ ਨਹੀਂ, ਪਹਿਲ ਕਰੀ ਦੀ ਨਹੀਂ। ਅਤੇ ਜੇ ਕੋਈ ਖੁਦ ਪੰਗਾ ਲਵੇ ਫਿਰ ਬਿਨਾਂ ਸਰਵਿਸ ਕੀਤੇ ਜਾਣ ਦੇਈਦਾ ਨਹੀਂ। ਬੋਲੋ, ਇਕੱਠੇ ਭਿੜੋਂਗੇ ਜਾਂ ਫਿਰ ਇਕੱਲਾ ਇਕੱਲਾ? ਤੂੰ ਚੱਲ, ਖਾ ਖਾ ਫਿੱਟੀ ਜਾਂਦਾ ਵਾ, ਚੱਲ ਭਲਵਾਨਾ, ਖਾ ਖਾ ਕੇ ਬੋਡੀ ਬਣਾਈ ਆ, ਚੱਲ ਹੁਣ। ਤੂੰ ਆ ਜਾ ਕਰਮ ਸਿੰਘ ਸੰਧੂ। ਭਾਈ ਜੀ, ਮੈਂ ਤਾਂ ਜੀ ਕੁੱਤਾ। ਬਾਈ ਜੀ, ਪਟਾ ਲਿਆਓ, ਗੱਲ 'ਚ ਪਾਓ ਤੇ ਪਾਲ ਲਓ ਜੀ। ਕੁੱਤੇ ਰੱਖਣ ਦਾ ਸ਼ੌਕ ਤਾਂ ਮੈਨੂੰ ਵੀ ਬਹੁਤ ਆ, ਪਰ ਸਾਲਿਆ ਤੇਰੀ ਨਸਲ ਚੰਗੀ ਨਹੀਂ, ਖੜ ਤੇਰੀ ਕੁਤੀੜ ਦੀ। ਵੇਖ ਪੁੱਤ, ਮੈਂ ਕਹਿੰਦੀ ਹਾਂ ਆਪਾਂ ਉਹ ਜ਼ਮੀਨ ਵੇਚ ਹੀ ਦਈਏ, ਉਹਦੇ ਬਦਲੇ ਆਪਾਂ ਇਸ ਪਾਸੇ ਹੋਰ ਜ਼ਮੀਨ ਖਰੀਦ ਲਾਂਗੇ। ਤਾਂ ਕੱਲ੍ਹ ਨੂੰ ਇਸ ਪਾਸੇ ਜ਼ਮੀਨ ਪਸੰਦ ਆ ਗਈ ਤਾਂ ਅਸੀਂ ਉਸ ਪਾਸੇ ਖਰੀਦ ਲਾਂਗੇ। ਮਤਲਬ ਉਹ ਮਦਾਰੀ ਹੋ ਗਿਆ ਤਾਂ ਅਸੀਂ ਬਾਂਦਰ ਹੋ ਗਏ, ਜਿਵੇਂ ਨਚਾਈ ਜਾਵੇ ਨੱਚੀ ਜਾਈਏ। ਹੈਂ, ਸਾਡੇ ਮਾਲ 'ਤੇ ਸ਼ਾਪਿੰਗ ਮਾਲ ਬਣਾਉਣਾ ਚਾਹੁੰਦਾ ਸਾਲਾ, ਬਣਾਉਣ ਦੇ ਨਾ ਉਹਨੂੰ ਮੈਂ ਵੱਢ ਨਾ ਦਊਂ। ਆਹੋ, ਪਹਿਲਾਂ ਤੇਰੇ ਮਾਂ ਬਾਪ ਚਲੇ ਗਏ, ਹੁਣ ਤੂੰ ਆ ਪੁੱਠੀਆਂ ਜਿਹੀਆਂ ਗੱਲਾਂ ਕਰੀ ਜਾਂਦਾ। ਮੈਂ ਆਪਣੀ ਸਾਰੀ ਜ਼ਿੰਦਗੀ ਤੇਰੇ 'ਤੇ ਵਿੰਨੀ ਦੇ ਲੇਖੇ ਲਾ ਦਿੱਤੀ, ਨਾ ਕਾਹਦੇ ਲਈ ਆਹ ਦਿਨ ਵੇਖਣ ਨੂੰ। ਤੈਨੂੰ ਕਿੰਨੀ ਵਾਰੀ ਕਿਹਾ ਭੂਆ ਵੀ ਏਕਤਾ ਕਪੂਰ ਦੇ ਸੀਰੀਅਲ ਨਾ ਦੇਖਿਆ ਕਰ, ਮਿੰਟ 'ਚ ਇਮੋਸ਼ਨਲ ਹੁੰਦੀ ਆ ਤੂੰ। ਹੈਂ, ਨਾ ਉਹਨਾਂ ਦਾ ਧੱਕਾ ਵੀ ਚੱਲ ਜਾ, ਸਾਡਾ ਕਾਨੂੰਨ ਵੀ ਨਾ ਚੱਲੇ। ਇਹ ਤਾਂ ਉਹ ਗੱਲ ਹੋ ਗਈ ਨਾ ਜੀ, ਵੀ ਤੁਹਾਡੀ ਅੱਖ ਅੱਖ ਤਾਂ ਸਾਡੀ ਅੱਖ ਡੇਲਾ। ਆਹੋ, ਸਿਆਣਾ ਹੋ ਗਿਆ ਹੁਣ ਤੂੰ, ਤੈਨੂੰ ਮੇਰੀ ਲੋੜ ਨਹੀਂ ਹੈ, ਖਰੀ ਜਾਂਦੀਆਂ। ਜੇ ਤੈਨੂੰ ਵਿਆਹ ਨੂੰ ਕਹਿੰਦੀ ਹੈ ਤਾਂ ਉਹਦੇ ਲਈ ਨਹੀਂ ਤੂੰ ਮੰਨਦਾ। ਤੇ ਭੂਆ ਪਹਿਲਾਂ ਬਿੰਨੀ ਦਾ ਕਰਦੇ ਆਪਾਂ, ਬਿੰਨੀ ਦੇ ਹੱਥ ਪੀਲੇ ਕਰਨ ਵਾਲਿਆ ਤੇ ਮੇਰੇ ਤਾਂ ਹੱਥ ਵਿੱਚ ਵਿਆਹ ਦੀ ਲਕੀਰ ਹੀ ਹੈ ਨਹੀਂ। ਅਜੇ ਮੈਂ ਹੋਰ ਸੋਚਦਾ ਭੂਆ, ਪਹਿਲਾਂ ਆਪਾਂ ਇੱਕ ਅੱਛਾ ਜਿਹਾ, ਸੋਹਣਾ ਜਿਹਾ, ਸੁੰਦਰ ਜਿਹਾ, ਪਿਆਰਾ ਜਿਹਾ ਫੁੱਫੜ ਨਾ ਲੱਭ ਲਈਏ। ਛੇੜ ਜਾ ਮਰ ਜਾਣਾ ਕਿਸੇ ਥਾਂ ਦੇ ਡਰਾਮੇ ਬਾਜ ਨਾ ਹੋਵੇ ਤਾਂ। ਸ਼ਾਬਾਸ਼ ਹੋ ਮੇਰੇ ਸ਼ੇਰੋ, ਉਹ ਕਹਿ ਜੀਆਂ ਸ਼ਕਲਾਂ ਬਣਾ ਕੇ ਖੜੇ ਹੋ ਮੇਰੇ ਸਾਹਮਣੇ, ਉਹ ਤੈਨੂੰ ਸ਼ਰਮ ਨਹੀਂ ਆਉਂਦੀ? ਇੱਧਰ ਕਰੀਂ, ਇਹ ਸਾਲੇ ਕਿਵੇਂ ਥੋਬੜੇ ਬਣਾ ਕੇ ਆਏ ਨੇ। ਭਾਈ ਜੀ, ਇਹਦੇ ਮੂੰਹ 'ਤੇ ਤਾਂ ਕੋਈ ਇਹੋ ਜਿਹੀ ਥੌਮ ਵੀ ਨਹੀਂ ਬਚੀ ਜਿੱਥੇ ਮੈਂ ਛਿੱਤਰ ਮਾਰ ਸਕਾਂ। ਇੱਕ
दो तीन चार सारे बाकी दो कितने हुए? ओ भाई जी बाकी जे दो जने जी हस्पताल दाखल आने जी हस तू साले सबूत ही पर तू मैं थोनू किसी खास काम लई भेजा सी ते तुसी कुट खा के आ गए भाई जी गए ता सारे असी कुक्कू वाली सी जी पर उन्हें पता नहीं सानू केड़े चक्करां चल जाता जी अच्छा उन्हें चक्करां चल जाता ते तुसी अड़ज गए थोड़ा अपना दिमाग तो कोई है नहीं मैं तो घर गया सीगा मिलन वास्ते उत्थे पता लग्या कि फार्म हाउस ते है हुकम दसो की सेवा करा मैं सोचा तुसी भी इन्हां दे दर्शन कर लूं वाह भाई वाह लगदा चंगी सेवा हुई है इन्हां दी बेटा कोई दंदुन तर नहीं टूटिया थानेदार ओ बंदे अंदर होने चाहिए जिन्होंने ये काम किया सरदार साहब पहला माड़ा जा मेरे दिमाग ते चानना तो पाओ कि ए पंगा इन्होंने लिया किस तरह ते जे इन्होंने ये बूथियां तुड़ाई लिया सी तो पहला सीधा मेरे को आंदे ਆਪਾਂ ਇਹਨਾਂ ਦਾ ਮੈਡੀਕਲ ਕਰਵਾਉਂਦੇ ਕੋਈ FIR ਦਰਜ ਕਰਦੇ ਬਾਲੀ ਜਬਲੀਆਂ ਨਾ ਮਾਰ ਮੈਡੀਕਲ ਰਿਪੋਰਟ ਮਿਲ ਜੂਗੀ ਉਹ ਬੰਦੇ ਅੰਦਰ ਹੋਣੇ ਚਾਹੀਦੇ ਆ ਬਾਈ ਜੀ ਆਪਣੇ ਵਾਲਾ ਮਸਲਾ ਨਾ ਖਬਰਾਂ 'ਚ ਆ ਗਿਆ ਆਪਣਾ ਤਾਂ ਬਣਦਾ ਕੰਮ ਵਿਗੜ ਜੂਗਾ ਆ ਟੈਲੀਵਿਜ਼ਨ ਵਾਲੇ ਤਾਂ ਸਾਲੇ ਖਬਰਾਂ ਭਾਲਦੇ ਫਿਰਦੇ ਆ ਬਾਈ ਨਾਲੇ ਜੇ ਕੁੱਕੂ ਨੇ ਬਿਆਨ ਦੇ ਤਾ ਨਾ ਵੀ ਮੇਰੀ ਜ਼ਮੀਨ ਧੱਕੇ ਨਾਲ ਖਰੀਦਣ ਨੂੰ ਫਿਰਦੇ ਅਗਲੇ ਫਿਰ ਆਪਣਾ ਗੱਲ ਤਾਂ ਨਿਬੜ ਜੂ ਨਾ ਗੱਲ ਤਾਂ ਤੇਰੀ ਠੀਕ ਆ ਚਲੋ ਕੋਈ ਗੱਲ ਹੈ जे सरदार जी खातर माड़ी मोटियां सट्टां खानियां भी पै गईं तो की हो गया हैं चलो शाबाश चलो चलो लैन बना के चलो शाबाश शाबाश दूध च हल्दी पा के जरूर पी लियो चंगा फिर मैं चलना सरदार जी देखिए अपने हाथ की चमड़ी ना रगड़ ली ਦਰਸ਼ਨ ਸਿੰਘ ਇਹਨੂੰ 5000 ਰੁਪਏ ਦੇ ਐ ਰਹਿਣ ਦੋ ਮੈਂ ਗਿਣ ਲਾਂਗਾ ਆਪੇ ਤੁਸੀਂ ਕਾਹਨੂੰ ਖੇਚਲ ਕਰਦੇ 1 2 3 4 5 6 7 8 9 10 ਆ ਤੁਹਾਡੇ ਵੱਲੋਂ ਥੈਂਕ ਯੂ ਨਾਲ ਗੱਲ ਸੁਣ ਜੀ ਉਹ ਕੁੱਕੂ ਨੂੰ ਲਾਈਨ ਤੇ ਲੈ ਕੇ ਆ ਗੱਲ ਹੀ ਕੋਈ ਨਹੀਂ ਸਰਦਾਰ ਸਾਹਿਬ ਗੱਲ ਹੀ ਕੋਈ ਨਹੀਂ ਪੂਰੇ 1000 ਕਮੀਣੇ ਮਰੇ ਸੀਗੇ ਤਾਂ ਇਹ ਉਜਾਗਰ ਜੰਮਿਆ ਸੀਗਾ ਚੰਗਾ ਫਿਰ ਸਤਿ ਸ੍ਰੀ ਅਕਾਲ ਐਂਡ ਕਾਪੀ ਟੂ ਆਲ ਮੇਰਾ ਮਗਰਮੱਛ ਹੈ ਸਾਲਾ ਮੈਨੂੰ ਤੇ ਜਮਾ ਭਰੋਸਾ ਨਹੀਂ ਬਾਈ ਦੇਖ ਲਿਓ ਇੱਕ ਦਿਨ ਆਪਣੀ ਜੋੜਾ 'ਚ ਬੈਠੂਗਾ ਉਹ ਸਾਰੇ ਕਟੀਆ ਤੇ ਗੰਦੇ ਕੰਮ ਆਪਾਂ ਤਾਂ ਨਹੀਂ ਕਰ ਸਕਦੇ ਇਹੋ ਜਿਹੇ ਬੰਦੇ ਵੀ ਚਾਹੀਦੇ ਹੁੰਦੇ ਆ ਪਾਪਾ ਤੁਸੀਂ ਇਹ ਸੋਚ ਵੀ ਕਿਵੇਂ ਲਿਆ ਕਿ ਮੈਂ ਕਿਸੇ ਵੀ ਮੁੰਡੇ ਨਾਲ ਵਿਆਹ ਕਰ ਲਾਂਗੀ ਕਿਉਂ ਤੂੰ ਵਿਆਹ ਕਰਾਉਣਾ ਹੀ ਨਹੀਂ ਤੇਰੀ ਹੁਣ ਵਿਆਹ ਦੀ ਉਮਰ ਹੈ ਸਾਰੇ ਰਿਸ਼ਤੇਦਾਰ ਹੁਣ ਤੱਕ ਮੈਨੂੰ ਕਹਿ ਰਹੇ ਆ ਕੁੜੀ ਨੂੰ ਇਕੱਲੀ ਨੂੰ ਬਾਹਰ ਭੇਜ ਦਿੱਤਾ ਪਾਪਾ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਵਿਆਹ ਨਹੀਂ ਕਰਾਉਣਾ ਪਰ ਇਸ ਤਰ੍ਹਾਂ ਕਿਸੇ ਅਣਜਾਣ ਮੁੰਡੇ ਨਾਲ ਮੈਂ ਵਿਆਹ ਨਹੀਂ ਕਰਾਵਾਂਗੀ ਮੰਮਾ ਤੁਸੀਂ ਚੁੱਪ ਕਿਉਂ ਕੁਛ ਤਾਂ ਕਹੋ ਦੇਖੋ ਜੀ ਕੁੜੀ ਕੱਲ੍ਹ ਹੀ ਤਾਂ ਆਈ ਹੈ ਅਤੇ ਹੁਣੇ ਤੁਸੀਂ ਇਹਦੇ ਪਿੱਛੇ ਪੈ ਗਏ ਹੋ ਨਾਲੇ ਹੌਲੀ ਬੋਲੋ ਸਹਿਜ ਦੀ ਸਹੇਲੀ ਸੁਣੂਗੀ ਤਾਂ ਕੀ ਸੋਚੂਗੀ ਕਿਉਂ ਬਾਹਰ ਉੱਥੇ ਵਿਆਹ ਨਹੀਂ ਹੁੰਦੇ ਮੈਂ ਤੈਨੂੰ ਭੇਜਣ ਦੇ ਹੱਕ 'ਚ ਨਹੀਂ ਸੀ ਸਿਰਫ ਤੇਰੇ ਜ਼ੋਰ ਪਾਉਣ 'ਤੇ ਭੇਜਿਆ ਇਹਨੂੰ ਮੈਂ ਹੁਣ ਜੇ ਕੈਨੇਡਾ ਜਾਊਗੀ ਨਾ ਤਾਂ ਸਿਰਫ ਵਿਆਹ ਕਰਾ ਕੇ ਜਾਊਗੀ ਪਾਪਾ ਪਰ ਇਹ ਵੀ ਗੱਲ ਪੱਕੀ ਹੈ ਏਦਾਂ ਮੈਂ ਵੀ ਵਿਆਹ ਨਹੀਂ ਕਰਾਂਗੀ ਕੀ ਕਿਹਾ ਤਾਂ ਫਿਰ ਮੇਰੀ ਵੀ ਪੱਕੀ ਗੱਲ ਸੁਣ ਲੈ ਜੇ ਤੂੰ ਐਤਕੀ ਕੈਨੇਡਾ ਜਾਏਗੀ ਨਾ ਤਾਂ ਮੇਰੇ ਪਸੰਦ ਕੀਤੇ ਮੁੰਡੇ ਨਾਲ ਵਿਆਹ ਕਰਾ ਕੇ ਜਾਏਗੀ ਇੱਦਾਂ ਭੁੱਲ ਜਾ ਕੈਨੇਡਾ ਕਨੂਡਾ ਗੱਲ
ਕੱਲ ਨੂੰ ਸਿੱਧੂ ਸਾਹਿਬ ਤੇ ਉਹਨਾਂ ਦਾ ਮੁੰਡਾ ਘਰੇ ਆ ਰਿਹਾ। ਮੈਂ ਨਹੀਂ ਚਾਹੁੰਦਾ ਕੋਈ ਪੰਗਾ ਖੜਾ ਹੋਵੇ। ਸਾਹਿਬ ਪਾਪਾ ਨੇ ਤੇਰੇ ਵਾਸਤੇ ਕਈ ਮੁੰਡੇ ਦੇਖੀ ਫਿਰਦੇ ਆ ਜਿਹੜੇ ਬਾਹਰ ਜਾਣ ਵਾਸਤੇ 30-35 ਲੱਖ ਰੁਪਇਆ ਚੁੱਕੀ ਫਿਰਦੇ ਆ। ਉਹ ਤੂੰ ਚੁੱਪ ਕਰ ਓਏ, ਐਵੇਂ ਨਾ ਬਲਦੀ ਤੇ ਤੇਲ ਪਾਈ ਜਾ। ਬਲਦੀ ਤੇ ਤੇਲ ਪਾਈ ਜਾ। ਮੰਮਾ ਕੀ ਇਹ ਗੱਲ ਸੱਚ ਹੈ ਕਿ ਪਾਪਾ ਮੇਰੇ ਰਿਸ਼ਤੇ ਲਈ ਪੈਸਿਆਂ ਦੀ ਗੱਲਬਾਤ ਕਰ ਰਹੇ ਨੇ? ਸਹਿਜ ਪੁੱਤ ਤੂੰ ਛੱਡ ਇਹਨਾਂ ਗੱਲਾਂ ਨੂੰ, ਹੈ ਤੂੰ ਜਾ ਉੱਪਰ ਜਾ ਆਪਦੀ ਸਹੇਲੀ ਦੇ ਕੋਲ। ਇਹਦਾ ਮਤਲਬ ਇਹ ਗੱਲ ਸੱਚ ਹੈ। ਪੁਰਾਣੇ ਜ਼ਮਾਨੇ ਵਿੱਚ ਨਾ ਲੋਕ ਆਪਣੀ ਧੀਆਂ ਦਾ ਸੌਦਾ ਕਰਦੇ ਸੀ ਜਾਂ ਗਰੀਬ ਲੋਕ ਆਪਣੀ ਧੀਆਂ ਨੂੰ ਵੇਚਦੇ ਸੀ, ਪਰ ਮੇਰੇ ਪਾਪਾ ਕਮਾਲ ਨੇ। ਨਹੀਂ ਨਹੀਂ ਤੇ ਇਹ ਗੱਲ ਨਹੀਂ ਹੈ। ਜੇ ਇਹ ਗੱਲ ਨਹੀਂ ਹੈ ਨਾ ਮੰਮਾ ਤੇ ਰੱਖੋ ਮੇਰੇ ਸਿਰ ਤੇ ਹੱਥ ਤੇ ਕਹੋ ਜੋ ਗਹਿਰੀ ਕਹਿ ਰਿਹਾ ਝੂਠ ਹੈ। ਰੱਖੋ, ਲੱਗ ਗਿਆ ਪਤਾ ਮੈਨੂੰ। ਤੈਨੂੰ ਨੌਕਰ ਕਹਿਣਗੇ ਫਾਇਦਾ ਕੋਈ? ਉਹ ਮਹਾਰਾਜਾ ਪਟਿਆਲਾ, ਇਹ ਸਪਨੇ ਦੀ ਦੁਨੀਆ 'ਚ ਬਾਹਰ ਆਓ ਤੇ ਧਰਤੀ ਨੂੰ ਪੈਰ ਲਾਓ। ਆ ਲਾ ਤੇ ਹੁਣ ਤੁਸੀਂ ਪੀਜ਼ੇ ਵਾਲਿਆਂ ਨੂੰ ਫੋਨ ਲਾਓ, ਪਲੀਜ਼, ਵੀ ਆਰ ਵੈਰੀ ਵੈਰੀ ਹੰਗਰੀ। ਕਾਲ ਤੁਸੀਂ ਸਾਲੇ ਐਂ ਕਰੋ, ਮੈਨੂੰ ਭੁੰਨ ਕੇ ਲੂਣ ਲਾ ਕੇ ਖਾ ਜਾਓ। ਭਿੰਡਣ ਕਿਸੇ ਥਾਂ ਦੇ ਐਨਾ ਆਪਣਾ ਲਗੇਜ ਪੈਕ ਕਰ ਲੈ। ਵਾਈ ਜਸ ਲੈਂਡਡ ਯੈਸਟਰਡੇ, ਅੱਜ ਵੀ ਜੈਟ ਲੈਗ ਵੀ ਨਹੀਂ ਉੱਠ ਰਹੇ ਆ। ਔਰ ਮੈਂ ਆਪਣਾ ਬੈਗ 'ਚ ਪੂਰਾ ਖੋਲ ਲਿਆ ਵੀ ਨਹੀਂ, ਫਿਰ ਤਾਂ ਹੋਰ ਵੀ ਵਧੀਆ ਗੱਲ ਹੈ, ਖੋਲਣ ਦੀ ਲੋੜ ਵੀ ਨਹੀਂ। ਓਕੇ, ਇਫ ਯੂ ਆਰ ਅਨਕੰਫਰਟੇਬਲ ਆਈ ਮੂਵ ਟੂ ਹੋਟਲ। ਉਹ ਯਾਰ ਕਿਹੋ ਜਿਹੀ ਗੱਲ ਕਰ ਰਹੀ ਹੈ, ਮੈਂ ਹੀ ਤਾਂ ਤੈਨੂੰ ਇੰਡੀਆ ਲੈ ਕੇ ਆਈ ਹਾਂ। ਦਰਅਸਲ ਗੱਲ ਹੈ ਕਿ ਆਪਾਂ ਦੋਵੇਂ ਘਰ ਤੋਂ ਗੁੰਮ ਹੋ ਰਹੇ ਹਾਂ। We are running away. Achha. What? Theek hai ja? Chup chup. We are vanishing. Bach rahe ho? Why? I'll tell you. Mere dad meri marzi to khilaf mera vyah kar rahe ne. Unhone lambi line lai hui hai mundiyan di. Je main itthe rahi na, oh mera vyah pakka kar denge. Par oh kis tarah ke inch kar sakte ne? He can do it. Oh, tenu force nahi kar sakte. I go and set him right. Oh. ਬੈਠ ਜਾ, ਮੇਰੇ ਡੈਡ ਨੂੰ ਲਾਲਚ ਆ ਗਿਆ। ਜਿਸ ਵੀ ਮੁੰਡੇ ਦੀ ਫੈਮਿਲੀ ਉਹਨਾਂ ਨੂੰ 30-40 ਲੱਖ ਦੇਗੀ, ਮਤਲਬ 3-4 ਮਿਲੀਅਨਸ, ਮੇਰੇ ਡੈਡ ਉਹਦੇ ਨਾਲ ਮੇਰਾ ਵਿਆਹ ਕਰ ਦੇਣਗੇ। ਇਟਸ ਕ੍ਰੇਜ਼ੀ। ਲੈਟ ਮੀ ਟਾਕ ਟੂ ਯੋਰ ਫਾਦਰ, ਮੈਂ ਉਸਨੂੰ ਸਿੱਧਾ ਕਰ ਦੇਵਾਂਗੀ। ਓਹੋ ਐਨਾ ਤੂੰ ਨਹੀਂ ਸਮਝਾ ਸਕਦੀ, ਅਸੀਂ ਬਸ ਇੱਥੋਂ ਕੱਲ੍ਹ ਭੱਜ ਰਹੇ ਹਾਂ। ਗੱਲ ਸੁਣ, ਕੱਲ੍ਹ ਸਵੇਰੇ ਗੈਰੀ ਸਾਡਾ ਸਮਾਨ ਲੈ ਕੇ ਪਹਿਲਾਂ ਹੀ ਘਰ ਤੋਂ ਬਾਹਰ ਹੋਵੇਗਾ। ਅਸੀਂ ਸਿਰਫ ਘਰ ਦੀ ਪਿਛਲੀ ਕੰਧ ਤੱਪ ਕੇ ਇੱਥੋਂ ਖਿਸਕਣਾ ਹੈ। ਕੰਧ? ਵਾਲ ਮਤਲਬ ਦੀਵਾਰ। ਇਟ ਸਾਊਂਡਸ ਲਾਈਕ ਐਨ ਇੰਡੀਅਨ ਮੂਵੀ। ਇੰਡੀਅਨ ਮੂਵੀ ਵਿੱਚ ਹੀਰੋਇਨ ਆਪਣੇ ਘਰ ਤੋਂ ਇਸੇ ਤਰ੍ਹਾਂ ਐਸਕੇਪ ਕਰਦੀ ਹੈ। ਗੁੱਡ, ਵੈਰੀ ਐਕਸਾਈਟਿੰਗ। ਬਚ ਬਚ ਕੇ ਚੱਲ ਮੁੰਡਿਆ, ਕਿਧਰੇ ਡੈਡੀ ਨਾ ਆਇਆ। ਗੈਰੀ, ਉਹ ਕਿੱਥੇ ਚੱਲਿਆ ਸਵੇਰੇ ਸਵੇਰੇ? ਉਹ ਡੈਡੀ ਜੀ ਜਿਮ ਚੱਲਿਆ ਸੀਗਾ ਜੀ। ਅੱਜ ਅਚਾਨਕ ਜਿਮ ਦਾ ਚਾਹ ਕਿਵੇਂ ਆ ਗਿਆ ਤੈਨੂੰ? ਇਹ ਅੱਗੇ ਤੇ 12-12 ਵਜੇ ਤੱਕ ਸੁੱਤਾ ਪਿਆ ਨਹੀਂ ਉੱਠਦਾ ਤੂੰ? ਮੈਂ ਸੋਚਿਆ ਸਿਹਤ ਬਣੀ ਰਹਿੰਦੀ ਹੈ, ਤੇ ਬਾਕੀ ਮਾਂ ਸਾਹਿਬ ਵੀ ਕਹਿੰਦੇ ਨੇ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਮੈਨੂੰ ਲੱਗਦਾ ਗਾਉਣ ਦਾ ਭੂਤ ਅਜੇ ਤੇਰੇ ਦਿਮਾਗ ਤੋਂ ਉਤਰਿਆ ਨਹੀਂ। ਨਹੀਂ ਉਤਰ ਗਿਆ ਡੈਡੀ, ਹੁਣ ਤਾਂ ਕਾਫੀ ਫਰਕ ਆ ਅੱਗੇ ਨਾਲ। ਚੰਗਾ, ਜਿਮ ਜਾ ਕੇ ਨਾ ਵਾਪਸ ਆ ਕੇ ਆਪਣੇ ਕੰਮ ਦੀ ਸਾਰ ਵੀ ਲਿਆ ਕਰ। ਠੀਕ ਹੈ ਜੀ, ਠੀਕ ਹੈ, ਮੈਂ ਜਾਵਾਂ ਜੀ ਹੁਣ। ਜਾ, ਠੀਕ ਹੈ। ਜਿੰਨੇ ਖੜ ਕੇ
ठीक है सच्चे पातशाह, मैं पीती हुई आ, मेरे घर वाली मैनू जुत्तियां मार दी आ, ओए हुण तू भी शुरू हो गया मारिया पुत्ता। नहीं पींदा नहीं पींदा परमात्मा नहीं पींदा, और हुण ना मारी बोलना भाई। ओए भाई भाई कुड़िया गल सुन। ओए हुण तां मैनू आवाज भी सुन लग पई आ, पर रब जी दी आवाज जनानियां वर्गी क्यों हो गई आ? ओए पार्वती माँ की आवाज जनानियां वर्गी होएगी ना कुड़िया? तू पार्वती माई आ पर लगदी ते बड़ी छोटी आ। चुप, अजी मेरा बचपन चल रहा है। आशीर्वाद चाहिदा? कान ना लग के खड़ा हो जा, छेती कर छेती। अच्छा बच्चे आज तो बाद दारू नहीं पीनी, नहीं तो असीं तैनूं भस्म कर दांगे। माई जी हुण मैं घोड़े तो बंदा बन जा। थानेदार साहब तुसी वधिया कीता जी, जिहड़ा बंदे आप ही भेजदे जी, मैं तां खुद तुहाडे कोले आउणा सी जी। तुसी रिलैक्स करो भावें हो, कर लो आराम जी। वैसे तुहानूं पता किवें लग्गिया जी कि मैनूं सुरक्षा दी लोड़ है, मेरी जान नूं खतरा है? काका जी मैं इस इलाके दा थानेदार हां, सानूं पूरी खबर हुंदी है। गल इस तरह है सरदार कमलजीत सिंह उर्फ कुक्कू जी कि सवेरे सवेरे अपना दिमाग हुंदा है ठंडा, ते उस तो बाद मुलजमां नाल डील करदिआं करदिआं दिमाग नूं बुखार चा चढ़ जांदा है। गल इस तरह है छोटे वीर के तू जिद्दी बहुत है। जिद्दी तो मैं हैगा जी। ओ सरदार हरनाम सिंह बहुत बड़ा कुत्ते दा पुत्र है जी, थोड़े इलाके सारा गंद ही उहने पाया पिआ, इलैक्शनां च बूथ कैप्चरिंग, किसे दी जमीन दे उत्ते कब्जा, नशे भी सारे उह वेचदा जी इलाके दे विच, उहनूं नत्थ पाओ। मैं तां कहिंदा मैं उही समझाण वास्ते तैनूं बुलाया सीगा कि उन्होंने तेरे खिलाफ रिपोर्ट लिखाई है, जे मैं चाहा तां तैनूं अंदर कर सकदा है, पर नहीं, दरअसल तू बंदा बड़ा चंगा है, इस लई तू जिद छड्ड दे ते अपनी जमीन बेच दे। हाँ तो तुसी धर्म संकट च पाता जी, दसो तुसी कही जाने हो जमीन वेच दे, ਤਾਂ ਆਈ ਜੀ ਸਾਹਿਬ ਕਹੀ ਜਾਂਦੇ ਕਿ ਆਪਾਂ ਵਿਆਹ ਦੇ ਟੈਂਟ ਹੀ ਉਸ ਜ਼ਮੀਨ 'ਚ ਲਾਉਣੇ ਆ, ਹੁਣ ਮੈਂ ਕਿਹਦੀ ਮੰਨਾਂ ਜੀ? ਆਈ ਜੀ ਸਾਹਿਬ ਕਿਹਦੇ ਵਿਆਹ ਦੇ ਟੈਂਟ? ਤੁਹਾਨੂੰ ਨਹੀਂ ਪਤਾ? ਲੈ ਆਈ ਜੀ ਸਾਹਿਬ ਦੀ ਭਤੀਜੀ ਦੀ ਮੰਗਣੀ ਹੋਈ ਆ ਨਾ ਜੀ ਮੇਰੇ ਨਾਲ। ਉਹ ਰਾਮ ਕਪਾਲ ਓਏ ਇੱਥੇ ਖੜਾ ਖੜਾ ਮੇਰਾ ਮੂੰਹ ਕੀ ਦੇਖੀ ਜਾਂਦਾ, ਜਾਂ ਗੋਪਾਲ ਤੋਂ ਪਾਈਆ ਬਰਫੀ ਤੇ ਜਲੇਬੀਆਂ ਲੈ ਕੇ ਆ। ਇੱਕ ਮਿੰਟ, ਉਹ ਗੋਪਾਲ ਮੈਨੂੰ ਲੱਗਦਾ ਪਾਈਆ ਬਰਫੀ ਦਿੰਦਾ ਨਹੀਂ ਜੀ। ਹਾਂਜੀ ਹਾਫ ਕੇ ਜੀ ਕਰਾ ਲਈ। ਠੀਕ ਹੈ ਸਰ। ਗੱਲ ਇਸ ਤਰ੍ਹਾਂ ਛੋਟੇ ਵੀਰੇ ਕਿ ਜੋ ਹੀ ਮੈਨੂੰ ਪਤਾ ਲੱਗਿਆ ਕਿ ਹਰਨਾਮ ਦੇ ਬੰਦੇ ਇਹ ਤੁਹਾਡੇ ਕੋਲ ਗਏ, ਮੈਂ ਇੱਕਦਮ ਐਕਸ਼ਨ ਲਿਆ। ਆਈ ਨੋ ਛੋਟੇ ਵੀਰੇ, ਮੈਂ ਚਾਹੁੰਦਾ ਹਾਂ ਕਿ ਮੇਰੀ ਬਦਲੀ ਮੰਡੀ ਗੋਬਿੰਦਗੜ੍ਹ ਦੀ ਹੋ ਜਾਏ। ਤੈਨੂੰ ਤਾਂ ਪਤਾ ਹੀ ਹੈ ਨਾ ਕਿ ਉੱਥੇ ਲੋਹੇ ਦੇ ਵੱਡੇ ਵੱਡੇ ਵਪਾਰੀ ਹੈ, ਤੇ ਆਪਣੀ ਗੁੱਡੀ ਦਾ ਵਿਆਹ ਵੀ ਕਰਨਾ ਹੈ ਨਾ। ਗੁੱਡੀ ਦਾ ਵਿਆਹ ਕਿਸੇ ਲੋਹੇ ਦੇ ਵਪਾਰੀ ਨਾਲ ਕਰਨਾ ਜੀ? ਨਹੀਂ, ਲੋਹੇ ਦੇ ਵਪਾਰੀ ਕੁਛ ਕਰਨਗੇ ਤਾਂ ਹੀ ਤਾਂ ਗੁੱਡੀ ਦਾ ਵਿਆਹ ਹੋ। ਓ ਮੈਂ ਸਮਝ ਗਿਆ ਜੀ, ਇਹ ਤਾਂ ਕੋਈ ਮਸਲਾ ਨਹੀਂ, ਕਰਾ ਦਿੰਦੇ ਅਦਲਾ ਬਦਲੀ ਜੀ, ਉੱਥੋਂ ਕਿਸੇ ਦੀ ਅਦਲਾ ਤੁਹਾਡੀ ਉਧਰੋਂ ਬਦਲੀ। ਠੀਕ ਹੈ ਭਾਜੀ, ਫਿਰ ਚਲੀਏ ਜੀ ਅਸੀਂ। ਹਾਂ ਚਲੋ ਨਿਕਲੋ ਤੁਸੀਂ, ਹੈ ਖਿਆਲ ਰੱਖਿਓ ਸਾਡਾ ਫਿਰ। ਹਾਂ ਖਿਆਲ ਹੀ ਗੱਲ ਹੈ, ਬਸ ਡਿਊਟੀ ਕਰਦੇ ਰਹੋ ਵਧੀਆ ਢੰਗ ਨਾਲ, ਹੈ ਠੀਕ ਹੈ? ਚੰਗਾ ਵੀ ਮੁੰਡਿਓ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਯੂ ਟੂ। ਹੈਲੋ ਹੈਲੋ ਬਾਈ, ਮੈਂ ਕਦੇ ਇਮੇਜਿਨ ਵੀ ਨਹੀਂ ਕੀਤਾ, ਮਤਲਬ ਸੋਚਿਆ ਵੀ ਨਹੀਂ ਜੀ ਕਿ ਤੁਸੀਂ ਇੱਦਾਂ ਕਦੇ ਸਾਡੇ ਘਰ ਆ ਜਾਓਗੇ। ਕਿਹੋ ਜੀ ਗੱਲ ਕਰਦੇ ਹੋ ਕੁੱਕੂ ਜੀ, ਤੁਸੀਂ ਸਾਡੀ ਇੰਨੀ ਹੈਲਪ ਕੀਤੀ ਤੇ ਅਸੀਂ ਤੁਹਾਡੇ ਘਰ ਵੀ ਨਾ ਆਈਏ, ਥੈਂਕਸ ਕਰਨ। ਨਹੀਂ ਨਹੀਂ ਕਿਉਂ ਨਹੀਂ ਜੀ,
बल्कि मतलब ते तुहाडा मतलब अपना ही घर है जी। देखिया ना, मैं कहंदी सी ना कि कुक्कू जी बहुत ही वधिया बंदे ने। यस, इन्हां ने कहा ही ना ए साडा अपना ही घर है, ते अपने घर ते सी कुछ दिन रह ही सकदे आ। हां जी, ले मैं तां सरसरी गल करी सी, ये ज्यादा इमोशनल हो गई है। ओ सच्चा पातशाह वाहेगुरु किथे फसाता ई, इन्हां नूं अजे भूआ दा पता नहीं है। कुकू जी ने दस्या सी। यस बुआ जी, तुसी बहुत कभी हो। की के है? मैं कभी हां? किने कहा तुहानू भी मैं कभी हां? कुकू ने कहा तुसी बहुत कभी हो। ਪੂਆ ਜੀ, ਮੈਨੂੰ ਨਾ ਬਹੁਤ ਜ਼ਰੂਰੀ ਕੰਮ ਯਾਦ ਆ ਗਿਆ, ਮੈਂ ਜ਼ਰਾ ਜਾ ਕੇ ਆਇਆ ਸਰਪੰਚ। ਤੂੰ ਠਹਿਰ ਜਾ, ਦੱਸਦੀ ਹਾਂ ਤੈਨੂੰ ਪਤਾ, ਤੂੰ ਜ਼ਰਾ ਮੁੜ ਕੇ ਆ, ਮੈਂ ਦੱਸਦੀ ਹਾਂ ਤੈਨੂੰ ਵੀ ਮੈਂ ਕੱਬੀ ਹਾਂ। ਤੇਰੀਆਂ ਟੰਗਾਂ ਨਾ ਭੰਨੀਆਂ ਨਾ ਤਾਂ ਭੂਆ ਨਾ ਕਹੀਂ ਮੈਨੂੰ। ਕਾਵੀ ਇਸ ਅ ਬੈਡ ਵਰਡ, ਬੁਰੀ ਗੱਲ ਹੈ? ਨਹੀਂ ਨਹੀਂ, ਵਧੀਆ ਗੱਲ ਹੈ। ਪੂਆ ਜੀ, ਜਾਣ ਦਿਓ ਨਾ ਗੁੱਸੇ ਨੂੰ, ਆਹ ਮੇਰੀ ਸਹੇਲੀ ਹੈ, ਕੈਨੇਡਾ ਤੋਂ ਆਈ ਹੈ, ਇਹਨੂੰ ਪਤਾ ਨਹੀਂ ਸੀ ਤੇ ਕੁੱਕੂ ਜੀ ਨੇ ਬਸ ਮਜ਼ਾਕ ਕੀਤਾ ਸੀ। ਮੈਂ ਵੀ ਸਭ ਸਮਝਦੀ ਹਾਂ ਧੀਏ, ਕੁੱਕੂ ਬਹੁਤ ਸ਼ੈਤਾਨ ਹੈ, ਨਿਰਾ ਆਪਣੇ ਪਿਓ ਵਰਗਾ। ਪਰ ਤੁਸੀਂ ਦੋਵੇਂ ਕਿੱਥੋਂ ਟੱਕਰ ਗਈਆਂ ਉਹਨੂੰ? ਭੂਆ ਜੀ, ਸਭ ਕੁਝ ਬਾਹਰ ਹੀ ਦੱਸੀਏ ਕਿ ਅੰਦਰ ਵੀ ਬੁਲਾਵੋਗੇ? ਹਾਂ ਸੱਚ, ਮੇਰੀ ਤਾਂ ਨਾ ਕੁੱਕੂ ਨੇ ਮਾਤੀ ਮਾਰ ਕੇ ਰੱਖਤੀ। ਆ ਜਾਓ ਆ ਜਾਓ, ਅੰਦਰ ਆ ਜਾਓ ਆ ਜਾਓ। ਜਗਤਾਰਿਆ, ਓ ਜਗਤਾਰਿਆ, ਜਗਤਾਰਿਆ, ਜਗਤਾਰ ਬਾਈ, ਤੂੰ ਤਿਆਰ ਨਹੀਂ ਹੋਇਆ ਯਾਰ? ਆਪਾਂ ਕੁੱਕੂ ਬਾਈ ਦੇ ਘਰੇ ਜਾਣਾ ਸੀ ਅੱਜ, ਚੱਲ ਚੱਲੀਏ ਛੇਤੀ। ਆ ਜਾ, ਮੈਨੂੰ ਕੰਮ ਕਰਨ ਦਿਓ, ਮੈਂ ਸ਼ਾਮ ਤੱਕ ਦੋ ਗੱਡੀਆਂ ਤਿਆਰ ਕਰਕੇ ਦੇਣੀਆਂ ਨੇ। ਬਾਈ ਯਾਰ, ਸਮਝਾ ਕਰ ਯਾਰ, ਉਹਨਾਂ ਦੇ ਘਰੇ ਨਾ ਦੋ ਬੜੀਆਂ ਸੋਹਣੀਆਂ ਕੁੜੀਆਂ ਆਈਆਂ। ਉਹ ਵੀ ਕੈਨੇਡਾ ਤੋਂ? ਉਹ ਸ਼ੇਖ ਚਲੀ ਦੇ ਪੋਤੇ ਹੋ, ਜਾਂ ਦਫਾ ਹੋ ਜਾਓ। ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤ ਸਮਾਰਟ ਨੇ, ਉਹ ਮੁੰਡਿਆਂ ਦੇ ਜ਼ਮੀਨਾਂ ਦੇਖਦੀਆਂ ਨੇ, ਕੰਮ ਕਾਜ ਦੇਖਦੀਆਂ ਨੇ, ਬੈਂਕ ਬੈਲੈਂਸ ਦੇਖਦੀਆਂ ਨੇ, ਤੇ ਤੁਸੀਂ ਦੋਨੇ ਸਾਲੇ ਨਿਕੰਮੇ। ਤੇ ਆ ਜਸ਼ਨ, ਇਹ ਪੜ੍ਹ ਲਿਖ ਕੇ ਨਿਕੰਮਾ, ਤੇ ਇੱਧਰ ਜਨਾਬ ਦੀਪ ਜੀ, ਇਹ ਸਾਲੇ ਨੇ 5 ਸਾਲ 'ਚ ਬੀ ਏ ਕੀਤੀ ਆ ਯਾਰ, ਪੱਕੀ ਕੀਤੀ ਹੈਗੀ। ਤੇ ਜੇ ਦੋਹਾਂ ਨੂੰ ਕੰਮ ਕਰਨ ਨੂੰ ਕਹੋ, ਮੌਤ ਪੈਂਦੀ ਆ ਜਨਾਬ ਨੂੰ। ਬਾਈ ਤੂੰ ਗੱਲ ਸੁਣ, ਬਾਈ ਗੱਲ ਸੁਣ, ਆ ਦੇਖ ਮਾੜਾ ਜਾ, ਹਾਂ ਗੌਰ ਨਾਲ ਦੇਖ, ਆ ਸਾਡੀਆਂ ਸੋਹਣੀਆਂ ਸੋਹਣੀਆਂ ਸ਼ਕਲਾਂ, ਹੈ ਤੈਨੂੰ ਲੱਗਦਾ ਵੀ ਇਹ ਕੰਮ ਕਰਨ ਵਾਸਤੇ ਬਣੀਆਂ ਨੇ? ਅਸੀਂ ਤਾਂ ਰਾਜ ਕਰਨ ਨੂੰ ਬਣਿਆ ਰਾਜ। ਹਾਂ, ਉਹ ਕੰਗਾਲ ਨਗਰ ਦੇ ਰਾਜਿਓ, ਜਾਂ ਦਫਾ ਜੋ ਇੱਥੋਂ, ਮੈਨੂੰ ਕੰਮ ਕਰ ਲੈਣ ਦਿਓ, ਮਾਫ ਕਰੋ ਮੈਨੂੰ। ਤੈਨੂੰ ਕਿਵੇਂ ਮਾਫ ਕਰ ਸਕਦੇ ਅਸੀਂ, ਤੂੰ ਤੇ ਸਾਡਾ ਵੀਰ ਹੈ, ਉਹ ਤਾਂ ਹਾਂ ਭਰਾ ਹੈ, ਉਹ ਵੀ ਆ ਮਾਈ ਬਾਪਾ, ਹੂੰ ਅੰਨਦਾਤਾ, ਹੂੰ ਗੱਡੀ ਦਾਤਾ, ਉਹ ਵੀ ਆ ਗੱਡੀ। ਉਹ ਸੁਖੀ, ਨਾ ਨਾ ਬਈ, ਚਾਹ ਨਹੀਂ ਪੀਣੀ, ਆ ਡਾਂਗ ਲਿਆ ਅੱਜ, ਇਹਨਾਂ ਬੇਲਣਾਂ ਦੀ ਸਰਵਿਸ ਕਰੀਏ। ਭਾਈ ਗੱਲ ਸੁਣ ਲਾ, ਜੇ ਤੂੰ ਸਾਡੀ ਮਦਦ ਨਾ ਕੀਤੀ, ਅਸੀਂ ਇੱਥੇ ਫਾਹਾ ਲਾ ਕੇ ਆਲੂਆਂ ਵਾਲੇ, ਜੀਰਾ ਪਾ ਕੇ, ਧਨੀਆ ਪਾ ਕੇ, ਲੱਸੀ ਨਾਲ, ਦਹੀਂ ਦਾ ਟੋਂਗਾ। ਸੁਖੀ, ਤੂੰ ਇੰਜਣ ਪੱਟ ਕੇ ਨਾ, ਮੈਂ ਆਪਣੇ ਭਰਾਵਾਂ ਦਾ ਕੰਮ ਹੋ ਗਿਆ ਆ। ਨਾ ਇਹ ਘੁੰਮਣ ਨਾਲ ਤਾਂ ਕੁਛ ਨਹੀਂ ਬਣਨਾ, ਅੱਗੇ ਘੁੰਮਣ ਨਾਲ ਕੁਛ ਨਹੀਂ ਬਣਨਾ। ਹੁਣ ਸਿੱਧੂ ਸਾਹਿਬ ਆਉਣਗੇ, ਕੀ ਜਵਾਬ ਦਊਂ ਉਹਨਾਂ ਨੂੰ ਮੈਂ ਵੀ ਕੁੜੀ ਘਰੋਂ ਭੱਜ ਗਈ ਆ? ਜਿਹੜੇ ਕੰਮ ਤੁਸੀਂ ਕਰਨ ਚੱਲੇ ਸੀ ਨਾ, ਕੁੜੀ ਨੇ ਤਾਂ ਘਰੋਂ ਭੱਜਣਾ ਹੀ ਸੀ। ਮੈਂ ਕਿਹਾ ਸਿੱਧੀ ਤਰ੍ਹਾਂ ਦੱਸ ਦੇ ਮੈਨੂੰ ਕੁੜੀ ਗਈ ਆ ਕਿੱਥੇ। ਉਹ ਜਿੱਥੇ ਵੀ ਗਈ ਆ ਉੱਥੇ ਕੋਈ ਖਤਰਾ ਨਹੀਂ ਹੈ ਉਹਨੂੰ। ਕਿੰਨੇ ਅਫਸੋਸ ਦੀ ਗੱਲ ਹੈ, ਮੇਰੀ ਧੀ ਪੂਰੇ ਸਾਲ ਬਾਅਦ ਘਰ ਵਾਪਸ ਆਈ ਤੇ ਉਹਦਾ ਆਪਣਾ ਹੀ ਪਿਓ ਉਹਦਾ ਦੁਸ਼ਮਣ ਬਣ ਕੇ ਸਾਹਮਣੇ ਖੜਾ ਹੋ ਗਿਆ। ਤੁਸੀਂ ਆਪ ਹੀ ਦੱਸੋ, ਜੇ ਆਪਦੇ ਆਪ ਨੂੰ ਬਚਾਉਣ ਲਈ ਉਹ ਕਿਤੇ ਹੋਰ ਚਲੀ ਗਈ ਤਾਂ ਕੀ ਮਾੜਾ ਕਰਤਾ ਉਹਨੇ? ਅੱਛਾ, ਹੁਣ ਮੈਂ ਉਹਦਾ ਦੁਸ਼ਮਣ ਬਣ ਗਿਆ? ਉਹ ਏਡੇ ਚਾਵਾਂ ਨਾਲ ਲਾਡਾ ਨਾਲ ਉਹਨੂੰ ਮੈਂ ਪਾਲਿਆ ਪੜਾਇਆ, ਬਾਹਰ ਜਾਣ ਦਾ ਖਰਚਾ ਕੀਤਾ, ਤੇ ਹੁਣ ਇੰਨੀ ਆਪ ਮੁਹਾਰੀ ਹੋ ਗਈ ਹੈ ਕਿ ਪਿਓ ਦਾ ਪਸੰਦ ਕੀਤਾ ਮੁੰਡਾ ਉਹਦੇ ਨੱਕ ਥੱਲੇ ਨਹੀਂ ਆਉਂਦਾ ਨਾ। ਜੇ ਇੱਕ ਵਾਰੀ ਮੁੰਡੇ ਨੂੰ ਮਿਲ ਲੈਂਦੀ ਤਾਂ ਫਿਰ ਕੀ ਹੋ ਚੱਲਿਆ ਸੀ? ਪਤਾ ਨਹੀਂ ਕਿੱਥੇ ਭੱਜ ਗਈ ਹੈ। ਕਿੰਨਾ ਵਧੀਆ ਲੱਗਦਾ ਨਾ, ਇੱਥੇ ਫਰੈਂਡਸ ਕੋਲ ਕਿੰਨਾ ਟਾਈਮ ਹੈ ਇੱਕ ਦੂਜੇ ਲਈ, ਤੇ ਕੈਨੇਡਾ ਵਿੱਚ ਸਭ ਡਾਲਰਾਂ ਪਿੱਛੇ ਭੱਜਦੇ ਨੇ, ਕਿਸੇ ਕੋਲ ਵੇਲ ਨਹੀਂ ਹੈ।
ਤੇ ਇੱਥੇ ਸਾਰੇ ਵਿਹਲੇ। ਆ ਜਗਤਾਰ ਤੇ ਜਸ਼ਨ ਵੀ ਵਿਹਲੇ ਹੀ ਸੀ ਪਹਿਲਾਂ, ਹੁਣ ਮੈਂ ਆਪਣੀ ਵਰਕਸ਼ਾਪ ਦੇ ਵਿੱਚ ਇਹਨਾਂ ਨੂੰ ਕੰਮ ਦੇਤਾ। ਓਏ ਤੇਰਾ ਇੰਜਣ ਮਿਸਿੰਗ ਕਰਨ ਲੱਗ ਗਿਆ। ਜਗਤਾਰ ਬਹੁਤ ਵਧੀਆ ਮਕੈਨਿਕ ਹੈ, ਆਪਣੀ ਵਰਕਸ਼ਾਪ ਦਾ ਹੈੱਡ ਮਕੈਨਿਕ, ਤੇ ਜਸ਼ਨ ਜੀ ਆਪਣਾ ਅਕਾਊਂਟ ਦੇਖਦੇ ਨੇ। ਔਰ ਇਹ ਸਾਡਾ ਜਿਹੜਾ ਦੀਪ ਹੈ ਨਾ ਜੀ, ਇਹਨੇ ਤਾਂ ਜ਼ਿੱਦ ਫੜ ਲਈ ਕਿ ਮੈਂ ਤਾਂ ਕੈਨੇਡਾ ਜਾਣਾ ਹੀ ਨਹੀਂ ਭਾਵੇਂ ਕਿੰਨੇ ਵੀ ਰਿਸ਼ਤੇ ਆ ਜਾਣ। ਇਹ ਕੈਨੇਡਾ ਜਾਣਾ ਹੀ ਨਹੀਂ ਚਾਹੁੰਦਾ, ਕਿਉਂਕਿ ਕਹਿੰਦਾ ਮੇਰੀ ਵਰਕਸ਼ਾਪ ਬਹੁਤ ਵਧੀਆ ਚੱਲਦੀ ਹੈ, ਮੈਂ ਤਾਂ ਵੈਲ ਸੈਟਲ ਹਾਂ, ਮੈਂ ਕਿਵੇਂ ਜਾ ਸਕਦਾ ਹਾਂ। ਨਹੀਂ ਜਾ ਸਕਦਾ, ਨਹੀਂ ਹੀ ਇਜ਼ ਰਾਈਟ, ਬਿਲਕੁਲ ਪ੍ਰੈਕਟੀਕਲ ਗੱਲ ਹੈ, ਨਹੀਂ ਗੱਲ ਸਹੀ ਹੈ ਮੁੰਡੇ ਦੀ। ਭਾਜੀ ਮੈਂ ਇਦਾਂ ਨਹੀਂ ਕਿਹਾ ਤਾਂ ਇਹ ਨਹੀਂ ਤੁਸੀਂ, ਪਰ ਤੁਹਾਡੇ ਕਹਿਣ ਦਾ ਸਾਰ ਯਾਨੀ ਕਿ ਸੈਂਟਰਲ ਆਈਡੀਆ ਤਾਂ ਆਹੀ ਸੀ ਨਾ। ਇਹ ਵਾਕਈ ਵੀ ਦੇਖੋ ਵਰਕਸ਼ਾਪ ਛੱਡ ਕੇ ਕਿਵੇਂ ਜਾ ਸਕਦਾ। ਨਹੀਂ ਨਹੀਂ ਉਹ ਵਰਕਸ਼ਾਪ ਤਾਂ ਜਗਤਾਰ ਸੰਭਾਲ ਲੂ। ਕਿਉਂ ਜਗਤਾਰ? ਨਹੀਂ ਨਹੀਂ ਮੈਂ ਜਨਾਬ ਦਾ ਨੌਕਰ ਤੇ ਮਾਲਕ ਬਿਨਾ ਨੌਕਰ ਕਾਦਾ। ਰਾਈਟ ਇਜ਼ ਰਾਈਟ। ਪਤਾ ਮੈਨੂੰ ਵੀ ਕੈਨੇਡਾ ਜਾਣ ਦਾ ਬਹੁਤ ਸ਼ੌਂਕ ਸੀਗਾ, ਲੇਕਿਨ ਉੱਥੇ ਜਾ ਕੇ ਪਤਾ ਲੱਗਿਆ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਉਹ ਯਾਰ ਜਿਹੜਾ ਬੰਦਾ ਕੈਨੇਡਾ ਜਾਣਾ ਚਾਹੁੰਦਾ ਉਹਦੇ ਵੱਲ ਕੋਈ ਦੇਖ ਨਹੀਂ ਰਿਹਾ। ਮੈਂ ਸਹਿਜ ਨੂੰ ਕਿੰਨੀ ਵਾਰ ਕਿਹਾ ਕਿ ਮੇਰੇ ਵਾਸਤੇ ਕੋਈ ਕੈਨੇਡਾ ਤੋਂ ਕੁੜੀ ਲੱਭ ਦੇ, ਪਰ ਕਿੱਥੇ। ਤੂੰ ਕੋਈ ਕੰਮ ਧੰਦਾ ਤਾਂ ਕਰ ਲੈ, ਕੁੜੀ ਲੱਭ ਦੇ, ਬਹਿ ਜਾ। ਆਪਾਂ ਨਹੀਂ ਕਰਨਾ ਕੰਮ ਕੰਮ, ਤੁਹਾਡੇ ਬਾਈ ਦੀ ਨਾ, ਸੋਰੀ ਤੁਹਾਡੇ ਬਾਈ ਦੀ ਨਾ ਇੱਕ ਵਾਰੀ ਕੈਸਟ ਆ ਜਾਂਦੇ ਹੋ, ਪਟਾਕੇ ਪਾ ਦੂੰ ਪਟਾਕੇ, ਸਾਰਿਆਂ ਨੂੰ ਖੂੰਜੇ ਲਾ ਦੂੰ। ਕਿਉਂ ਦੀ ਬਾਈ? ਉਹ ਰਿਸ਼ਤੇ ਤਾਂ ਸਾਡੇ ਜਗਤਾਰ ਨੂੰ ਵੀ ਆਉਂਦੇ ਆ ਕੈਨੇਡਾ ਤੋਂ, ਪਰ ਇਹ ਸਾਡੇ ਭਾਈ ਸਾਹਿਬ ਕੈਨੇਡਾ ਵਿਆਹ ਕਰਾ ਕੇ ਜਾਣਾ ਨਹੀਂ ਚਾਹੁੰਦੇ, ਕਿਉਂਕਿ ਇਹ ਵੈਸੇ ਵੀ ਬਜਰੰਗ ਬਲੀ ਦੇ ਯਾਨੀ ਕਿ ਹਨੂੰਮਾਨ ਜੀ ਦੇ ਭਗਤ ਹੈ, ਇਹਨਾਂ ਦੇ ਖਾਨਦਾਨ 'ਚ ਵਿਆਹ ਕਰਾਉਣ ਦਾ ਰਿਵਾਜ਼ ਹੀ ਹੈ ਨਹੀਂ। ਓ ਮਾਈ ਗੋਡ, ਪਰ ਜਗਤਾਰ ਕਿਵੇਂ ਜੰਮੇ ਆ? ਵੈਲਿਡ ਕੁਐਸਚਨ। ਸਾਡਾ ਕੀ ਆ, ਸਾਡੇ ਖਾਨਦਾਨ ਦਾ ਹੀ ਜਵਾਕ ਰੂੜੀਆਂ ਦੇ ਪੈ ਲੱਭਦੇ ਆ। ਰੂੜੀਆਂ? ਮੇਰੀ ਤਾਂ ਸਮਝ ਨਹੀਂ ਆ ਰਿਹਾ ਸਰਦਾਰ ਜੀ, ਖਾਵਾਂ ਤੇ ਕਿਵੇਂ ਖਾਵਾਂ, ਮੇਰਾ ਤਾਂ ਜੀ ਮੱਚੀ ਜਾ ਰਿਹਾ। ਮੈਨੂੰ ਲੱਗਦਾ ਇਹ ਕੁੱਕੂ ਵਾਲਾ ਕੇਸ ਮੇਰੇ ਵੱਸ ਦਾ ਹੈ ਨਹੀਂ। ਕਿਉਂ? ਉਹ ਸਾਲਾ ਤੇਰੇ 'ਚ ਅਫਸਰ ਲੱਗ ਕੇ ਆ ਗਿਆ? ਉਸ ਤੋਂ ਵੀ ਵੱਧ ਤਰੱਕੀ ਕਰ ਗਿਆ ਸਰਦਾਰ ਸਾਹਿਬ, ਆਈ ਜੀ ਸਾਹਿਬ ਦਾ ਜਵਾਈ, ਸਾਰੇ ਮਹਿਕਮੇ ਦਾ ਜਵਾਈ ਹੁੰਦਾ। ਮੈਂ ਤਾਂ ਛੋਟਾ ਜਿਹਾ ਥਾਣੇਦਾਰ ਹਾਂ, ਦੱਸੋ ਮੈਂ ਕੀ ਕਰਾਂ। ਮੈਨੂੰ ਲੱਗਦਾ ਇਹਦਾ ਦਿਮਾਗ ਹਿੱਲ ਗਿਆ ਬਾਈ ਜੀ। ਉਹ ਜੇ ਕੁੱਕੂ ਦਾ ਰਿਸ਼ਤਾ ਕਿਤੇ ਹੋਇਆ ਹੁੰਦਾ ਤਾਂ ਮੇਰੀ ਵਾਈਫ ਨੂੰ ਪਹਿਲਾਂ ਪਤਾ ਹੋਣਾ ਸੀ, ਕਿਉਂਕਿ ਕੁੱਕੂ ਦੀ ਭੈਣ ਮੇਰੇ ਵਾਈਫ ਦੇ ਸਕੂਲ ਦੇ ਵਿੱਚ ਕੰਮ ਕਰਦੀ ਹੈ। ਅਸਲ 'ਚ ਮੰਗਣਾ ਤਾਂ ਕੁੱਕੂ ਦੀ ਭੈਣ ਦਾ ਹੋਣ ਵਾਲਾ। ਸਾਲਾ ਮੂਰ ਕਿਸੇ ਥਾਂ ਦਾ। ਦੇਖ ਲਓ ਸਰਦਾਰ ਜੀ, ਸਰਕਾਰੀ ਮੁਲਾਜ਼ਮ ਨੂੰ ਮੂਰਖ ਕਹਿਣ ਦਾ ਮਤਲਬ ਹੁੰਦਾ ਹੈ ਸਾਰੀ ਸਰਕਾਰ ਨੂੰ ਮੂਰਖ ਕਹਿਣਾ। ਅੱਛਾ, ਐ ਤਾਂ ਕੱਲ ਨੂੰ ਕੋਈ ਤੈਨੂੰ ਆ ਕੇ ਕਹਿ ਦੂਗਾ ਮੈਂ ਤੇਰੇ ਉੱਪਰ SSP ਲੱਗ ਗਿਆ, ਫਿਰ ਮੰਨ ਲਏਗਾ? ਐਵੇਂ ਕਿਵੇਂ ਆ ਕੇ ਕਹਿ ਦੂ? ਆਪਾਂ ਤਫਤੀਸ਼ ਕਰਾਂਗੇ ਪਹਿਲਾਂ। ਮੈਂ ਕੁੱਕੂ ਦੀ ਤਫਤੀਸ਼ ਕੀਤੀ ਤਾਂ? ਨਹੀਂ, ਉਹ ਤਾਂ ਨਹੀਂ ਕੀਤੀ। ਫਿਰ ਜਾ ਕੇ ਹੁਣ ਕਰ, ਗੱਲ ਖਤਮ ਹੋਈ। ਮੇਰੀ 25 ਸਾਲ ਦੀ ਨੌਕਰੀ 'ਚ ਪਹਿਲੀ ਦਫਾ ਮੇਰੇ ਤੋਂ ਕੋਈ ਖਾ ਪੀ ਕੇ ਗਿਆ ਤੇ ਇੱਧਰ ਮੇਰੀ ਭੁੱਖ ਮਰ ਗਈ। ਕਿ ਹੁਣ ਤੈਨੂੰ ਪਤਾ ਲੱਗ ਗਿਆ ਤੈਨੂੰ ਖੁਆ ਪਿਆ ਕੇ ਸਾਨੂੰ ਕਿਵੇਂ ਲੱਗਦਾ? ਸਵੇਰ ਦਾ ਸੱਜੀ ਤਲੀ 'ਚ ਖੁਰਕ ਹੋ ਰਹੀ ਸੀ, ਨੁਕਸਾਨ ਤਾਂ ਹੋਣਾ ਹੀ ਸੀ। ਐ ਨਾ ਸਿਰਫ ਮੇਰੇ ਕਰਕੇ ਇੰਡੀਆ ਆਈ ਹੈ, ਇੱਥੋਂ ਦੇ ਪਿੰਡ ਹਰਦਾਸਪੁਰ ਦੇ ਬਲਬੀਰ ਸਿੰਘ ਨਾਮ ਦੇ ਬੰਦੇ ਨੇ ਐਨਾ ਦੀ ਭੈਣ ਨੂੰ ਇਮੋਸ਼ਨਲੀ ਫਸਾ ਕੇ ਉਹਦੇ ਨਾਲ ਵਿਆਹ ਕੀਤਾ ਤੇ ਫਿਰ ਉੱਥੋਂ ਗਾਇਬ ਹੋ ਗਿਆ ਉਹਦੇ ਸਾਰੇ ਪੈਸੇ ਲੈ ਕੇ, ਤੇ ਹੁਣ ਸਾਨੂੰ ਪਤਾ ਲੱਗਿਆ ਕਿ ਉਹ ਪੰਜਾਬ ਵਿੱਚ ਹੈ। ਉਹਦੀ ਪੁਲਿਸ ਰਿਪੋਰਟ ਪੜ੍ਹ ਲਈ ਲਿਖਾਈ ਕਿਤੇ? ਸਭ ਤਾਰ ਤੇ ਰਿਪੋਰਟ ਹੈ, ਬਟ ਹੀ ਇਜ਼ ਵੈਨਿਸ਼, ਨਹੀਂ ਮਿਲਿਆ। ਦਰਅਸਲ ਉਸ ਨਾਮ ਦਾ ਬੰਦਾ ਉਸ ਪਿੰਡ ਵਿੱਚ ਹੀ ਨਹੀਂ ਹੈਗਾ ਕੋਈ। ਕਮਾਲ ਹੈ ਯਾਰ, ਮੈਂ ਸਿਸਟਰ ਡਿਪਰੈਸ਼ਨ ਵਿੱਚ ਆ ਗਈ, ਬਹੁਤ ਬੁਰੀ ਹਾਲਤ ਵਿੱਚ ਹੈ, ਨੋ ਆਈ ਡੋਨਟ ਕੇਅਰ ਅਬਾਊਟ ਮਨੀ, ਪਰ ਉਸਨੇ ਸਾਨੂੰ ਚੀਟ ਕੀਤਾ। ਇਹਨੇ ਤਾਂ ਪੰਜਾਬੀਆਂ ਦੇ ਨਾਂ ਨੂੰ ਗਾਗਲਾ, ਲੱਭਣਾ ਚਾਹੀਦਾ ਸਾਲੇ ਨੂੰ। ਯਾਰ ਪੰਜਾਬ 'ਚ ਕਿੰਨੇ ਬਲਬੀਰ ਸਿੰਘ ਹੋਣੇ ਨੇ, ਐਂ ਬੰਦਾ ਕਿੱਥੇ ਲੱਭਦਾ? ਨਾਲੇ ਕੀ ਪਤਾ ਸਾਲਾ ਜਿਉਂਦਾ ਵੀ ਆ ਕਿ ਨਹੀਂ। ਨਾਲੇ ਜਿੰਨੇ ਆਪਣੇ ਪਿੰਡ ਦਾ ਨਾਂ ਝੂਠ ਦੱਸਿਆ, ਆਪਣਾ ਨਾਂ ਕਿਹੜਾ ਸਾਲੇ ਨੇ ਸਹੀ ਦੱਸਿਆ ਹੋਣਾ, ਉਹ ਵੀ ਝੂਠ ਹੀ ਹੋਣਾ। ਹਾਊ ਕੈਨ ਸਮਵਨ ਡੂ ਲਾਈਕ ਦੈਟ? ਤੁਸੀਂ ਸਾਰੇ ਕਿੰਨੇ ਚੰਗੇ ਹੋ, ਪਰ ਤੋ ਚੀਟ। ਆਪਾਂ ਇਦਾਂ ਕਰਦੇ ਆ, ਇੱਥੋਂ ਨਾ 50 ਕਿਲੋਮੀਟਰ 'ਤੇ ਗੁਰਦੁਆਰਾ ਸਾਹਿਬ ਹੈ, ਆਪਾਂ ਉੱਥੇ ਜਾ ਕੇ ਅਰਦਾਸ ਕਰਦੇ ਹਾਂ। ਸੱਚੇ ਦਿਲੋਂ ਕੀਤੀ ਹੋਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ। ਨਹੀਂ ਕੱਲ੍ਹ ਮੇਰੀ ਗਵਾਹੀ ਹੈ ਨਿਰਮਲ ਹੋਣ ਵਾਲੇ ਕੇਸ 'ਚ, ਪਰਸੋਂ ਦਾ ਰੱਖ ਲੈਂਦੇ ਆਪਾਂ। ਕੁੱਕੂ ਜੀ, ਇਹਨਾਂ ਦਾ ਇੱਕ ਇੱਕ ਦਿਨ ਬਹੁਤ ਕੀਮਤੀ ਹੈ, ਟਾਈਮ ਬਹੁਤ ਘੱਟ ਹੈ, ਅਸੀਂ ਆਪਣੀ ਗੱਡੀ ਲੈ ਕੇ ਚਲੇ ਜਾਵਾਂਗੇ, ਕੋਈ ਗੱਲ ਨਹੀਂ। ਉਹ ਯਾਰ ਆਪਣੇ ਵਾਲੇ ਬੁੜੇ ਨੇ ਆਪਾਂ ਨੂੰ ਗੱਡੀ ਨਹੀਂ ਲੈਣ ਦੇਣੀ, ਤੇ ਅਸੀਂ ਦੀਪ ਦੀ ਲੈ ਜਾਵਾਂਗੇ। ਦੀਪ ਦੀ ਗੱਡੀ? ਹਾਂ, ਮੇਰੀ ਗੱਡੀ ਲੈ ਜਾਵਾਂਗੇ। ਹਾਂ ਹਾਂ, ਇਹਦਾ ਬੁੜਾ ਦਿਲ ਛੱਡ ਗਿਆ ਦੀ ਬਹੁਤ ਕੁਛ। ਸਾਲਾ ਗੱਡੀ ਤੇਰੇ ਬੁੜੇ ਵਾਲੀ ਆ, ਹੈ ਮੈਂ ਲਿਆਉਂਗਾ ਗੱਡੀ। ਉਹ ਯਾਰ ਮਸਾਂ ਮਸਾਂ ਤਾਂ ਕੋਈ ਕੁੜੀ ਪਸੰਦ ਆਈ ਹੈ, ਉਹ ਵੀ ਕੈਨੇਡਾ ਵਾਲੀ, ਤੂੰ ਬ੍ਰਹਮਚਾਰੀ ਬੰਦਾ, ਮੇਰੀ ਫੀਲਿੰਗਸ ਤਾਂ ਸਮਝ ਯਾਰ। ਤੇ ਮੈਂ ਕੀ ਕਰਾਂ ਯਾਰ,
ਬਈ ਯਾਰ ਕਿਉਂ ਐ ਕਰਦਾ ਹੈ ਦੇਖ ਉਹਦਾ ਭਰਾ ਆਉਣ ਵਾਲਾ ਵੀਰ ਬਣ ਕੇ ਗੱਡੀ ਦੇ ਦੇ ਨਾ ਸਾਲਿਓ ਤੁਸੀਂ ਮੈਨੂੰ ਐ ਦੱਸੋ ਕੈਨੇਡਾ ਵਾਲੀ ਕੁੜੀ ਦੇਖੀ ਨਹੀਂ ਤੇ ਦੋਨਾਂ ਦੀਆਂ ਲਾਲਾਂ ਡਿੰਗਣ ਲੱਗ ਪਈਆਂ ਦੋਨਾਂ ਦੀਆਂ ਹਲੋ ਉਹ ਜਸ਼ਨ ਯਾਰ ਤੂੰ ਗੋਰੀ ਤੇ ਚੱਕਰ ਚਲਾ ਲਾ ਸਹਿਜ ਕਿਹਦੀ ਨੇ ਦੇਖੀ ਬਈ ਆਪਣੀ ਭੈਣ ਦਾ ਹਾਲ ਦੇਖੇ ਨਾ ਗੋਰੀ ਤਾਂ ਨਹੀਂ ਝੱਕਦੀ ਆਪਣੇ ਵੱਲ ਰਹੀ ਇੱਕੋ ਕੁੜੀ ਸਹਿਜ ਮੈਨੂੰ ਤਾਂ ਬਹੁਤ ਸਿਆਣੀ ਲੱਗਦੀ ਆ ਬਈ ਇਹਦਾ ਮਤਲਬ ਤੂੰ ਉਹਦੇ ਚੱਕਰ ਨਹੀਂ ਚਲਾਏਗਾ ਥੈਂਕ ਯੂ ਯਾਰ ਕਰਤੀ ਨਾ ਜਵਾਕਾਂ ਵਾਲੀ ਗੱਲ ਬਈ ਵਿਆਹ ਤਾਂ ਉਸੇ ਨਾਲ ਹੀ ਹੋ ਸਕਦਾ ਜਿਹਦੇ ਨਾਲ ਪਿਆਰ ਹੋਵੇ ਤੂੰ ਸਮਝ ਲੈ ਮੈਂ ਉਹਨੂੰ ਬਹੁਤ ਪਿਆਰ ਕਰਦਾ ਯਾਰ ਪਿਆਰ ਉਹ ਵੀ ਤੈਨੂੰ ਸਾਲਿਆ ਇੱਕ ਵਾਰ ਕੁੜੀ ਨੂੰ ਮਿਲਿਆ ਤੈਨੂੰ ਪਹਿਲੀ ਵਾਰ 'ਚ ਪਿਆਰ ਹੋ ਗਿਆ ਸਿੱਧਾ ਕਿਉਂ ਨਹੀਂ ਕਹਿੰਦਾ ਵੀ ਤੈਨੂੰ ਕੁੜੀ ਨਹੀਂ ਡਾਲਰਾਂ ਦੀ ਪੰਡ ਦਿਖਾਈ ਦਿੰਦੀ ਆ ਕਿਉਂ ਲਵ ਐਟ ਫਸਟ ਸਾਈਟ ਨਾਲੇ ਪਿਆਰ ਤਾਂ ਆਈ ਹੁੰਦਾ ਹੁੰਦਾ ਤੂੰ ਤਾਂ ਹੈ ਹੀ ਸਾਲਿਆ ਲਓ ਵੀ ਮਿੱਤਰੋ ਤੋਤਾ ਢਿੱਲੋ ਜੀ ਕਹਿੰਦੇ ਨੇ ਕਿ ਆਪਾਂ ਤਾਂ ਪਹੁੰਚ ਕੇ ਗੱਡੀ ਤਿਆਰ ਹੈ ਯਾਰ ਗੈਰੀ ਮੇਰੀ ਗੱਡੀ ਖਰਾਬ ਹੋ ਗਈ ਕੱਲ੍ਹ ਤੇ ਜਗਤਾਰ ਬਾਈ ਹਜੇ ਨਵੀਂ ਗੱਡੀ ਤਿਆਰ ਕਰ ਰਿਹਾ ਹੈਗਾ ਉਹ ਵੀ ਤਿਆਰ ਨਹੀਂ ਹਜੇ ਅੱਛਾ ਆਪਣੀ ਗੱਡੀ ਖਰਾਬ ਹੋ ਗਈ ਹਾਂ ਵੈਸੇ ਬਾਈ ਦੇ ਵੇ ਤੈਨੂੰ ਮੈਂ ਦੱਸ ਦਿਆਂ ਉੱਥੇ ਮੈਂ ਤੇਰੀ ਗੱਲ ਨਹੀਂ ਕੱਟੀ ਮਹਾਂ ਕੋ ਗਾਣੀ ਲੈਣ ਦੇ ਲੈਟੇ ਆਪਣੀ ਗੱਡੀ ਵੀ ਇੱਥੇ ਹੀ ਆਉਂਦੀ ਹੈ ਠੀਕ ਹੋਣ ਵਾਸਤੇ ਜਗਤਾਰ ਬਾਈ ਨਾਲ ਤਾਂ ਆਪਣੀ ਪੁਰਾਣੀ ਸਾਂਝ ਆ ਕਿਉਂ ਜਗਤਾਰ ਬਾਈ ਤੂੰ ਤਾਂ ਆਪਣਾ ਛੋਟਾ ਭਰਾ ਹੈ ਯਾਰ ਨਹੀਂ ਨਹੀਂ ਭਰਾ ਤੇ ਹੈ ਵੈਸੇ ਜਗਤਾਰ ਬਾਈ ਜੇ ਅੱਜ ਗੱਡੀ ਮਿਲ ਜਾਂਦੀ ਯਾਰ ਸਵਾਦ ਹੀ ਆ ਜਾਂਦਾ ਕਿਉਂਕਿ ਮੈਂ ਵੀ ਸਹਿਜ ਨੂੰ ਕਹਿਤਾ ਨਾ ਮਹਾਂ ਗੋਰੀ ਨਾਲ ਮੇਰਾ ਟਾਂਕਾ ਫਿੱਟ ਕਰਾ ਦੇ ਜੇ ਉੱਧਰ ਗੱਲ ਬਣ ਗਈ ਨਾ ਲਾਈਫ ਬਣ ਜਾਣੀ ਤੇਰੇ ਭਾਈ ਦੀ ਫਿਰ ਜੇ ਮਰਸਣੇ ਘੁੰਮੀ ਚੱਕਰੀ ਕੋਈ ਨਹੀਂ ਆਸ਼ਿਕ ਤੂੰ ਵੀ ਸਾਲਾ ਚਿੜੀ ਮਾਰ ਜਿਹਾ ਚਕਤਾਰੀ ਯੋ ਯੋ ਕਦੇ ਆਪਾਂ ਵੀ ਕੈਨੇਡਾ ਵਾਲੇ ਕੈਨੇਡਾ ਯੋ ਕਦੇ ਆਪਾਂ ਵੀ USA ਵਾਲੇ ਕਦੇ ਆਪਾਂ ਵੀ ਲੰਡਨ ਵਾਲੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਾਂਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਾਂਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਸੁਣੱਖੀ ਜਿਹੀ ਕੁੜੀ ਕੋਈ ਲੱਭ ਜੇ ਚਾਹ ਪਾਣੀ ਪੁੱਛਣੇ ਦਾ ਬਣ ਜੇ ਸਬੱਬ ਦੇ ਸੋਹਣੀ ਤੇ ਸੁਣੱਖੀ ਜਿਹੀ ਕੁੜੀ ਕੋਈ ਲੱਭ ਜੇ ਚਾਹ ਪਾਣੀ ਪੁੱਛਣੇ ਦਾ ਬਣ ਜੇ ਸਬੱਬ ਜੇ ਕਦੇ ਆਪਾਂ ਵੀ ਕੱਪਲ ਯਾਰੋ ਹੋ ਜਾਾਂਗੇ ਕਦੇ ਆਪਾਂ ਵੀ ਕੱਪਲ ਯਾਰੋ ਹੋ ਜਾਾਂਗੇ ਫਿਲਹਾਲ ਯਾਰ ਤਾਂ ਸਿੰਗਲ ਨੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਾਂਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਮੁੰਡਿਆਂ ਦੀ ਵੱਖਰੀ ਨੁਹਾਰ ਦੇਸ਼ਾਂ ਵਿੱਚ ਜਾਣਾ ਕਹਿੰਦੇ ਭੂਸਵਾਰ ਵਿੱਚ ਪੁਰ ਦੇਸਾਂ ਜਾ ਕੇ ਡਾਲਰ ਕਮਾਵਾਂਗੇ ਕੈਨੇਡਾ ਤੋਂ USA ਨੂੰ ਟਰੱਕ ਲੈ ਕੇ ਜਾਵਾਂਗੇ ਮਾਤਾ ਕਹਿੰਦੀ ਪੁੱਤ ਮੇਰਾ ਹੋ ਜੂਗਾ ਕਮਾਊ ਡਾਲਰਾਂ ਤੇ ਪੌਂਡਾਂ ਦੀ ਉਹ ਪੰਡ ਲੈ ਕੇ ਆਊ ਆਣ ਤੇ ਗਵਾਂਢ ਵਿੱਚ ਹੋ ਜੂ ਸਾਡੀ ਚਰਚਾ ਕੁੜੀ ਦੇ ਵਿਆਹ ਤੇ ਕਰਾਂਗੇ ਖੁੱਲਾ ਖਰਚਾ ਬਾਪੂ ਦੀਆਂ ਜਾਂ ਸਾਡੀ ਨਵੋਤੀਆਂ ਹੀ ਵੱਡੀਆਂ ਠੇਕੇ ਤੇ ਜ਼ਮੀਨ ਦੇ ਤੇ ਮੱਝੀਆਂ ਵੀ ਛੱਡੀਆਂ ਪਿੰਡੋ ਵਾਰ ਫਿਰਨੀ ਤੇ ਕੋਠੀ ਇੱਕ ਪਾਵਾਂਗੇ ਆਪਣੀ ਬਾਜ਼ਾਰਾਂ ਚੋਂ ਦਰਬਾਰ ਸਾਹਿਬ ਜਾਵਾਂਗੇ ਵਾਹਿਗੁਰੂ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਾਂਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਾਂਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਖੁਸ਼ਬੋ ਜੇ ਮੈਂ ਸੱਜਰੇ ਗੁਲਾਬ ਦੀ ਮੱਥੇ ਉੱਤੇ ਲਾਵਾਂ ਮਿੱਟੀ ਆਪਣੇ ਪੰਜਾਬ ਦੀ ਸਹੀ ਗੱਲ ਆ ਬਾਈ ਹੁੰਦੀ ਖੁਸ਼ਬੋ ਜਿਵੇਂ ਸੱਜਰੇ ਗੁਲਾਬ ਦੀ ਮੱਥੇ ਉੱਤੇ ਲਾਵਾਂ ਮਿੱਟੀ ਆਪਣੇ ਪੰਜਾਬ ਦੀ ਕਦੇ ਆਪਾਂ ਪਰਦੇਸੀ ਯਾਰੋ ਹੋ ਜਾਾਂਗੇ ਕਦੇ ਆਪਾਂ ਪਰਦੇਸੀ ਯਾਰੋ ਹੋ ਜਾਾਂਗੇ ਫਿਲਹਾਲ ਯਾਰ ਤਾਂ ਦੇਸੀ ਨੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਾਂਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ
सब सृष्ट सेवे दिन रात जियो देखन सुनो अरदास जियो ठोक बजाए सब डिठिया तुसी आपे लयन छड़ाए जियो ਤੁਸੀਂ ਐਡੇ ਸਿਆਣੇ ਤੇ ਸਮਝਦਾਰ ਹੋ ਕੇ ਕੁੜੀਆਂ ਨੂੰ ਆਪਣੇ ਘਰੇ ਬਿਠਾ ਲਿਆ ਇਹ ਸਭ ਇਹਦੀ ਸ਼ੈ ਦਾ ਨਤੀਜਾ ਆ ਨਹੀਂ ਤਾਂ ਇੱਕ ਇੱਜ਼ਤਦਾਰ ਘਰ ਦੀ ਧੀ ਇਸ ਤਰ੍ਹਾਂ ਘਰੋਂ ਭੱਜ ਕੇ ਕਿਸੇ ਦੇ ਘਰੇ ਆ ਕੇ ਬਹਿ ਜਾਵੇ ਨਾ ਤੈਨੂੰ ਇੱਜ਼ਤਦਾਰ ਹੋਣ ਦਾ ਭੁਲੇਖਾ ਕਿੱਥੋਂ ਪੈ ਗਿਆ ਤੂੰ ਤਾਂ ਧੀ ਦਾ ਸੌਦਾ ਕਰਨ ਲੱਗਿਆ ਸੀ ਨਾ ਤੇ ਧੀਆਂ ਦੇ ਸੌਦੇ ਕਰਨ ਵਾਲੇ ਇੱਜ਼ਤਦਾਰ ਨਹੀਂ ਹੁੰਦੇ ਸਰਦਾਰਾ ਭੈਣ ਜੀ ਮੈਂ ਇਹਨਾਂ ਨੂੰ ਕਿੰਨਾ ਸਮਝਾਇਆ ਵੀ ਕੁੜੀ ਸਮਝਦਾਰ ਹੈ ਉਹਦੇ ਨਾਲ ਆਏ ਜ਼ਬਰਦਸਤੀ ਕਰਨਾ ਠੀਕ ਨਹੀਂ ਤੂੰ ਚੁੱਪ ਕਰ ਜੋ ਮਾਰੂ ਕੰਨ ਤੇ ਲੱਤ ਮੇਰੇ ਤਾਂ ਦੰਦ ਸਾਰੇ ਕਾਇਮ ਹੈ ਜੀ ਆਪਣੀ ਥਾਂ ਤੇ ਨਾਲੇ ਦੰਦ ਕੱਢਣ ਵਾਲਾ ਡਿਪਾਰਟਮੈਂਟ ਸਾਡੀ ਭੂਆ ਕੋਲ ਹੈ ਜੀ ਐਂ ਕੱਢ ਕੱਢ ਅਗਲੇ ਦੀ ਤਲੀ ਤੇ ਰੱਖੀ ਜਾਂਦੀ ਹੈ ਜੀ ਦੰਦ ਅੱਧਾ ਪਿੰਡ ਬੋੜਾ ਕੀਤਾ ਪਿਆ ਜੀ ਭੂਆ ਨੇ ਭੈਣ ਜੀ ਤੁਸੀਂ ਇਹਨਾਂ ਦੀ ਗੱਲ ਦਾ ਬੁਰਾ ਨਾ ਮੰਨਿਓ ਚੁੱਪ ਕਰਨੀ ਐਵੇਂ ਲੱਗ ਗਈ ਤੂੰ ਵੀ ਰੀ ਰੀ ਕਰਨ ਨਾਲੇ ਗੱਲ ਸੁਣ ਅੱਗੇ ਤੋਂ ਇਹਨੇ ਤੇਰੇ ਤੇ ਹੱਥ ਚੁੱਕਿਆ ਤਾਂ ਇੱਕ ਵਾਰੀ ਮੈਨੂੰ ਦੱਸਦੀ ਮੈਂ ਪਿੰਡ ਦੀ ਸੱਥ 'ਚ ਖੜਾ ਕਰਕੇ ਇਹੋ ਜਿਹੀ ਡਾਂਗ ਫੇਰੂ ਇਹਦੇ ਤੇ ਵੀ ਸਾਰੀ ਉਮਰ ਤੇਰੇ ਮਗਰ ਮਗਰ ਲੇਲੇ ਵਾਂਗ ਮਿਆਂਕਦਾ ਨਾ ਫਿਰੇ ਤਾਂ ਮੈਨੂੰ ਭੂਆ ਕਿਨੇ ਕਹਿਣਾ ਚੱਲ ਉੱਠ ਚਲੀ ਆਪਾਂ ਤੂੰ ਬੈਠ ਕੁੜੇ ਗੱਲ ਕਰਨੀ ਹੈ ਮੈਂ ਤੇਰੇ ਨਾਲ ਤੂੰ ਜਾ ਉਹ ਜਾ ਵੀ ਨਾਲੇ ਗੱਲ ਸੁਣ ਅੱਗੇ ਤੋਂ ਇਹਦੇ ਤੇ ਹੱਥ ਚੱਕਣ ਦੀ ਗਲਤੀ ਨਾ ਕਰ ਲਈ ਨਹੀਂ ਤਾਂ ਇੰਦਰ ਕੌਰ ਜੋ ਕਹਿੰਦੀ ਹੈ ਨਾ ਉਹ ਕਰਕੇ ਵੀ ਦਿਖਾ ਦਿੰਦੀ ਹੈ ਮੈਂ ਹਜ਼ੂਰ ਨੂੰ ਛੱਡਾਂ ਮੈਂ ਜੀ ਉਹ ਜਿੱਥੇ ਵੱਜਦੀ ਬੱਦਲ ਵਾਂਗ ਗੱਜਦੀ ਹੀ ਕਾਲੀ ਡਾਂਗ ਮੇਰੀ ਭੂਆ ਦੀ ਬੰਦੀ ਐਵੇਂ ਬੁੜਕੀ ਜਾਂਦਾ ਉੱਤੋਂ ਉੱਤੋਂ ਐਵੇਂ ਸਾਰਾ ਟੱਬਰ ਤਪਾਇਆ ਪਿਆ ਤੂੰ ਵੀ ਡਰਿਆ ਨਾ ਕਰ ਕੁੜੇ ਐਨਾ ਤੂੰ ਰੱਬ ਕੋਲੋਂ ਕੀ ਮੰਗਿਆ ਵਾਟ ਐਲਸ ਮੈਂ ਗੋਡ ਨੂੰ ਕਿਹਾ ਕਿ ਬਲਬੀਰ ਮੈਨੂੰ ਮਿਲ ਜਾਏ ਤੇ ਉਸ ਤੋਂ ਮੈਂ ਪਾਰਿਸ਼ ਕਰਵਾ ਸਕਾਂ ਪਰ ਤੂੰ ਗੋਡ ਤਾਂ ਕੀ ਮੰਗਿਆ ਮੈਂ ਕੀ ਮੰਗਣਾ ਸੀ ਮੈਂ ਤਾਂ ਵਾਹਿਗੁਰੂ ਨੂੰ ਇੱਕੋ ਹੀ ਦੁਆ ਕੀਤੀ ਕਿ ਮੇਰੇ ਡੈਡ ਮੇਰੇ ਲਈ ਪੁੱਠੇ ਸਿੱਧੇ ਮੁੰਡੇ ਲੱਭਣਾ ਬੰਦ ਕਰਨ ਮੈਂ ਆਪਣੀ ਪਸੰਦ ਦਾ ਕੋਈ ਆਪ ਹੀ ਲੱਭ ਲਾਂਗੀ ਹਾਏ ਸਹਿਜ ਹਾਂਜੀ ਤੈਨੂੰ ਕਿਹੋ ਜਿਹਾ ਮੁੰਡਾ ਪਸੰਦ ਹੈ ਮੈਂ ਕਿਉਂ ਦੱਸਾਂ ਕਿ ਤੁਸੀਂ ਮੈਨੂੰ ਉਹੋ ਜਿਹਾ ਮੁੰਡਾ ਲੱਭ ਕੇ ਦਿਓਗੇ ਜਾਂ ਤੁਸੀਂ ਆਪਣੇ ਚਾਂਸ ਬਾਰੇ ਸੋਚ ਰਹੇ ਹੋ ਨਹੀਂ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਿਉਂ ਇਹੋ ਜਿਹੀ ਗੱਲ ਕਿਉਂ ਨਹੀਂ ਹੈ ਮਤਲਬ ਕਿ ਮੈਂ ਸੋਹਣੀ ਨਹੀਂ ਹਾਂ ਕਿਹੋ ਜਿਹੇ ਮੁੰਡੇ ਹੋ ਤੁਸੀਂ ਤੁਹਾਡੇ ਸਾਹਮਣੇ ਇੱਕ ਚੰਗੀ ਭਲੀ ਕੁੜੀ ਖੜੀ ਹੈ ਅਤੇ ਤੁਸੀਂ ਆਪਣੇ ਚਾਂਸ ਬਾਰੇ ਨਹੀਂ ਸੋਚੋਗੇ ਅਤੇ ਜਸ਼ਨ ਜੀ ਤੁਸੀਂ ਹਮੇਸ਼ਾ ਹੀ ਗੁੰਮਸੁੰਮ ਰਹਿੰਦੇ ਹੋ ਕਦੇ ਤਾਂ ਕੁਝ ਬੋਲਿਆ ਕਰੋ ਹਾਂ ਹਾਂ ਬੋਲ ਉਹ ਜੀ ਦਰਅਸਲ ਚਾਂਸ ਮਾਰਨ ਲਈ ਵੀ ਬੰਦੇ ਨੂੰ ਆਪਣੀ ਔਕਾਤ ਦੇਖਣੀ ਪੈਂਦੀ ਹੈ ਦੇਖੋ ਜੀ ਮਾਨ ਸਾਹਿਬ ਕਹਿੰਦੇ ਨੇ ਕਿ ਆਪਣੀ ਔਕਾਤ ਨਾਲੋਂ ਚੁੱਪ ਕਰ ਜਾ ਯਾਰ ਆਪਾਂ ਹੁਣ ਇੱਥੇ ਖੜੇ ਰਹਾਂਗੇ ਅੰਦਰ ਚੱਲੀਏ ਹਾਂ ਇਟਸ ਲਾਈਕ ਆਮ ਵੈਰੀ ਸਟਾਰਵਿੰਗ ਯਾਰ ਹਾਂ ਇੱਕ ਮਿੰਟ ਤੁਸੀਂ ਚਲੋ ਅਸੀਂ ਵਾਸ਼ਰੂਮ ਹੋ ਕੇ ਆ ਥੈਂਕਸ ਯਾਰ ਜਿਹੜਾ ਤੂੰ ਕਹਿਤਾ ਕਿ ਤੂੰ ਇੰਟਰਸਟਡ ਨਹੀਂ ਹੈਗਾ ਇਹ ਕਦੋਂ ਕਿਹਾ ਬਈ ਮੈਂ ਉੱਥੇ ਮੈਂ ਤਾਂ ਆਪਣੀ ਔਕਾਤ ਦੀ ਗੱਲ ਕੀਤੀ ਸੀ ਤਾਂ ਹੀ ਤਾਂ ਤੂੰ ਤਰੱਕੀ ਨਹੀਂ ਕਰਦਾ ਹੈਗਾ ਹੁਣ ਤੈਨੂੰ ਮੈਂ ਦਿਖਾਉਣਾ ਵੀ ਕੁੜੀ ਕਿਵੇਂ ਫਸਾਈਦੀ ਹੈ ਨਾ ਕੁੜੀ ਨਾ ਹੋਗੀ ਮੱਛੀ ਹੋਗੀ ਜਿਹੜੀ ਫਸਾਉਣੀ ਕੋ ਓਏ ਸੱਚ ਬੋਲ ਕੇ ਕੁਛ ਨਹੀਂ ਹੁੰਦਾ ਹੁੰਦਾ ਕੁੜੀਆਂ ਨੂੰ ਤਾਂ ਇਮੋਸ਼ਨਲ ਕਰੀਦਾ ਹੁੰਦਾ ਇਮੋਸ਼ਨਲ ਠੀਕ ਹੈ ਯਾਰ ਪਰ ਮੈਨੂੰ ਤਾਂ ਇੱਕ ਗੱਲ ਪਤਾ ਕਿ ਜੇ ਮੁੰਡੇ ਤੇ ਕੁੜੀ 'ਚ ਮੁਹੱਬਤ ਨਾ ਹੋਵੇ ਫਿਰ ਕੁਛ ਨਹੀਂ ਹੋ ਸਕਦਾ ਠੀਕ ਹੈ ਮਹਾਰਾਜ ਜਸ਼ਨਪ੍ਰੀਤ ਸਿੰਘ ਜੀ ਤੁਸੀਂ ਲੱਭੋ ਆਪਦੀ ਮੁਹੱਬਤ ਵਾਲੀ ਕੁੜੀ ਅਤੇ ਇੱਥੇ ਹੀ ਬੈਠੇ ਰਹੋ ਮੈਨੂੰ ਤਾਂ ਐਂ ਲੱਗਦਾ ਵੀ ਤੇਰਾ ਕਨੇਡਾ ਜਾਣ ਵਾਲਾ ਇਰਾਦਾ ਚੇਂਜ ਹੋ ਗਿਆ ਨਾ ਚੇਂਜ ਚੂੰਜ ਕੁਛ ਨਹੀਂ ਹੋਇਆ ਹਾਂ ਜੇ ਕਿਸੇ ਕਨੇਡਾ ਵਾਲੀ ਨਾਲ ਇਸ਼ਕ ਹੋ ਗਿਆ ਨਾ ਫਿਰ ਜ਼ਰੂਰ ਜਾਵਾਂਗੇ
हेलो गल सुन ला मेरी, सहज ते अखना रखी, वह मेरे टारगेट ते। ओ यार हुण मैं अपनी अखां कढ़ा ला या कन्नां च तेल पवा ला? यह तू सोच भी कित्थे की पवाउणा गा, पर सहज मेरे टारगेट ते है। तू मेरी फिक्र ना कर। हाँ वैसे ऑल द बेस्ट। थैंक यू यार। अदर ये तो हो गया बस, आज लिए। Hey man, you okay? I'm okay. तू से ठीक हो? हाँ हाँ। ऐ शॉट क्यों? की हो गया? Actually, मैं ज़ुबान साफ कर रहा था। Why? ਸਾਰਾ ਦਿਨ ਐਡੀ ਸਾਫ ਸੁਥਰੀ ਕੁੜੀ ਨਾਲ ਗੱਲ ਕਰਨੀ ਹੋਣੀ, ਜ਼ਬਾਨ ਤਾਂ ਸਾਫ ਸੁਥਰੀ ਚਾਹੀਦੀ ਹੈ। ਓ ਮਾਈ ਗੋਡ, ਉਹ ਤਾਂ ਲੱਕੜ ਖਾ ਰਹੀ ਹੈ। ਨਹੀਂ ਚੱਲੀਏ, ਦਾਤਣ ਹੈ, ਲੱਕੜ ਨਹੀਂ ਹੈ। ਦੈਟਸ ਐਕਚੁਅਲੀ ਦਾਤਣ, ਯੂ ਨੋ ਦਾਤਣ, ਨਿੰਮ ਔਰ ਕਿੱਕੜ, ਜਸਟ ਪਲੱਕ ਮੂੰਹ ਵਿੱਚ, ਟੱਕ 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 ਟੱਕ, ਮੂੰਹ ਸਾਫ, ਇੰਡੀਅਨ ਟੱਥ ਬਰੱਸ਼। You want to try? Huh? Okay. I'll get you that. Anna, chal, zara pind ghum ke aane aa. Here is your datun, Anna, and one for you also. Thank you, Baji. Asi pind ghum ke aaye. Chal. Pind de kuttiyan to zara bach ke reho. Kyun? Tuhade pind de kutte baharon aaye bandiyan nu vadde ne. Nahi nahi, oh kutte da bahut saau hai. Darasal sade pind de kai bande bahut kutte hai. Ki bande kutte? Tu nahi samjhegi. Chal chaliye. शाबाश, खिचो दारुआ, हैं? बल्ले बल्ले कराई पे चारे पासे, हैं? ओए संग करो संग के, मैं दंत कड़े ने छित्तर मार रहे थोड़े मैं। वाह भाई जी, क्या बंदे पाले ने। की ले साले। तरसेम ठंडा रहा कर, काम दी गल सुन। जे हाईवे वाली जमीन आप खरीद ली है ना, तब बिल्डर नो के महंगे पा बेचेंगे। भाई जी, एक तो सड़ा जट ते जमीन का रिश्ता ना अपने राह चाके रोड़ा बन जाता है। वो नहीं बनता रोड़ा, मूर्खा दी अजी कमी नहीं है। एक सड़ा कुकू नहीं थोड़े तो सैट होता, पता नहीं किन्ने पुट्ठी पट्टी पढ़ाती है। भाई जी तुम फिक्र कानू करते हो, कुकू की भैन मेरी वाइफ के स्कूल च पढ़ाती है, तो आँदे ऐतवार को मंगना, उत्थे मैं भी जाना, जाके एक बार गल कर लूंगा। समझ गया तो ठीक है, नहीं चित्र फेरांगे सड़े मुक्की गल पर। यह ठीक है, चक पैग फिर। लैगी दिल लुट के ओ कुड़ी, अखां अखां विच लैगी दिल लुट के, लंगी साडे कोलों जदों थोड़ा रुक रुक के, दिल करे ओनू सीने नाल लाला खुट के। ओ कुड़ी अखां अखां विच लैगी दिल लुट के, अखां अखां विच लैगी दिल लुट के, अखां अखां विच लैगी दिल लुट के। मुंडा चोरी चोरी नजरां नाल रहिंदा तकदा, हाँ मुंडा चोरी चोरी नजरां नाल रहिंदा तकदा, नाले आउंदा जांदा मेरे च ध्यान रखदा, मैनू लगे हुण मेरे बिना नहीं ओ बचदा। हाँ मुंडा चोरी चोरी नजरां नाल रहिंदा तकदा, चोरी चोरी नजरां नाल रहिंदा तकदा, चोरी चोरी नजरां नाल रहिंदा तकदा। पहली बारी जिंदगी च दो कुट पी लिया, नैना चिचड़ा बने नशीलियां नशीलियां, पहली बारी जिंदगी च दो घुट पी लिया। साड़ी जान ते बनी है सच्ची सौ रब दी, ओ साड़ी जान ते बनी है सच्ची सौ रब दी, कुड़ी देख
ਦੇਖਣੇ ਨੂੰ ਭੈਣ ਹੀਰ ਦੀ ਐ ਲੱਗਦੀ ਜਦ ਤੱਕ ਦੀ ਦੰਦਾਂ ਚ ਬੁੱਲ ਟੁੱਕ ਟੁੱਕ ਕੇ ਉਹ ਕੁੜੀ ਅੱਖਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਪਰ ਦਿਲ ਉੱਤੇ ਜ਼ੋਰ ਕਿਸੇ ਦਾ ਨਹੀਂ ਚੱਲਦਾ ਉਹ ਪਰ ਦਿਲ ਉੱਤੇ ਜ਼ੋਰ ਕਿਸੇ ਦਾ ਨਹੀਂ ਚੱਲਦਾ ਕਦੋਂ ਕਿਹਦੇ ਉੱਤੇ ਆ ਜਾਏ ਪਤਾ ਨਹੀਂ ਪੱਲਦਾ ਉੱਗੇ ਪਿਆਰ ਦੀ ਕਰੂੰਬਲ ਦਿਲਾਂ ਚੋਂ ਫੁੱਟ ਕੇ ਉਹ ਕੁੜੀ ਅੱਖਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਕੁੜੀ ਅੱਖਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਮਹਾਤਮਾ ਗਾਂਧੀ ਜੀ ਹੁੰਦੇ ਨੇ ਚਲੋ ਜਸ਼ਨ ਦੀ ਗੱਲ ਛੱਡੋ ਤੁਸੀਂ ਆਪਣੀ ਗੱਲ ਕਰੋ ਸਾਰੇ ਡਿਨਰ ਕਰਨ ਚਲੇ ਗਏ ਤੇ ਤੁਸੀਂ ਅਜੇ ਇੱਥੇ ਹੀ ਹੋ ਚਲੋ ਆਓ ਤੁਸੀਂ ਵੀ ਕਰੋ ਮੇਰੀ ਤਾਂ ਭੁੱਖ ਹੀ ਮਰ ਗਈ ਕਿਉਂ ਨਾ ਨੀਂਦ ਆਉਂਦੀ ਹੈ ਨਾ ਭੁੱਖ ਲੱਗਦੀ ਹੈ ਦੀਪ ਕਿਸੇ ਡਾਕਟਰ ਨੂੰ ਕੰਸਲਟ ਕੀਤਾ ਆ ਤਾਂ ਬਹੁਤ ਮਾੜੀ ਗੱਲ ਹੈ ਡਾਕਟਰ ਤਾਂ ਸਾਹਮਣੇ ਖੜਾ ਕੌਣ ਮੈਂ ਸ਼ੁਕਰ ਹੈ ਮਰੀਜ਼ ਨੂੰ ਪਹਿਚਾਣਿਆ ਤਾਂ ਸਹੀ ਸਹਿਜ ਜਦੋਂ ਦਾ ਮੈਂ ਤੈਨੂੰ ਦੇਖਿਆ ਨਾ ਮੇਰੀ ਭੁੱਖ ਪਿਆਸ ਨੀਂਦ ਜਿਵੇਂ ਕੋਈ ਖੋ ਕੇ ਲੈ ਗਿਆ ਸਹਿਜ ਮੇਰੀ ਗੱਲ ਬੁਰੀ ਲੱਗੀ ਯਾਰ ਦੇਖ ਮੈਂ ਮਾੜਾ ਮੁੰਡਾ ਨਹੀਂ ਹੈਗਾ ਦੀਪ ਆਈ ਨੋ ਤੂੰ ਬਹੁਤ ਚੰਗਾ ਮੁੰਡਾ ਪਰ ਦੇਖ ਦੀਪ ਅਸੀਂ ਚੰਗੇ ਦੋਸਤ ਬਣ ਸਕਦੇ ਹਾਂ ਯਾਰ ਮੈਂ ਦੋਸਤੀ ਦੀ ਗੱਲ ਨਹੀਂ ਕਰਦਾ ਹੈਗਾ ਦੇਖ ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰ ਯਾਰ ਸਮਝਣ ਦੀ ਕੋਸ਼ਿਸ਼ ਤੂੰ ਕਰ ਅਜੇ ਸਾਨੂੰ ਮਿਲਿਆ ਕੁਝ ਹੀ ਦਿਨ ਹੋਏ ਨੇ ਅਜੇ ਤਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਆ ਯਾਰ ਜਾਣਨ ਨੂੰ ਤਾਂ ਸਾਰੀ ਜ਼ਿੰਦਗੀ ਵੀ ਹੈ ਹੈ ਨਾਲੇ ਪਿਆਰ ਤਾਂ ਪਹਿਲੀ ਮੁਲਾਕਾਤ ਦੇ ਵਿੱਚ ਹੋ ਹੀ ਜਾਂਦਾ ਨਾ ਮੈਂ ਅਜੇ ਕੁਛ ਨਹੀਂ ਕਹਿ ਸਕਦੀ ਯਾਰ ਠੀਕ ਹੈ ਮੈਂ ਜੋ ਕਹਿਣਾ ਸੀ ਕਹਿਤਾ ਤੂੰ ਟਾਈਮ ਲੈਣਾ ਨਾ ਲੈ ਲੈ ਪਰ ਵੇਖੀ ਕਿਤੇ ਫਿਰ ਕੋਈ ਰਾਂਝਾ ਹੀਰ ਤੋਂ ਵਾਂਝਾ ਨਾ ਰਹਿ ਜੇ Hey, what are you doing here? ਸਭ ਲੋਕ ਡਿਨਰ ਖਾ ਰਹੇ ਨੇ ਚਲ ਲੋ Wow, ਕਿੰਨਾ ਸੋਹਣਾ ਹੈ Beautiful ਓਏ ਕੀ ਹੋ ਰਿਹਾ
है ना नवदीप कहता है वो मैं प्यार करता है यार मैं तो कभी इदा सोचा भी नहीं नाले मैं उन्होंने कभी लिफ्ट भी नहीं दी मुंडा तो बुरा नहीं है हाँ मुंडा बुरा नहीं है पर ऐसा थोड़ी फैसला किया जा सकता है पर तेरे डैड जो बॉय सिलेक्ट कर रहे हैं दे आर रियली बैड पता है मैनू एक काम कर एक मुंडा सिलेक्ट करके उसके नाल ब्याह कर ले एंड दीव इज अ गुड बॉय अरे तेरा डैड फिर कुछ नहीं कर सकता है एंड मोर ओवर दीव लव्स यू चुप कर मैनू नहीं पता वो मैनू प्यार करता है या सिर्फ कैनेडा जाने का चक्कर है पर तेरा आइडिया माड़ा नहीं है वैसे भी अज नहीं तो कल ब्याह तो कराना ही कराना है फिर देर किस गल दी सोच रहे हैं दीप जी बारे चल चलिए भाई जी मेरा तो सारा सिर ही चक्कर खा गया जदों हलीना की भैन ब्याह के नचते हुए देखे भाई जी मैनू लगता है जेल की टिकट अपने दरवाजे तक आ पहुंची है उदो समार के देखा भी सी कि किसी गोरी देख के भजे आया तो भाई जी मैं नहीं पछाणूंगा तो होर कौन पछाणूंगा छे महीने वो भैन के नाले घरे रहा मैं जी मैं नहीं पछाणू होर की उजागर पछाणूंगा मैं तो सरदार जी बंदे नू सुन के पछाण लगा और बैठा रहे तेरा मैनू पता तेरे ते कुत्ते च कोई बड़ा फर्क नहीं चलो कुत्ता ही सही वफादारी तो है ना मेरे विच वो फिर थां थां ते लत चौक के तुमका ना मारिया कर जो गंभीर मसले ते गल चल दी ना बचाने भौंके ना कर तरसीम गुस्से ते काबू रख कुछ सोचण दे मैनू गल सुन अज तो बाद तैं उस गोरी दे सामने नहीं आना उन्हें कड़ा सारी जिंदगी इत्थे बैठी रहना समझ गया ठीक है भाई समझ गया I'm sorry, Kuku. जे मैं तेनु अपसेट किया। ये सवाल तो सारे मेरे तो पूछ दिया कुड़िये। ब्याह तो 5 साल पहले ही हो जाना चाहिए था सी मेरा। पर शायद कुदरत नु मंजूर नहीं सी। You mean God? तेरे ब्याह दे नाल God ने की करना? ना तू ना भोली कुड़िये। दरअसल साड़ी कंट्री दे विच ना साड़े इस मुल्क दे विच सारा कुछ God ही करता। जो गॉड नू मेरा व्याह मंजूर नहीं सी तो फिर मैं अपनी मर्जी ना व्याह कि मैं कर सकता सी दैट्स स्ट्रेंज तो अपनी मर्जी नाल व्याह क्यों नहीं कर सकता बुआ तेरे खीना फिकर घर दी है तू ड्यू के फॉर हर ले पागल क्यों नहीं केयर करदा बुआ तो बिना साडा कौन है उन्हें भी तो सारी जिंदगी साडे लेखे लाती फिर तू ओदा फिकर खत्म कर दे गेट मैरिड व्याह तो मैं कर सकता है ना बट यू नो एक प्रॉब्लम है की ਵਿਆਹ ਵਾਸਤੇ ਨਾ ਇੱਕ ਕੁੜੀ ਚਾਹੀਦੀ ਹੁੰਦੀ ਹੈ ਔਰ ਕੁੜੀ ਵੀ ਉਹ ਚਾਹੀਦੀ ਹੁੰਦੀ ਹੈ ਜਿਹੜੀ ਤੁਹਾਨੂੰ ਪਿਆਰ ਕਰਦੀ ਹੋਵੇ ਔਰ ਤੁਸੀਂ ਵੀ ਉਹਨੂੰ ਪਿਆਰ ਕਰਦੇ ਹੋ ਪਰ ਜਿਹੜਾ ਪਿਆਰ ਪਿਓਰ ਵਾਲਾ ਸਿਲਸਿਲਾ ਨਾ ਇਹ ਜ਼ਿੰਦਗੀ 'ਚ ਇੱਕ ਵਾਰੀ ਹੁੰਦਾ ਹੁੰਦਾ ਔਰ ਉਹ ਸਮਾਂ ਜਦੋਂ ਇੱਕ ਵਾਰ ਨਿਕਲ ਜਾਂਦਾ ਨਾ ਤਾਂ ਮੁੜ ਕੇ ਨਹੀਂ ਆਉਂਦਾ ਯੂ ਮੀਨ ਤੂੰ ਪਹਿਲੇ ਕਿਸੇ ਕੁੜੀ ਨੂੰ ਪਿਆਰ ਕੀਤਾ ਸੀ ਵਾਟ ਹੈਪਨਡ ਕੀਤਾ ਸੀ ਪਿਆਰ ਤੇ ਸ਼ਾਇਦ ਉਹ ਵੀ ਮੈਨੂੰ ਪਿਆਰ ਕਰਦੀ ਸੀ ਪਰ ਸਾਰੀ ਜ਼ਿੰਦਗੀ ਸਾਲੀ ਗੱਲ ਮੈਂ ਜ਼ਬਾਨ ਤੇ ਹੀ ਨਹੀਂ ਲਿਆ ਸਕਿਆ ਔਰ ਇਹੀ ਸੋਚਦਾ ਰਿਹਾ ਕਿ ਮੇਰੀਆਂ ਅੱਖਾਂ ਦੀ ਜ਼ਬਾਨ ਉਹ ਆਪੇ ਪੜ ਲੇਗੀ ਹਿੰਮਤ ਹੀ ਨਹੀਂ ਪਈ ਕਿ ਜਾ ਕੇ ਉਹਨੂੰ ਕਹਿ ਦਿਆਂ ਕੀ ਆਈ ਲਵ ਯੂ ਪਰ ਹੋਲੇ ਤੇ ਤੂੰ ਕਿਹਾ ਕਿਤਾ ਦਾ ਮੈਂ ਉਹਦੀ ਪਿੱਠ ਪਿੱਛੇ ਤਾਂ ਜ਼ਿੰਦਗੀ 'ਚ ਹਜ਼ਾਰ ਵਾਰੀ ਕਿਹਾ ਹੋਣਾ ਬਸ ਉਹਦੇ ਸਾਹਮਣੇ ਜਾ ਕੇ ਜ਼ਬਾਨ ਨੂੰ ਤਾਲਾ ਲੱਗ ਜਾਂਦਾ ਸੀ ਹੁਣ ਜੇ ਕੋਈ ਖੁਰੀ ਚੰਗੀ ਲੱਗੇ ਤਾਂ ਯੂ ਮਸਟ ਸੇ ਆਈ ਲਵ ਯੂ ਕੋਈ ਨਹੀਂ ਖੁਰੀ ਇਹ ਵਰਡ ਸੁਣ ਹੰਡਲ ਹੈ ਤਰਸ ਦੀ ਹੈ ਓਕੇ ਯੂ ਮਸਟ ਸੇ ਜ਼ੋਰ ਦੇ ਨਾਲ ਜ਼ੋਰ ਕਿੰਨੇ ਜ਼ੋਰ ਦੇ ਨਾਲ ਆਈ ਲਵ ਯੂ ਪਾਗਲ
ਲੋਕਾਂ ਨੂੰ ਕੀ ਹੈ ਪਿੰਡ ਹੈ ਸਾਰੇ ਜੇ ਕੁੜੀ ਤੈਨੂੰ ਪਿਆਰ ਕਰਦੀ ਹੈ ਤੇ ਉਹ ਵੀ ਕਹੇਗੀ ਕਮਲੀ ਇਹਦਾ ਹਿੰਮਤ ਹੁਣ ਵੀ ਨਹੀਂ ਪੈਣੀ ਕਿ ਤੂੰ ਤੈਨੂੰ ਕਹਿ ਦਿਆਂ ਕ੍ਰੇਜ਼ੀ ਯੂ ਸੈਡ ਸਮਥਿੰਗ ਮੈਂ ਕਹਿ ਰਿਹਾ ਸੀ ਉਹ ਭੂਆ ਉਡੀਕਦੀ ਹੋਣੀ ਹੈ ਹਾਂ ਹਾਂ ਚੱਲ ਪਰ ਮੈਂ 20 ਸੈਂਟ ਦੇ ਘਰ ਵੀ ਜਾਣਾ ਹੈ ਸਹਿਜ ਮੈਂ ਗੱਲ ਕਰਾਂ ਨਹੀਂ ਨਹੀਂ ਪਲੀਜ਼ ਤੂੰ ਰੂਮ ਚੱਲ ਮੈਂ ਆਉਂਦੀ ਹਾਂ ਥੈਂਕ ਯੂ ਮੈਮ ਸਰ ਬ੍ਰੈਕਫਾਸਟ ਬਹੁਤ ਅੱਛਾ ਸੀ ਤੁਸੀਂ ਲੋਕ ਗੱਲ ਕਰੋ ਸਹਿਜ ਆਈ ਵਿਲ ਬੀ ਇਨ ਮਾਈ ਰੂਮ ਤੇਰੀ ਦੰਦੀਆਂ ਵੜਦੀ ਸੀ ਬੈਠੀ ਰਹਿਣ ਦਿੰਦੀ ਚੁੱਪ ਕਰ ਓਏ ਬਕਵਾਸ ਕਰਦਾ ਨਾ ਤੂੰ ਇਹਨੂੰ ਦੱਸ ਦਿੱਤਾ ਮੇਰੀ ਫਰੈਂਡ ਹੈ ਸ਼ੇਅਰ ਤਾਂ ਕਰਦੇ ਆ ਸ਼ੇਅਰ ਕਰਦੇ ਆ ਬਹੁਤ ਚੰਗਾ ਲੱਗਦਾ ਇਦਾਂ ਕਰਨਾ ਹੈ ਮੇਰਾ ਨੱਕ ਵਟਾ ਕੇ ਰੱਖ ਦਿੱਤਾ ਪਤਾ ਨਹੀਂ ਕੀ ਬਹਾਨੇ ਲਾਏ ਮੈਂ ਲੋਕਾਂ ਨੂੰ ਨਾ ਇਦਾਂ ਘਰੋਂ ਬਾਹਰ ਰਹਿਣਾ ਚੰਗਾ ਲੱਗਦਾ ਭਲਾ ਮੈਂ ਕੋਈ ਤੇਰਾ ਬੁਰਾ ਸੋਚੂਗਾ ਮੈਂ ਕੁੜੀ ਦੀ ਮਰਜ਼ੀ ਦੇ ਖਿਲਾਫ ਕੁਛ ਨਹੀਂ ਹੋਣ ਦੇਣਾ ਤੁਸੀਂ ਜਿੰਨੇ ਵੀ ਮੁੰਡੇ ਵਾਲਿਆਂ ਨਾਲ ਗੱਲ ਕੀਤੀ ਆ ਨਾ ਸਭ ਨੂੰ ਮਨਾ ਕਰ ਦਿਓ ਕਹਿ ਦਿਓ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ ਤੂੰ ਫਿਰ ਵਿੱਚ ਬੋਲ ਪਈ ਆ ਆ ਹੱਥ ਦਾ ਚੇਤਾ ਭੁੱਲ ਗਿਆ ਤੈਨੂੰ ਹਾਂ ਗਰਮੇਲ ਪੁੱਤ ਅੱਲਾ ਹੀ ਤਾਂ ਕੁੱਕੂ ਦੀ ਭੂਆ ਦਾ ਨੰਬਰ ਹੁਣੇ ਲਓ ਮੰਮੀ ਤੁਸੀਂ ਉਹ ਪੁੱਤ ਇਹਦੀ ਕੀ ਲੋੜ ਹੈ ਉਹ ਮੈਂ ਤਾਂ ਉਹ ਕਹਿ ਰਿਹਾ ਸੀ ਵੀ ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਹੈ ਆਪਾਂ ਨੂੰ ਹੈ ਆਪਣੇ ਘਰ ਦਾ ਮਸਲਾ ਆ ਆਪਾਂ ਆਪੇ ਨਿਬੇੜ ਲੈਂਦੇ ਹਾਂ ਐਵੇਂ ਨਾ ਲੜਿਆ ਕਰੋ ਡੈਡੀ ਮੰਮੀ ਸੇਰਿਆਂ ਨਾਲ ਵੇ ਆਏ ਹੋਏ ਨੇ ਤੂੰ ਚੁੱਪ ਕਰ ਜਾ ਓਏ ਕਿੱਥੋਂ ਜੰਮ ਪਿਆ ਸਾਲਾ ਇਹ ਜਿਹਾ ਤੁਹਾਡਾ ਹੀ ਹੈ ਮੈਂ ਦਾਚ ਨਹੀਂ ਲੈ ਕੇ ਆਈ ਪਿੱਛੋਂ ਮੰਮੀ ਆ ਲਓ ਭੂਆਈ ਦਾ ਨੰਬਰ ਲਾਓ ਇੱਕ ਮਿੰਟ ਲੈ ਆ ਦੇਖ ਤਾਂ ਹੈ ਕਿਵੇਂ ਸਾਲੇ ਨੂੰ ਚਾ ਚੜਿਆ ਪਿਓ ਦੀ ਖੜਕਾਈ ਹੁੰਦੀ ਦੇਖਣ ਲਈ ਡੈਡੀ ਜੀ ਤੁਹਾਡੀ ਬੇਇੱਜ਼ਤੀ ਕਰਨਾ ਸਾਨੂੰ ਵੀ ਚੰਗਾ ਨਹੀਂ ਲੱਗਦਾ ਅਸੀਂ ਵੀ ਇਨਸਾਨ ਆ ਸਾਡੇ ਆਪਣੇ ਦਿਮਾਗ ਨੇ ਤੁਹਾਡੇ ਪਾਲੇ ਹੋਏ ਡੰਗਰ ਨਹੀਂ ਆ ਤੂੰ ਹੁਣ ਇੰਦਰ ਕੌਰ ਦੇ ਘਰ ਜਾ ਕੇ ਦਿਖਾ ਮੈਨੂੰ ਜੇ ਮੈਂ ਤੇਰੀਆਂ ਲੱਤਾਂ ਨਾ ਭੰਨ ਦਿੱਤੀਆਂ ਤੇ ਜੇ ਸ਼ਾਮੀ ਅਸੀਂ 4 ਵਜੇ ਤੱਕ ਉੱਥੇ ਨਾ ਪਹੁੰਚੇ ਨਾ ਤੇ ਭੂਆ ਇੱਥੇ ਆ ਜੂ ਉਹ ਧੀਆਂ ਤਾਂ ਪਿਓ ਦੀ ਪੱਗ ਵਾਸਤੇ ਜਾਨ ਵੀ ਦੇ ਦਿੰਦੀਆਂ ਐ ਓਏ ਹੋਏ ਆਹ ਡਾਇਲੌਗ ਤਾਂ ਮੈਂ ਇੱਕ ਫਿਲਮ 'ਚ ਵੀ ਸੁਣਿਆ ਧੀਏ ਤੇਰੇ ਪਿਓ ਦੀ ਪੱਗ ਤੇਰੇ ਪੈਰਾਂ ਵਿੱਚ ਐ ਵੇਖੀ ਕਿਤੇ ਮਿੱਟੀ 'ਚ ਨਾ ਰੋਲਦੀ ਕਿਹੜੀ ਫਿਲਮ ਸੀ ਯਾਰ ਉਹ ਤੂੰ ਬਹਿ ਜਾ ਚੁੱਪ ਕਰਕੇ ਲੱਗਦਾ ਫਿਲਮਾਂ ਦਾ ਸਹਿਜ ਪੁੱਤ ਹੁਣ ਤੁਸੀਂ ਇੱਥੇ ਘਰੇ ਹੀ ਰਹੋ ਨਾਲੇ ਤੇਰੇ ਡੈਡੀ ਨੂੰ ਤੁਹਾਡਾ ਉੱਥੇ ਰਹਿਣਾ ਚੰਗਾ ਨਹੀਂ ਲੱਗਦਾ ਮੰਮਾ ਮੈਂ ਆ ਜਾਵਾਂਗੀ ਮੈਂ ਵਿਆਹ ਵੀ ਕਰਾਵਾਂਗੀ ਪਰ ਮੁੰਡਾ ਮੇਰੀ ਪਸੰਦ ਦਾ ਹੋਵੇਗਾ ਹੋਰ ਭੇਜ ਇਹਨੂੰ ਕੈਨੇਡਾ ਲੈ ਲੈ ਸਵਾਦ ਮੁੰਡਾ ਮੇਰੀ ਮਰਜ਼ੀ ਦਾ ਮੰਮੀ ਮੇਰੀ ਨਜ਼ਰ 'ਚ ਵੀ ਹੈਗਾ ਇੱਕ ਮੁੰਡਾ ਤੂੰ ਮੈਂ ਕਹਿੰਦਾ ਚੁੱਪ ਕਰਕੇ ਬਹਿ ਜਾ ਆਪਣੀ ਥਾਂ ਤੇ ਇਹਦਾ ਵਿਆਹ ਹੋਊਗਾ ਸਿਰਫ ਮੇਰੀ ਮਰਜ਼ੀ ਨਾਲ ਮਰਜ਼ੀ ਤੁਹਾਡੀ ਨਾਲ ਹੀ ਹੋਵੇਗਾ ਪਰ ਪਸੰਦ ਮੇਰੀ ਹੋਵੇਗੀ ਠੀਕ ਕਹਿੰਦੀ ਆ ਕੁੜੀ ਜੇ ਕਿਤੇ ਸਾਥੋਂ ਸਾਡੀ ਮਰਜ਼ੀ ਕਿਸੇ ਨੇ ਪੁੱਛੀ ਹੁੰਦੀ ਨਾ ਤਾਂ ਮੈਂ ਕਿਤੇ ਇਹੋ ਜਿਹੇ ਬੁੱਝੜ ਨਾਲ ਵਿਆਹ ਕਰਾਉਣਾ ਸੀ ਬੁੱਝੜ ਕੀ ਕਿਹਾ ਬੁੱਝੜ ਓਏ ਮੈਂ ਬੁੱਝੜ ਫਿਰ ਕੀ ਸੋਚਿਆ ਸਹਿਜ ਯਾਰ ਬੜੀ ਕਨਫਿਊਜ਼ਨ ਹੈ ਦੋਨੋਂ ਮੁੰਡੇ ਚੰਗੇ ਨੇ ਡਿਫਰੈਂਟ ਨੇ ਦੀਪ ਜਿਹੜਾ ਹੈਗਾ ਉਹ ਬਹੁਤ ਹੀ ਲਾਊਡ ਹੈ ਆਊਟਸਪੋਕਨ ਹੈ ਉਹਨੂੰ ਚੁੱਪ ਕਰਾਉਣਾ ਪੈਂਦਾ ਅਤੇ ਜਸ਼ਨ ਉਹਨੂੰ ਹਿਲਾ ਕੇ ਬੁਲਾਉਣਾ ਪੈਂਦਾ ਦੀਪ ਸ਼ੋਅ ਆਫ ਕਰਨ 'ਚ ਬਿਲੀਵ ਕਰਦਾ ਅਤੇ ਜਸ਼ਨ ਕੁਛ ਵੀ ਨਹੀਂ ਲੁਕਾਉਂਦਾ ਮੈਂ ਇਹ ਪੁੱਛਿਆ ਹੈ ਕੁਛ ਫੈਸਲਾ ਕੀਤਾ ਟਾਈਮ ਲੱਗੂਗਾ ਬਟ ਸਹਿਜ ਦੋਨੋਂ ਵੈਰੀ ਕਲੋਸ ਫਰੈਂਡਸ ਨਾ ਤੇਰੇ ਕਰਕੇ ਦੋਨੋਂ ਵਿੱਚ ਡਿਫਰੈਂਸਿਸ ਹੋ ਜਾਣਗੇ ਯਾਰ ਉਹ ਦੋਸਤੀ ਕਿਹੜੀ ਜਿਹੜੀ ਕੁੜੀ ਵਿੱਚ ਟੁੱਟ ਜਾਵੇ ਯੂ ਆਰ ਅ ਸਮਾਰਟ ਗਰਲ ਥੈਂਕ ਯੂ ਆਈ ਨੋ ਦੈਟ ਜੇ ਬੀਬੀਆਂ ਵੀ ਇੱਕ ਵਾਰੀ ਬਿਊਟੀ ਪਾਰਲਰ ਵੜ ਜਾਣ ਨਾ ਤਾਂ ਬਿਊਟੀ ਪਾਰਲਰ ਵਾਲੇ ਚੱਕ ਕੇ ਸੱਟ ਦੇਣ ਤਾਂ ਸੱਟ ਦੇਣ ਆਪ ਨਹੀਂ ਨਿਕਲ ਕੇ ਰਾਜੀ ਹੁੰਦੀਆਂ ਮੈਂ ਹਿਸਾਬ ਲਾਇਆ ਵੈਸੇ ਅਸੀਂ ਇੰਨਾ ਵੀ ਨਹੀਂ ਟਾਈਮ ਲਾਇਆ ਜਿੰਨਾ ਵੱਡਾ ਰੌਲਾ ਪਾਇਆ ਹੋਇਆ ਤੂੰ ਹੀ ਕਹਿੰਦੀ ਆ ਨਹੀਂ ਲਾਇਆ ਟਾਈਮ ਮੈਨੂੰ ਪਤਾ ਨਾ ਜਿਹੜਾ ਬਾਹਰ ਖੜਾ ਵੇਟ ਕਰਦਾ ਸੀ ਅੱਛਾ ਆਓ ਆਓ ਮੈਂ ਤੁਹਾਡੀ ਵੇਟ ਕਰ ਰਹੀ ਸੀ ਅਸੀਂ ਲੇਟ ਤਾਂ ਨਹੀਂ ਹੋਇਆ ਨਾ ਨਹੀਂ ਨਹੀਂ ਯੂ ਆਰ ਔਨ ਟਾਈਮ ਕੋਕੋ ਨੇ ਕਿਹਾ ਅਸੀਂ ਲੇਟ ਹੈ ਮੈਂ ਕਦ ਕਿਹਾ ਸੀ ਲੇਟ ਹਾਂ ਤੇਰਾ ਮਤਲਬ ਓਈ ਸੀ ਬੀ ਓਨੈਸਟ ਕਿਉਂ ਵਿਨੀ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਤੁਸੀਂ ਵਿਨੀ ਨੂੰ ਵਿੱਚ ਨਾ ਫਸਾਓ ਚਲੋ ਅੰਦਰ ਚਲੋ ਸਹਿਜ ਕਿੱਥੇ ਆ ਉਹ ਨਹੀਂ ਆਈ
ਸਹਿਜ ਆ ਗਈ ਹੈ ਜੀ ਅੱਜ ਲੰਚ ਤੇ ਕਿਤੇ ਓਕੇ ਉਹਨੇ ਤਾਂ ਆਪਣੇ ਵਾਲਾ ਕਰ ਲਿਆ ਹੋਣਾ ਸਾਡੇ ਵਾਲਾ ਠੰਡਾ ਹੁੰਦਾ ਹਾਂ ਪਲੀਜ਼ ਪਲੀਜ਼ ਅੰਦਰ ਆ ਨਹੀਂ ਨਹੀਂ ਜ਼ਮੀਨ ਬੜੀ ਕੰਮ ਦੀ ਆ ਹਾਂ ਹਾਂ ਬਾਈ ਜੀ ਸੌਦਾ ਮਾਰ ਦਿਓ ਪੂਰੇ 400 ਕਿੱਲੇ ਦਾ ਪੈਸੇ ਦੀ ਚਿੰਤਾ ਨਾ ਕਰੋ ਪੈਸੇ ਦਾ ਟਾਈਮ ਹੋ ਜਾਊਗਾ ਬਾਈ ਜੀ ਹਾਂ ਹਾਂ ਤੁਸੀਂ ਮੈਨੂੰ ਸ਼ਾਮ ਨੂੰ ਫੋਨ ਕਰ ਲਿਓ ਬਾਕੀ ਦਾ ਪ੍ਰੋਗਰਾਮ ਮੈਂ ਤੁਹਾਨੂੰ ਦੱਸ ਦੂੰਗਾ ਬਾਈ ਜੀ ਮੇਰੀ ਗੱਲ ਤਾਂ ਸੁਣ ਲਓ ਬਾਈ ਇੱਕ ਮਿੰਟ ਮੇਰੀ ਉਹ ਗੱਲ ਤਾਂ ਨਿਬੜ ਲੈਣ ਦੇ ਕਰ ਯਾਰ ਤੁਹਾਡੀ ਗੱਲ ਨਹੀਂ ਨਿਬੜਨੀ ਹੁਣ ਤੱਕ ਮੇਰੀ ਵਾਲੀ ਗੱਲ ਨਿਬੜ ਜਾਣੀ ਹੈ ਕਿਉਂ ਤੇਰੇ ਪਿੱਛੇ ਹਲਕੇ ਕੁੱਤੇ ਪਏ ਬਾਈ ਜੀ ਹਲਕੇ ਹੋਏ ਕੁੱਤੇ ਦਾ ਵੱਡਿਆ ਫਿਰ ਵੀ ਬਚ ਲੈਂਦਾ ਪਰ ਗੋਰੀ ਦਾ ਨਹੀਂ ਅੱਜ ਤਾਂ ਸਾਲੀ ਘਰੀ ਆ ਬੜੀ ਕੀ ਕਿਹਾ ਗੋਰੀ ਘਰੇ ਆ ਗਈ ਉਹ ਤੈਨੂੰ ਦੇਖਿਆ ਤਾਂ ਨਹੀਂ ਉਹਨੇ ਜੇ ਉਹਨੇ ਦੇਖਿਆ ਹੁੰਦਾ ਬਾਈ ਜੀ ਫਿਰ ਮੈਂ ਤੁਹਾਡੇ ਕੋਲ ਇੱਥੇ ਨਾ ਖੜਾ ਹੁੰਦਾ ਸੈਂਟਰ ਜੇਲ੍ਹ ਤੁਸੀਂ ਮੇਰਾ ਪਤਾ ਕਰਨ ਆਉਂਦੇ ਬਾਈ ਜੀ ਹਜੇ ਵੀ ਕੁਝ ਕਰ ਲਓ ਸਲਾ ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਘਰੇ ਆਈ ਕਿਵੇਂ ਇੱਕ ਤਾਂ ਸਾਲੀਆ ਘਰ ਵਾਲੀਆਂ ਨੂੰ ਰੋਟੀ ਖਵਾਉਣ ਦੀ ਬੜੀ ਵਧੀਆ ਆਦਤ ਹੁੰਦੀ ਹੈ ਵੀ ਲੋਕ ਕਹਿਣਗੇ ਰੋਟੀ ਬੜੀ ਸਵਾਦ ਸੀ ਮੈਨੂੰ ਕਹਿੰਦੀ ਅੱਜ ਘਰੋਂ ਬਾਹਰ ਨਾ ਜਾਇਓ ਘਰੇ ਗੈਸਟਾਂ ਨੇ ਆਉਣਾ ਤੁਹਾਡੇ ਲਈ ਸਰਪ੍ਰਾਈਜ਼ ਹੈ ਤਾਂ ਦੇਤਾ ਸਾਲਾ ਸਰਪ੍ਰਾਈਜ਼ 440 ਵੋਲਟ ਦਾ ਕਰੰਟ ਮਾਰਿਆ ਮੇਰੇ ਭੂਕ ਕੇ ਰੱਖਤਾ ਸਾਲੀ ਨੇ ਬਾਈ ਜੀ ਹਜੇ ਵੀ ਕਰ ਲਓ ਕੁਛ ਨਹੀਂ ਤਾਂ ਦੋਨੇ ਫਸ ਜਾਂਗੇ ਉਹ ਕਰੂੰਗਾ ਤਾਂ ਜੇ ਭੌਂਕਣਾ ਬੰਦ ਕਰੇਗਾ ਸਾਲਾ ਸਾਪਾ ਪੈ ਇੱਕ ਭੌਂਕੀ ਜਾਂਦਾ ਤੈਨੂੰ ਬਾਹਰ ਭੇਜਣ ਦਾ ਪ੍ਰਬੰਧ ਕਰਨਾ ਪੈਣਾ ਬਿਲਕੁਲ ਸਹੀ ਗੱਲ ਹੈ ਬਾਈ ਜੀ ਮੈਨੂੰ ਬਾਹਰ ਭੇਜ ਦਿਓ ਨਹੀਂ ਤਾਂ ਫੜ ਕੇ ਉਹਨਾਂ ਨੇ ਅੰਦਰ ਕਰ ਦੇਣਾ ਬਾਈ ਜੀ ਤੁਹਾਡੀ ਸੌਂ ਮੇਰੀ ਗੱਲ ਨਿਬੜ ਜਾਣੀ ਹੈ ਸਵਾਦ ਖਾਣਾ ਦੇਖ ਕੇ ਨਾ ਕੁੱਤੇ ਵਾਲਾ ਲਾਲਚ ਪੈ ਜਾਂਦਾ ਮੈਨੂੰ ਤਾਂ ਮੇਰੇ ਤੋਂ ਤਾਂ ਵੱਧ ਖਾਧਾ ਜਾਂਦਾ ਵੱਧ ਖਾਣ ਦਾ ਹੀ ਨਤੀਜਾ ਸਾਰਾ ਖਾਧਾ ਕੁਛ ਵੀ ਨਹੀਂ ਹੈ ਐਵੇਂ ਰੌਲਾ ਪਾਈ ਜਾਂਦੇ ਤੁਸੀਂ ਓਫ ਆਈ ਲਵ ਇੰਡੀਅਨ ਫੂਡ ਇੰਡੀਅਨ ਫੂਡ ਹੀ ਚੰਗਾ ਲੱਗਦਾ ਇੰਡੀਅਨ ਮੁੰਡੇ ਚੰਗੇ ਨਹੀਂ ਲੱਗਦੇ ਮਤਲਬ ਲੱਗਦਾ ਸੀ ਸਭ ਇੰਡੀਅਨ ਬਲਵੀਰ ਵਰਗੇ ਨੇ ਮਾਈ ਓਪੀਨੀਅਨ ਵਾਸ ਬੈਡ ਅਬਾਊਟ ਇੰਡੀਅਨ ਮੈਨ ਬਟ ਆਈ ਫਾਊਂਡ ਮੈਨ ਲਾਈਕ ਕੁਕੂ ਆਲਸੋ ਐਂਡ ਆ ਹੈਲਪਫੁਲ ਕਾਈਂਡ ਹੁਣ ਮੇਰੀ ਓਪੀਨੀਅਨ ਚੇਂਜ ਹੋ ਗਈ ਹੈ ਨਾ ਮੇਰਾ ਭਰਾ ਵੀ ਕੁਆਰ ਹੈ ਬੈਚਲਰ ਆਈ ਨੋ ਇੱਕ ਫਾਰਾ ਹੈ ਮੈਨੂੰ ਪਤਾ ਹੈ ਜਿਸ ਦੇ ਮੈਰਿਜ ਇਸ ਦੇ ਨਾਲ ਹੋਵੇਗੀ ਉਹ ਬਹੁਤ ਲੱਕੀ ਹੋਵੇਗੀ ਹੋਏਗਾ ਤਾਂ ਵੀ ਬਹੁਤ ਭਾਗਾਂ ਵਾਲਾ ਜਿਹਦੇ ਕਰਮਾਂ 'ਚ ਤੂੰ ਲਿਖੀ ਹੈ ਨਾ ਕੀ ਸੋਚ ਰਿਹਾ ਕੁਕੂ ਨਥਿੰਗ ਮੈਂ ਕੀ ਸੋਚਣਾ ਕੈਨ ਆਈ ਯੂਜ਼ ਦ ਵਾਸ਼ਰੂਮ ਯੈਸ ਸ਼ੋਰ ਉਧਰ ਬੈਡਰੂਮ ਦੇ ਨਾਲ ਹੀ ਹੈ ਤਰਸੀਮ ਸਰ ਨਹੀਂ ਦਿਖ ਰਹੇ ਹੁਣੇ ਤਾਂ ਇੱਥੇ ਸੀ ਪਤਾ ਨਹੀਂ ਕਿੱਥੇ ਚਲੇ ਗਏ ਇਹਨਾਂ ਦੀਆਂ ਮੀਟਿੰਗਸ ਵੀ ਨਾ ਘਰ ਨਹੀਂ ਬੈਠਣ ਦਿੰਦੀਆਂ ਇਹਨਾਂ ਨੂੰ ਇੱਥੇ ਕੀ ਕਰਦਾ ਮੈਨੂੰ ਤਾਂ ਸਹਿਜ ਨੇ ਬੁਲਾਇਆ ਮੈਨੂੰ ਵੀ ਸਹਿਜ ਨੇ ਬੁਲਾਇਆ ਚਲੀਏ ਫਿਰ ਚੱਲ ਤੂੰ ਵੀ ਆ ਜਾ ਹਾਏ ਸਹਿਜ ਹਾਏ ਹੈਲੋ ਸਹਿਜ ਹੈਲੋ ਸਹਿਜ ਤੂੰ ਜਸ਼ਨ ਨੂੰ ਬੁਲਾਇਆ ਸੀ ਮੈਨੂੰ ਦੱਸਿਆ ਹੀ ਨਹੀਂ ਹੈਗਾ ਵੈਲ ਮੈਂ ਤਾਂ ਦੋਨਾਂ ਨੂੰ ਫੋਨ ਕੀਤਾ ਸੀ ਤੁਸੀਂ ਆਪਸ ਡਿਸਕਸ ਨਹੀਂ ਕਰਦੇ ਆਈ ਥੌਟ ਗੱਲ ਤਾਂ ਜ਼ਰੂਰ ਕੀਤੀ ਹੋਵੇਗੀ ਹਾਂ ਨਹੀਂ ਨਹੀਂ ਹਾਂ ਮੇਰਾ ਮਤਲਬ ਕੱਲ ਅਸੀਂ ਮਿਲੇ ਨਹੀਂ ਹੈਗੇ ਹਾਂ ਨਹੀਂ ਤਾਂ ਅਸੀਂ ਸਭ ਕੁਝ ਸ਼ੇਅਰ ਕਰਦੇ ਹੀ ਹੈਗੇ ਹਾਂ ਵੈਸੇ ਅੱਜ ਕੱਲ ਮੋਬਾਈਲ ਨੈਟਵਰਕ ਵੀ ਬਹੁਤ ਡਾਊਨ ਰਹਿੰਦਾ ਹੈ ਨਾ ਗੱਲ ਤਾਂ ਹੋ ਹੀ ਨਹੀਂ ਸਕਦੀ ਚਲੋ ਹੁਣ ਬੈਠ ਜਾਓ ਕਿ ਖੜੇ ਹੀ ਰਹਿਣਾ ਹਾਂ ਹਾਂ ਬੈਠਣਾ ਤਾਂ ਹੈ ਹੀ ਬੈਠਣਾ ਹਾਂ ਬੈਠਾ ਹਾਂ ਆ ਜਾ ਅੰਨਾ ਤੇਰਾ ਨਾਂ ਬਦਲ ਕੇ ਐਨਾ ਹਜ਼ਾਰੇ ਰੱਖ ਦੇਣਾ ਉਹ ਭੁੱਖ ਹੜਤਾਲ ਤੇ ਹੁੰਦਾ ਤੂੰ ਚੁੱਪ ਹੜਤਾਲ ਤੇ ਸੀ ਸਾਰੇ ਤਾਂ ਗੱਲ ਹੀ ਨਹੀਂ ਕੀਤੀ ਕੋਈ ਕੁੜੀ ਨੇ ਹੈ ਮੂੰਹ ਦੇਖ ਕੇ ਮੈਂ ਲਟਕਿਆ ਪਿਆ ਜਿੱਦਾਂ ਢਿੱਡ 'ਚ ਮਲੱਪ ਪਏ ਹੁੰਦੇ ਉਹ ਤਬੀਅਤ ਠੀਕ ਹੈ ਤੇਰੀ ਯੈਸ ਕੁਕੂ ਮੈਂ ਠੀਕ ਹੈ ਹੈਲੋ
जे झूठ भी बोलना कॉन्फिडेंस ना तो बोल। एक कमलजीत सिंह कुकू झूठ ऐ फड़दा जिवें उड़दी अल चूचा नहीं फड़दी होंगी। टेल मी द ट्रुथ, गल की है? इधर तरसेम सर ने तुसी ना दी फोटो खिंच चुकी है। आ तरसेम नहीं बलबीर है। है ना, ऐनक लगन वाली है तेरे। ये तरसेम सिंह है, बहुत बड़ा बिजनेसमैन। नाले कैनेडा तेनू रिपोर्ट मिलता गई सी कि बलबीर सिंह इज मिसिंग। बिलीव मी ही इज बलबीर। तेनू को भुलेखा लग गया? नाले तू आप ही तो कहा सी कि बलबीर सिंह पग बंद है और ये बिना पग तो है। देन बलबीर सिंह एंड तरसेम सिंह, हाउ कैन बी द सेम थिंग? Why don't you believe me? It's same बदमाश है। एक बार मेरे सामने लेके आओ। मैं कोई झूठ बोल रहा है या? नहीं, नहीं है ना। तू झूठ नहीं बोल सकती। पर जे तरसेम सिंह ही बलबीर सिंह है ना, फिर मैं बेनकाब करके रहूंगा। मेरा तेरे नाल प्रॉमिस है। खाना बहुत स्वासी है ना? हाँ। स्वास स्वास च ज्यादा खा लिया। नहीं नहीं, दिल मैं दिना है। त्री जगतार भैन, सॉरी मेरा साला बटुआ कट के ले गया। अच्छा, वापस भी नहीं रख के गया। तू ऐ कर, अबेल तू पे कर दे। देख लंच मेरे वालों सी, मैं तेनू पे कर दूंगा। यार दीप, तेन पता ना बापू जी जिन्ने के पैसे पिंडों भेजते हैं वह महीने की 15 या 20 तरीक नू खत्म हो जाते हैं। है ना, अज कितनी तरीक है? 24। ये साला जगतार अपनी दोस्ती का नजायज फायदा उठा रहा है। इनू सबक सिखाने पऊ। बिल्कुल ठीक कह रहे हैं दीप। तू इंप्लॉय चाहे दोस्त क्यों ना होवे, उन्हें यह गल नहीं भुलनी चाहिए कि वह दोस्त होने के नाल नाल नौकर भी है। डोंट वरी, बिल मैं पे कर दिया। वैसे भी तुहानू दोनों नू इनवाइट मैं ही किया सी। बट ये मेरे सिर उधार रहा। वैसे भी मैं लाइक नहीं करता है भी कुड़ियाँ बिल पे कर। क्यों कुड़ियाँ बिल क्यों नहीं दे सकदिया? जशन तू दस, जे मैं बिल दे दिता तो कुछ गलत किया? नहीं, मैनू तो नहीं लगता। वैसे भी मैं बिल अफोर्ड कर ही नहीं सकता। ओ यार, तू मेरे होंदे टेंशन को लेना, मैं हैगा ना। चलो ठीक है, ये बिल मेरे सिर उधार रहा। सहज जो आप मिलोंगे मैं तेनों पैसे दे दूंगा। चलिए हुण। नहीं नहीं, तुसी बैठो तो सोचो नैक्सट टाइम बिल कौन पे करेगा। मैं चल रही हूँ, बाय बाय। मैं साले तुसी मैनू ऐ दसो, थोनू रोटी खाने तो पहला भी दारू चाहिए आ, बाद च भी? दारू थोड़ी है, बीर है यार। सालू इना भी नहीं पता। नाले पहला कदों पीती है सी? ਸਹਿਜ ਮੁਰੇ ਥੋੜੀ ਪੀ ਸਕਦੇ ਸੀ, ਸਾਡੀ ਵੀ ਕੋਈ ਇੱਜ਼ਤ ਹੈ। ਓਏ ਤੂੰ ਮੈਨੂੰ ਐਂ ਦੱਸ, ਮੈਂ ਤੇਰਾ ਪਰਸ ਕਾ ਚੋਰੀ ਕੀਤਾ? ਸਾਲਿਓ ਤੁਸੀਂ ਰੋਜ਼ ਮੇਰੀ ਜੇਬ ਕੱਟਦੇ ਹੋ, ਮੈਂ ਤੁਹਾਨੂੰ ਕਦੇ ਕਿਹਾ? ਤੂੰ ਦੱਸਿਆ? ਗੱਲ ਸੁਣਦਾ ਰਿਹਾ। ਓਏ ਜੇਬ ਤਾਂ ਮੇਰੀ ਕੱਟਦੇ ਕੱਟਦੇ ਸਿੱਧਾ ਨੌ ਵੀ ਕੱਟਤਾ ਜਗਤਾਰ ਤੋਂ ਤਾਰਾ। ਸੋਰੀ ਸੋਰੀ, ਵੈਰੀ ਵੈਰੀ ਸੋਰੀ ਸਰਦਾਰ ਜਗਤਾਰ ਸਿੰਘ ਰਾਏ ਜੀ। ਚੱਕ ਗੱਲ ਸੁਣੋ, ਇਹ ਜਸ਼ਨ ਦੀਆਂ ਗੱਲਾਂ 'ਚ ਬਿਲਕੁਲ ਨਹੀਂ ਹੋਣਾ। ਇਹ ਜਿੰਨੇ ਚੁੱਪ ਕੀਤੇ ਬੰਦੇ ਹੁੰਦੇ ਆ ਨਾ, ਇਹ ਸਾਲੇ ਬਹੁਤ ਮੀਸ ਨੇ ਹੁੰਦੇ ਨੇ। ਜਦ ਤੈਨੂੰ ਪਤਾ ਹੈ ਵੀ ਸਹਿਜ ਮੇਰੀ ਹੈ, ਤੂੰ ਫਿਰ ਵੀ ਉੱਥੇ ਗਿਆ, ਆਪਦੇ ਵੀਰ ਨੂੰ ਬਿਨਾਂ ਦੱਸੇ ਗਿਆ? ਕਿਉਂ? ਠੀਕ ਹੈ ਕੀ? ਠੀਕ ਹੈ ਬਾਈ, ਹੁਣ ਕੁੜੀ ਮੈਨੂੰ ਬੁਲਾਉਂਦੀ ਹੈ, ਫਿਰ ਮੈਂ ਨਾ ਜਾਵਾਂ ਯਾਰ? ਸਾਲਿਆ ਕੋਈ ਬਹਾਨਾ ਮਾਰਦੇ ਕੰਜਰ ਦਿਆ। ਨਾਲੇ ਅੱਜ ਨਹੀਂ ਤਾਂ ਕੱਲ੍ਹ ਉਹ ਤੁਹਾਡੀ ਭਾਬੀ ਬਣਨ ਵਾਲੀ ਹੈਗੀ, ਹੈ ਤੇ ਤੂੰ ਜੇਠ ਧੱਕੇ ਨਾ ਬਣਾਈ ਜਾ ਉਹਨੂੰ ਭਰਜਾਈ। ਹੈ ਕੁੜੀ ਤਾਂ ਇੱਕ ਵਾਰ ਵੀ ਨਹੀਂ ਕਹਿੰਦੀ। ਹਾਲੇ ਗੱਲ ਸੁਣੋ ਬਾਈ, ਬਾਪ ਨਹੀਂ ਗਿਆ? ਹੈ ਇਹ ਬਾਈ ਮੈਨੂੰ ਕਹਿੰਦਾ ਯਾਰ ਮੇਰੀ ਤਾਂ ਗਰਲਫ੍ਰੈਂਡ ਲੱਗੀ ਉਹ। ਠੀਕ ਹੈ ਕੀ? ਠੀਕ ਆ ਐ ਤਾਂ ਕਹਿ ਦੂ ਕਟਰੀਨਾ ਕੈਫ ਮੇਰੀ ਗਰਲਫ੍ਰੈਂਡ ਆ, ਬਣ ਗਈ ਫਿਰ? ਓਏ ਗਰਲਫ੍ਰੈਂਡ ਹੋ, ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾ ਵੀ ਕੁੜੀਆਂ ਦੇ ਮਗਰ ਨਾ ਫੇਰਿਆ ਕਰੋ। ਕੁੜੀ ਇੱਕ ਵਾਰ ਜ਼ਿੰਦਗੀ 'ਚ ਆਈ ਨਹੀਂ ਤੇ ਯਾਰੀ 'ਚ ਪਾੜ ਪਿਆ ਨਹੀਂ, ਆਹ ਦੇਖ ਲਓ ਕੀ ਪਾੜ ਪੈ ਗਿਆ ਹੈ।
ਉਹ ਯਾਰ ਗੱਲ ਸੁਣ ਮੇਰੀ, ਜੇ ਸਾਰੀ ਦੁਨੀਆ ਬਜਰੰਗ ਬਲੀ ਦੀ ਭਗਤ ਬਣ ਗਈ ਤਾਂ ਸ੍ਰਿਸ਼ਟੀ ਕਿਵੇਂ ਚੱਲੂ? ਉਹ ਦੁਨੀਆ ਨੂੰ ਕੋਈ ਬੰਦਾ ਨਹੀਂ ਚਲਾਉਂਦਾ, ਔਰ ਰੱਬ ਹੀ ਚਲਾਉਂਦਾ। ਚਾਰ ਜਵਾਕ ਜੰਮ ਕੇ ਕਹਿ ਦਿੰਦੇ ਹੋ ਵੀ ਤਾਂ ਰੱਬ ਦੀ ਦੇਣ, ਤੁਹਾਡੇ ਬ੍ਰਹਮਚਾਰੀਆਂ ਦੀ ਹੁੰਦਾ, ਸਾਡੇ ਨਹੀਂ ਹੈਗਾ। ਚਲੋ ਚੁੱਸੂ ਯਾਰ, ਕੁੱਕੂ ਕੀ ਗੱਲਾਂ ਕਰਦੇ ਹੋ ਤੁਸੀਂ? ਇਹ ਤਾਂ ਚੰਗਾ ਹੋਇਆ ਕਿ ਤੁਸੀਂ ਕਿਸੇ ਹੋਰ ਕੋਲ ਨਹੀਂ ਇਹ ਗੱਲ ਕੀਤੀ। ਸਰਦਾਰ ਤਰਸੇਮ ਸਿੰਘ ਇੱਕ ਇੱਜ਼ਤਦਾਰ ਬੰਦਾ ਹੈ, ਤੁਸੀਂ ਉਹਨੂੰ ਬਲਬੀਰ ਸਿੰਘ ਬਣਾਈ ਜਾ ਰਹੇ ਹੋ। ਮੈਨੂੰ ਪੱਕਾ ਪਤਾ ਹੈ ਸਰ, ਆਈ ਐਮ ਸ਼ੋਰ। ਮੈਡਮ ਜੀ, ਜਿਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਵੇਲੇ ਤਾਂ ਤਰਸੇਮ ਸਿੰਘ ਇੰਡੀਆ ਵਿੱਚ ਹੀ ਸੀ। ਉਹ ਬੰਗਲੌਰ ਦੇ ਕੋਲ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਤੇ ਉਹਦੀ ਘਰ ਵਾਲੀ ਇੰਗਲੈਂਡ 'ਚ ਸੀ ਆਪਣੀ ਪੜ੍ਹਾਈ ਦੇ ਸਿਲਸਿਲੇ 'ਚ। ਪਰ ਥਾਣੇਦਾਰ ਸਾਹਿਬ, ਐਨਾ ਐਡਾ ਵੱਡਾ ਭੁਲੇਖਾ ਨਹੀਂ ਖਾ ਸਕਦੀ। ਹੋਰ ਕਿੱਡਾ ਵੱਡਾ ਖਾ ਸਕਦੀ ਹੈ? ਤੁਸੀਂ ਤਰਸੇਮ ਮੇਰੇ ਸਾਹਮਣੇ ਇੱਕ ਵਾਰ ਲੈ ਕੇ ਆਓ। ਮੈਡਮ ਜੀ, ਕੱਲ੍ਹ ਨੂੰ ਤੁਸੀਂ ਕਹੋਗੇ ਅਮਿਤਾਭ ਬੱਚਨ 'ਤੇ ਤੁਹਾਨੂੰ ਸ਼ੱਕ ਹੈ, ਉਹਨੂੰ ਲੈ ਕੇ ਆਓ ਤੁਹਾਡੇ ਕੋਲ। ਇੰਝ ਨਹੀਂ ਹੁੰਦਾ, ਤੁਹਾਡੇ ਕੋਲ ਕੋਈ ਸਬੂਤ ਹੋਣਾ ਚਾਹੀਦਾ। ਕੋਈ ਫੋਟੋ ਹੈ ਬਲਬੀਰ ਸਿੰਘ ਦੀ ਤੁਹਾਡੇ ਕੋਲ? ਕਮਾਲ ਹੈ, ਉਹ 6 ਮਹੀਨੇ ਰਿਹਾ ਤੁਹਾਡੇ ਕੋਲ ਅਤੇ ਤੁਹਾਡੇ ਕੋਲ ਕੋਈ ਫੋਟੋ ਹੀ ਨਹੀਂ। ਉਹ ਤੁਹਾਡੀ ਕੈਨੇਡਾ ਦੀ ਰਿਪੋਰਟ ਵੇਲੇ ਅੰਬੈਸੀ ਨੇ ਇੱਕ ਫੋਟੋ ਭੇਜੀ ਸੀ ਉਹਦੀ, ਪਰ ਉਹ ਤਾਂ ਕੋਈ ਹੋਰ ਹੀ ਆਦਮੀ ਸੀ। ਨਾਲੇ ਜਿਵੇਂ ਸਾਨੂੰ ਸਾਰੇ ਜਪਾਨੀ ਇੱਕੋ ਜਿਹੇ ਲੱਗਦੇ ਆ ਨਾ, ਇੱਦਾਂ ਹੀ ਇਹਨਾਂ ਨੂੰ ਸਾਰੇ ਪਗੜੀਆਂ ਵਾਲੇ ਇੱਕੋ ਜਿਹੇ ਲੱਗਦੇ। ਕਿਉਂ ਜੀ? ਉਹ ਤਾਂ ਮੈਨੂੰ ਪਤਾ ਨਹੀਂ ਥਾਣੇਦਾਰ ਸਾਹਿਬ, ਪਰ ਮੈਨੂੰ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਲੱਗਦੇ ਆ ਜੀ। ਜੇ ਪਤਾ ਲੱਗਿਆ ਤਾਂ ਦੱਸਾਂਗੇ ਤੁਹਾਨੂੰ, ਫੋਨ ਕਰਾਂਗੇ। ਚਲੋ, ਫਿਰ ਵੀ ਮਿਹਰਬਾਨੀ ਜੀ ਤੁਹਾਡੀ। ਮੈਂ ਵੀ ਕਹਾਂ ਵੀ ਬੈਡਰੂਮ 'ਚੋਂ ਫੋਟੋ ਗਈ ਕਿੱਥੇ? ਚੱਲ ਕੋਈ ਨਹੀਂ, ਫੋਟੋ ਤਾਂ ਕੀ ਆ, ਫੋਟੋ ਲੱਗੇ ਕੀ ਕਰ ਲੂਗੀ? ਉਹ ਤਾਂ ਠੀਕ ਹੈ ਬਾਈ ਜੀ, ਦੇਖੋ ਪਰ ਤੁਸੀਂ ਮੇਰਾ ਸਾਥ ਨਾ ਛੱਡਿਓ। ਤੁਹਾਨੂੰ ਤਾਂ ਪਤਾ ਬਾਈ ਜੀ, ਮੈਂ ਸਾਰਾ ਕੁਝ ਤੁਹਾਡੇ ਕਹਿਣ 'ਤੇ ਕੀਤਾ। ਸਾਲੇ ਮੇਰੇ ਕਹਿਣ 'ਤੇ ਕੀਤਾ? ਮੈਂ ਤੈਨੂੰ ਕਿਹਾ ਸੀ ਗੋਰੀ ਜਾ ਕੇ ਫਸਾਉਣ ਨੂੰ, ਤੇਰੀ ਘਰ ਵਾਲੀ ਚਲੀ ਗਈ ਪੜ੍ਹਨ ਅਤੇ ਤੂੰ ਫਸਾ ਲਈ ਗੋਰੀ, ਨਾਲੇ ਉਹਦਾ ਪੈਸਾ ਲੈ ਕੇ ਭੱਜਣ ਦੀ ਤੈਨੂੰ ਕੀ ਲੋੜ ਸੀ? ਬਾਈ ਜੀ ਮੈਂ ਕਰ ਜਾ ਸਾਲਾ, ਬਾਈ ਜੀ ਦਾ ਲੱਗਦਾ ਤੇਰੇ ਜਾਣ ਤੋਂ ਬਾਅਦ ਦਸਾਉਂਦੇ ਦਾ ਕੰਡਾ ਅਸੀਂ ਕੱਢਤਾ ਸੀ, ਪਰ ਤੂੰ ਆ ਕੇ ਸਾਰਾ ਕੰਮ ਫੇਰ ਖਰਾਬ ਕਰਤਾ। ਸਰਦਾਰ ਜੀ, ਫਿਰ ਮੇਰੇ ਲਈ ਕੀ ਹੁਕਮ ਹੈ? ਵੈਸੇ ਤਾਂ ਮੈਂ ਕਿਸੇ ਨੂੰ ਕੁਛ ਦੱਸਦਾ ਨਹੀਂ ਹੁੰਦਾ, ਪਰ ਕੀ ਕਰਾਂ, ਬੱਚੇ ਹੁਣ ਵੱਡੇ ਹੋਣ ਲੱਗ ਪਏ, ਉਹਨਾਂ ਦੀਆਂ ਜ਼ਰੂਰਤਾਂ ਵੀ ਵਧਣ ਲੱਗ ਪਈਆਂ। ਦਾਂਦਾਂ ਨਾ ਕੱਢੀ ਜਾ, ਆ ਕੁੱਤੇ ਨੂੰ ਹੱਡੀ ਪਾ ਦੇ। ਦੇਖਿਆ ਦੇਖਿਆ, ਸਰਦਾਰ ਜੀ ਨੇ ਮੈਨੂੰ ਮਾਣ ਬਖਸ਼ਿਆ, ਪਰ ਘਰ ਦਾ ਕੁੱਤਾ ਕਦੇ ਘਰਦਿਆਂ ਨੂੰ ਨਹੀਂ ਵੱਢਦਾ ਹੁੰਦਾ। ਇੱਕ ਗੱਲ ਯਾਦ ਰੱਖੀ ਉਜਾਗਰ ਸਿੰਘ, ਜੇ ਕੁੱਤਾ ਹਲਕ ਜੇ ਨਾ ਤਾਂ ਗੋਲੀ ਮਾਰ ਦਿੰਦੇ ਹੁੰਦੇ ਨੇ। ਪਰ ਮੇਰਾ ਤਜਰਬਾ ਕਹਿੰਦਾ ਹੈ ਕਿ ਜੇ ਹਲਕਿਆ ਕੁੱਤਾ ਕਿਸੇ ਨੂੰ ਵੱਢ ਲੈ ਨਾ ਤਾਂ ਬਚਦਾ ਉਹ ਵੀ ਨਹੀਂ ਹੁੰਦਾ। ਬਹੁ ਸਤਿ ਸ੍ਰੀ ਅਕਾਲ ਐਂਡ ਕਾਪੀ ਟੂ ਆਲ। ਬਾਈ ਜੀ, ਆਹ ਤੁਹਾਡਾ ਹੜਕਾਇਆ ਹੋਇਆ ਕੁੱਤਾ ਆਪਾਂ ਨੂੰ ਇੱਕ ਦਿਨ ਵੱਢੂ ਜ਼ਰੂਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਵੈਂਟ ਨੇ ਦੱਸਿਆ ਕਿ ਤੁਸੀਂ ਆਏ ਹੋ, ਵਟ ਏ ਪਲੈਜ਼ੈਂਟ ਸਰਪ੍ਰਾਈਜ਼, ਪਲੀਜ਼ ਬੈਠੋ ਨਾ। ਬੈਠੋ ਤੁਸੀਂ ਵੀ ਜੀ। ਓ ਐਕਚੁਅਲੀ ਇੱਕ ਬਹੁਤ ਜ਼ਰੂਰੀ ਮਸਲੇ 'ਤੇ ਤੁਹਾਡੇ ਨਾਲ ਕੋਈ ਸਲਾਹ ਕਰਨੀ ਸੀ, ਉਹਦੇ ਵਾਸਤੇ ਕਸ਼ਟ ਦਿੱਤਾ ਜੀ ਤੁਹਾਨੂੰ। ਓਕੇ, ਦੱਸੋ ਮੈਂ ਕੀ ਹੈਲਪ ਕਰ ਸਕਦੀ ਤੁਹਾਡੀ? ਦਰਅਸਲ ਉਹ ਇਹਦੀ ਸਿਸਟਰ ਦੀ ਪ੍ਰੋਬਲਮ ਹੈ ਜੀ ਇਹਨਾਂ ਦੀ। ਹਾਂ ਹਾਂ, ਦੱਸੋ। ਇੱਥੋਂ ਇੰਡੀਆ ਤੋਂ ਨਾ ਜੀ ਇੱਕ ਵਿਆਹ ਵਰਿਆ ਬੰਦਾ ਕੈਨੇਡਾ ਗਿਆ ਸੀ, ਉੱਥੇ ਜਾ ਕੇ ਉਹਨੇ ਇਹਦੀ ਸਿਸਟਰ ਨਾਲ ਸ਼ਾਦੀ ਕਰ ਲਈ ਜੀ। ਥੋੜ੍ਹਾ ਟਾਈਮ ਰਿਹਾ ਜੀ ਉਹਦੇ ਨਾਲ, ਤਾਂ ਬਾਅਦ 'ਚ ਉਹਦਾ ਸਾਰਾ ਪੈਸਾ ਧੇਲਾ ਲੁੱਟ ਕੇ ਤਾਂ ਇੱਧਰ ਵਾਪਸ ਇੰਡੀਆ ਆ ਗਿਆ ਜੀ। ਉਰੇ ਆ ਕੇ ਲਾਪਤਾ ਹੋ ਗਿਆ ਬੰਦਾ ਉਹ। ਓਕੇ, ਪਰ ਮੈਂ ਇਹਦੇ ਵਿੱਚ ਤੁਹਾਡੀ ਕੀ ਹੈਲਪ ਕਰ ਸਕਦੀ ਹਾਂ? ਤੁਸੀਂ ਪੁਲਿਸ ਵਿੱਚ ਰਿਪੋਰਟ ਤਾਂ ਕਰਵਾਈ ਹੋਏਗੀ ਨਾ? ਕੀਤੀ, ਪੁਲਿਸ ਰਿਪੋਰਟ ਤਾਂ ਕੀਤੀ ਜੀ, ਔਰ ਗੱਲ ਇਹ ਕਿ ਉਹ ਬੰਦਿਆਂ ਦਾ ਸਾਨੂੰ ਥੋੜ੍ਹਾ ਜਿਹਾ ਹੁਣ ਪਤਾ ਵੀ ਲੱਗ ਗਿਆ ਜੀ ਬੰਦਾ ਕੌਣ ਹੈ ਜੀ। ਸਿਰਫ ਨਾ ਉਹ ਥੋੜ੍ਹਾ ਕਨਫਰਮ ਕਰਨਾ ਬਾਕੀ ਹੈ। ਪ੍ਰੋਬਲਮ ਇਹ ਜੀ ਕਿ
ਉਹਦੀ ਵਾਈਫ ਬਹੁਤ ਚੰਗੀ ਹੈ ਜੀ, ਜਦੋਂ ਉਹਦੀ ਵਾਈਫ ਵੱਲ ਦੇਖਦੇ ਹਾਂ ਤਾਂ ਫਿਰ ਬਹੁਤ ਦੁੱਖ ਆਉਂਦਾ ਜੀ, ਉਹ ਕਨਫਿਊਜ਼ਨ ਹੈ ਜੀ ਕਿ ਕੀ ਕਰਨਾ ਚਾਹੀਦਾ ਹੁਣ। ਪਰ ਉਹਦੀ ਵਾਈਫ ਨੂੰ ਪਤਾ ਉਹਦੀ ਇਸ ਹਰਕਤ ਬਾਰੇ? ਨੋ ਨੋ, ਉਸਨੇ ਕੁਛ ਪਤਾ ਨਹੀਂ। ਪਰ ਜਦ ਵੀ ਕਨਫਰਮ ਹੋਇਆ ਨਾ, ਤੁਸੀਂ ਉਹਦੀ ਵਾਈਫ ਨੂੰ ਜ਼ਰੂਰ ਦੱਸਣਾ, ਐਸੇ ਬੰਦੇ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ। ਰੀਅਲੀ ਯੂ ਮੀਨ ਦੈਟ? ਤੁਸੀਂ ਸੱਚ ਕਹਿ ਰਹੇ ਹੋ ਨਾ? ਯੈਸ ਆਨਾ, ਮੈਂ ਸੱਚ ਕਹਿ ਰਹੀ ਹਾਂ, ਐਸੇ ਬੰਦੇ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ। ਤੁਸੀਂ ਮੇਰੀ ਮਾਈਂਡ ਤੋਂ ਬਹੁਤ ਛਾਟਾ ਦਿੱਤਾ। ਆਨਾ, ਆਈ ਥਿੰਕ ਵੀ ਸ਼ੁਡ ਮੂਵ। ਹਾਂ, ਥੈਂਕ ਯੂ ਸੋ ਮਚ। ਲੇਟ ਹੋ ਜਾ, ਚਲਿਏ ਆਪਾਂ। ਹਾਂ ਨਾ, ਪਲੀਜ਼ ਤੁਸੀਂ ਬੈਠੋ ਤਾਂ ਸਹੀ, ਚਾਹ ਪੀ ਕੇ ਜਾਇਓ। ਨੈਕਸਟ ਟਾਈਮ ਜਾਣਾ ਜੀ, ਥੋੜ੍ਹਾ ਲੇਟ ਹੋ ਜਾਵਾਂਗੇ। ਹਾਂ, ਓਕੇ, ਥੈਂਕ ਯੂ ਸੋ ਮਚ। ਨਾ ਹੁਣ ਬਹਿ ਵੀ ਜਾਓ, ਇਸ ਤਰ੍ਹਾਂ ਘੁੰਮਣ ਨਾਲ ਕੁੜੀ ਨੇ ਤਾਂ ਵਾਪਸ ਆ ਨਹੀਂ ਜਾਣਾ। ਨਾ ਮੈਨੂੰ ਇਹ ਦੱਸ, ਇਸ ਤਰ੍ਹਾਂ ਆਪਣਾ ਘਰ ਛੱਡ ਕੇ ਕਿਸੇ ਦੇ ਘਰੇ ਜਾ ਕੇ ਬਹਿਣਾ ਚੰਗਾ ਲੱਗਦਾ ਭਲਾ? ਹੈ ਤਾਂ ਤੁਹਾਡੀ ਕੁੜੀ, ਜਿਹੋ ਜਿਹੇ ਜਿੱਦੀ ਤੁਸੀਂ ਹੋ ਉਹੋ ਜਿਹੀ ਤੁਹਾਡੀ ਧੀ ਹੈ, ਕਹਿੰਦੀ ਮੁੰਡਾ ਪਸੰਦ ਕਰਕੇ ਆਊਂਗੀ। ਨਾ ਉੱਥੇ ਇੰਦਰ ਕੌਰ ਦੇ ਵਿਹੜੇ ਵਿੱਚ ਮੁੰਡੇ ਦਰਖਤਾਂ ਲੱਗਦੇ ਆ, ਜਿਹੜਾ ਤੋੜ ਕੇ ਲਾਊਗੀ ਉਹ। ਜਿਹੜਾ ਮੁੰਡਾ ਮੈਂ ਪਸੰਦ ਕੀਤਾ ਸੀ, ਜੇ ਉਹਨੂੰ ਵੇਖ ਲੈਂਦੇ ਕੀ ਹਰਜ ਸੀ ਭਲਾ? ਤੁਹਾਡੇ ਦੇਖੇ ਮੁੰਡਿਆਂ ਦੀ ਚੰਗੀ ਜਾਂ ਮਾੜੀ ਗੱਲ ਤਾਂ ਬਾਅਦ 'ਚ ਆਉਂਦੀ ਹੈ, ਉਹਨੂੰ ਤਾਂ ਜਦੋਂ ਆ ਪੈਸਿਆਂ ਵਾਲੀ ਗੱਲ ਦਾ ਪਤਾ ਚੱਲਿਆ ਤਾਂ ਉਹ ਅੜ ਗਈ। ਇਹ ਵੀ ਉਹਨੂੰ ਤੂੰ ਹੀ ਦੱਸਿਆ ਹੈ, ਨਹੀਂ ਤਾਂ ਉਹਨੂੰ ਭਲਾ ਕੀ ਪਤਾ ਸੀ? ਕਦੇ ਕਦੇ ਤਾਂ ਮੇਰਾ ਦਿਲ ਕਰਦਾ ਦੋ ਮਾਰਾ ਤੇਰੇ ਦੋ ਤੇਰੇ ਮੁੰਡੇ ਦੇ। ਗੱਲ ਸੁਣ ਲਓ ਮੇਰੀ, ਕੰਨ ਖੋਲ ਕੇ, ਜੇ ਅੱਜ ਤੋਂ ਬਾਅਦ ਭੁੱਲ ਕੇ ਵੀ ਮੇਰੇ ਤੇ ਹੱਥ ਚੁੱਕਿਆ ਨਾ ਤਾਂ ਇੱਕ ਦੇ ਜਵਾਬ 'ਚ ਦੋ ਮਿਲਣਗੇ, ਦੋ ਕਦੇ ਭੁੱਲੇ ਬੈਠੇ ਹੋਵੋਗੇ। ਤੂੰ ਇਉਂ ਕਰ, ਮੇਰੇ ਗੱਲ 'ਚ ਸੰਗਲੀ ਪਾ ਕੇ ਨਾ ਆ ਬਾਹਰ ਬੂਹੇ ਤੇ ਬੰਨਦੇ ਮੈਨੂੰ, ਸਵੇਰੇ ਸ਼ਾਮ ਦੋ ਰੋਟੀਆਂ ਪਾ ਦਿਆ ਕਰੀ, ਕੁੱਤਾ ਬਣਾ ਕੇ ਰੱਖਤਾ ਮੈਨੂੰ ਆਪਣੇ ਘਰ 'ਚ। ਸਾਰੀ ਜ਼ਿੰਦਗੀ ਕੁੱਤੇ ਕੰਮ ਕਰਿਆ ਇਸ ਬੰਦੇ ਨੇ, ਹੁਣ ਆਖੇ ਮੈਨੂੰ ਕੁੱਤਾ ਬਣਾ ਕੇ ਰੱਖਤਾ। ਯਾਰ, ਮੈਨੂੰ ਰੁਪਿੰਦਰ ਜੀ 'ਤੇ ਨਾ ਬਹੁਤ ਤਰਸ ਆਉਂਦਾ, ਵਿਚਾਰੀ ਇੰਨੀ ਚੰਗੀ ਲੇਡੀ ਅਤੇ ਉਹਦੇ ਨਾਲ ਇੰਨਾ ਮਾੜਾ ਹੋ ਰਿਹਾ। ਮੈਂ ਇੱਕ ਵਾਰ ਵੀ ਸੋਚਿਆ, ਜਾਣਦੇ ਹੋ ਜੋ ਹੋਇਆ ਸੋ ਹੋਇਆ, ਪਰ ਕੋਕੂ ਕਹਿੰਦਾ ਹੈ ਕਲਪ੍ਰਿਤ ਨੂੰ ਸਜ਼ਾ ਮਿਲਣੀ ਚਾਹੀਦੀ। ਬਿਲਕੁਲ ਠੀਕ ਕਹਿੰਦਾ, ਡੋਂਟ ਲੀਵ ਹਿਮ, ਸਮਝ ਆਈ ਗੱਲ? ਪਰ ਰਾਜੇ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈ, ਤੁਸੀਂ ਸਾਰੇ ਮੇਰੇ ਕਿੰਨੀ ਹੈਲਪ ਕਰ ਰਹੇ ਹੋ, ਮੈਂ ਕਿਵੇਂ ਤੁਹਾਡਾ? ਹੈਲੋ ਮੈਡਮ, ਥੈਂਕ ਯੂ ਕਹਿਣ ਦੀ ਕੋਈ ਲੋੜ ਨਹੀਂ ਹੈ। ਵੈਸੇ ਵੀ ਇੱਕ ਪੰਜਾਬੀ ਨੇ ਤੇਰੀ ਸਿਸਟਰ ਨੂੰ ਚੀਟ ਕੀਤਾ ਅਤੇ ਸਾਡੇ ਸਾਰੇ ਪੰਜਾਬੀਆਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਤੇਰੀ ਮਦਦ ਕਰੀਏ, ਸਮਝ ਆਈ ਗੱਲ? ਅੱਛਾ, ਇੱਕ ਗੱਲ ਦੱਸ, ਤੂੰ ਦੀਪ ਅਤੇ ਜਸ਼ਨ ਬਾਰੇ ਕੋਈ ਡਿਸੀਜਨ ਲਿਆ? ਆਈ ਥਿੰਕ ਜਸ਼ਨ ਵੀ ਤੈਨੂੰ ਪਿਆਰ ਕਰਦਾ ਹੈ। ਕਮਾਲ ਹੈ ਨਾ, ਤੂੰ ਜਸ਼ਨ ਦੀਆਂ ਅੱਖਾਂ ਵਿੱਚ ਮੇਰੇ ਲਈ ਪਿਆਰ ਦੇਖ ਲਿਆ ਅਤੇ ਕੁੱਕੂ ਦੀਆਂ ਅੱਖਾਂ 'ਚ ਆਪਣੇ ਲਈ ਨਹੀਂ ਦੇਖਿਆ। ਦੇਖ ਕੇ ਆਏ ਸਹਿਜ, ਪਰ ਮੈਂ ਸ਼ਾਇਦ ਉਹ ਪਹਿਲਾਂ ਕਿਸੇ ਨੂੰ ਪਿਆਰ ਕਰਦਾ ਸੀ ਤਾਂ ਜਦ ਉਹਦਾ ਪਿਆਰ ਸਿਰੇ ਨਹੀਂ ਚੜਿਆ ਔਰ ਤਾਂ ਉਹ ਬਹੁਤ ਹਰਟ ਹੋਇਆ ਔਰ ਅਜੇ ਵੀ ਭੁੱਲੇ ਜਾਂ ਨਹੀਂ, ਤਾਂ ਮੈਂ ਉਸਦਾ ਦਿਲ ਨਹੀਂ ਤੁਰ ਸਕਦੀ। ਆਈ ਹੈਵ ਟੂ ਗੋ ਬੈਕ ਟੂ ਮਾਈ ਕੰਟਰੀ, ਪਰ ਇਹ ਕੰਟਰੀ ਹੋਰ ਹੈ। ਹੈਲੋ ਮੈਡਮ, ਕੀ ਕੰਟਰੀ ਸ਼ੰਟਰੀ ਲਾਇਆ? ਆ ਪਿਆਰ ਕੋਈ ਕੰਟਰੀ ਦੇਖ ਕੇ ਹੁੰਦਾ ਯਾਰ, ਪਿਆਰ ਤਾਂ ਬਸ ਹੋ ਜਾਂਦਾ ਬਿਨਾਂ ਸੋਚੇ ਸਮਝੇ, ਸਮਝ ਆਈ ਗੱਲ? ਕਿਉਂਕਿ ਬਹੁਤ ਚੰਗਾ ਅਤੇ ਸੱਚਾ ਬੰਦਾ ਹੈ, ਮੈਂ ਉਸੇ ਦਿਲ ਨਹੀਂ ਤੁਰ ਸਕਦੀ। ਹਾਂ, ਦੂਜੀ ਵਾਰ ਜੇ ਉਸਨੂੰ ਝਟਕਾ ਲੱਗਿਆ ਤਾਂ ਸ਼ਾਇਦ ਉਹ ਇਹ ਦੁੱਖ ਬਰਦਾਸ਼ਤ ਨਾ ਕਰ ਸਕੇ। ਆਏ ਹਾਏ ਸਹਿਜ, ਨੀ ਹੌਲੀ ਪੁੱਤ, ਐ ਨਾ ਇੱਧਰ ਵੇਖ, ਓਹੋ ਆ ਪੜ, ਉੜਾ ਉੜਾ ਉੱਠ ਕੈਮਲ ਇਨ ਪੰਜਾਬੀ, ਉੱਠ ਉੱਠ ਟਮ, ਓਹੋ ਤੂੰ ਤਾਂ ਬਹਿ ਜਾ, ਉੱਠ ਬੋਤਾ ਬੋਤਾ ਪੋਟਾ ਕੈਮਲ ਬੋਤਾ ਕੈਮਲ ਕੈਮਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਆਏ ਨਾ, ਹਾਈ ਹਾਈ ਸਹਿਜ, ਹਾਈ, ਤੂੰ ਕਿਵੇਂ ਆਇਆ ਬਾਈ? ਜਗਤਾਰ ਨੇ ਛੱਡ ਕੇ ਗਿਆ ਤੈਨੂੰ? ਜਗਤਾਰ ਨੂੰ ਬਾਈ ਕੰਮ ਸੀ, ਮੈਂ ਬੱਸ ਚੜ ਕੇ ਆ ਗਿਆ। ਐ ਕਮਲਾ, ਤੂੰ ਮੈਨੂੰ ਫੋਨ ਕਰ ਦਿੰਦਾ ਕਿਉਂ? ਤੁਸੀਂ ਲੈਣ ਆ ਜਾਂਦੇ?
ਨਹੀਂ ਸਲਾਹ ਤਾਂ ਮੈਂ ਵੀ ਆਹੀ ਦੇਣੀ ਸੀ ਵੀ ਬਸ ਚੜ ਕੇ ਆ ਜਾ ਕਮਾਲ ਕਰਦੇ ਆ ਬਾਈ ਮੈਂ ਕਹਾਂ ਤੂੰ ਚਾਹ ਦਾ ਕਾਪੀ ਤੇ ਮੈਂ ਐਨਾ 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 ਕੀ ਹੋਇਆ ਆਪਣੇ ਸਾਰੇ ਪੇਪਰ ਰੈਡੀ ਕਰ ਲਾ ਇੱਕ ਬਹੁਤ ਜ਼ਰੂਰੀ ਬੰਦੇ ਨੂੰ ਮਿਲਣ ਜਾਣਾ ਠੀਕ ਹੈ ਬਹੁਤ ਜ਼ਰੂਰੀ ਹੈ ਓਕੇ ਸਾਰੇ ਪੇਪਰ ਰੈਡੀ ਕਰ ਲਾ ਉਹ ਡਾਕਟਰ ਆ ਮੈਂ ਬੱਚੀ ਦੇ ਸਿੰਗ ਤਗਾਲ ਮੈਂ ਵੀਰ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਤੂੰ ਰਹਿਣ ਦੇ ਭੂਆ ਤੂੰ ਬਣਾ ਚਾਹ ਇਹਦੀ ਚਾਹ ਤਾਂ ਰੱਬ ਹੀ ਬਚਾਵੇ ਨਹੀਂ ਵੇਖੀ ਅੱਖ ਨਾ ਕੱਢਦੀ ਮੁੰਡੇ ਦੀ ਹੈ ਚੱਲ ਤੂੰ ਪਾਣੀ ਧਰ ਬਾਕੀ ਚਾਹ ਮੈਂ ਬਣਾ ਦੂੰ ਬੜੀ ਖਤਰਨਾਕ ਆ ਨਹੀਂ ਚੱਲ ਵੀ ਹੈ ਐਵੇਂ ਸ਼ਰਾਰਤਾਂ ਕਰੀਦੀਆਂ ਹਾਏ ਹਾਏ ਮਾਸੂਮ ਸੋਹਣਾ ਨਾ ਹਾਂਜੀ ਵੈਸੇ ਜੇ ਮੰਜਾ ਨਹੀਂ ਪਸੰਦ ਤੇ ਮੈਂ ਦੂਜਾ ਮੰਗਵਾ ਦਿੰਦੀ ਆ ਬਹਿ ਜਾਓ ਹੈ ਬਹਿ ਜਾਓ ਓਕੇ ਲੱਗਦਾ ਜੀ ਲੱਗ ਗਿਆ ਤੁਹਾਡਾ ਇੱਥੇ ਘਰ ਦੇ ਕੁਝ ਨਹੀਂ ਕਹਿੰਦੇ ਨਹੀਂ ਨਹੀਂ ਪਾਪਾ ਤਾਂ ਬਹੁਤ ਹੀ ਗੁੱਸੇ ਵਿੱਚ ਨੇ ਪਰ ਮੈਂ ਆਪਣੀ ਫਰੈਂਡ ਨੂੰ ਕੱਲਿਆਂ ਛੱਡ ਕੇ ਨਹੀਂ ਨਾ ਜਾ ਸਕਦੀ ਵੈਸੇ ਵੀ ਅਸੀਂ ਸਾਰੇ ਰਲ ਕੇ ਉਹਦੀ ਇੱਥੇ ਇੰਨੀ ਹੈਲਪ ਕਰ ਰਹੇ ਹਾਂ ਇੱਕ ਗੱਲ ਦੱਸ ਅੱਜ ਤੁਸੀਂ ਕਿਹਨੂੰ ਮਿਲਣ ਚੱਲੇ ਹੋ ਉਹ ਫਰੈਂਡ ਹੈ ਮੇਰਾ ਇੱਕ ਹੈ ਤਾਂ ਪੁਲਿਸ ਪਰ ਪਿਛਲੇ 6 ਮਹੀਨੇ ਤੋਂ ਸਸਪੈਂਡ ਆ ਉਹੀ ਇਮਾਨਦਾਰੀ ਦੀ ਸਜ਼ਾ ਸੋ ਤੂੰ ਵੀ ਸੋਚਦਾ ਕਿ ਹਮੇਸ਼ਾ ਇਮਾਨਦਾਰ ਨੂੰ ਸਜ਼ਾ ਮਿਲਦੀ ਹੈ ਹੁੰਦਾ ਤਾਂ ਕੁਝ ਇਦਾਂ ਹੀ ਹੈ ਲੋਕ ਝੂਠ ਤੇ ਬਨਾਵਟ ਨੂੰ ਚੰਗਾ ਸਮਝਦੇ ਨੇ ਤੇ ਸੱਚੇ ਬੰਦੇ ਨੂੰ ਬੇਵਕੂਫ ਤੇ ਸਭ ਕੁਝ ਜਾਣਦੇ ਹੋਏ ਵੀ ਤੂੰ ਉਸੇ ਰਾਹ ਤੇ ਤੁਰ ਰਿਹਾ ਕਿਉਂ ਚਾਹ ਮੈਂ ਨਹੀਂ ਬਣਾਈ ਵੀਰ ਜੀ ਭੂਆ ਨੇ ਬਣਾਈ ਹੈ ਚੁੱਲ ਸਲੋ ਹੁਣ ਜਸ਼ਨ ਸੋਰੀ ਜੇ ਤੂੰ ਨਹੀਂ ਦੱਸਣਾ ਚਾਹੁੰਦਾ ਤੇ ਨਾ ਦੱਸ ਤੇਰੀ ਮਰਜ਼ੀ ਯਾਰ ਐਸੀ ਕੋਈ ਗੱਲ ਨਹੀਂ ਹੈ ਸਹਿਜ ਮੇਰਾ ਤਾਂ ਖੁਦ ਦਾ ਮੰਨਣਾ ਕਿ ਸੱਚ ਇੱਕ ਹੁੰਦਾ ਤੇ ਝੂਠ ਹਜ਼ਾਰ ਵੈਸੇ ਵੀ ਮੇਰਾ ਤਾਂ ਸਭ ਕੁਝ ਜਗ ਜ਼ਾਹਰ ਹੈ ਕਾਲਜ ਵਿੱਚ ਲੋਕ ਮਜ਼ਾਕ ਉਡਾਉਂਦੇ ਰਹੇ ਪਰ ਕੁਝ ਐਸੇ ਇਨਸਾਨ ਵੀ ਮਿਲੇ ਜਿਨ੍ਹਾਂ ਨੇ ਮੇਰਾ ਬੈਕਗ੍ਰਾਉਂਡ ਨਹੀਂ ਦੇਖਿਆ ਮੈਨੂੰ ਦੇਖਿਆ ਤੇ ਕੁੱਕੂ ਬਾਈ ਉਹਨਾਂ ਸਾਰਿਆਂ 'ਚੋਂ ਇੱਕ ਹੈ ਕੁੱਕੂ ਭਾਅ ਜੀ ਤਾਂ ਬਹੁਤ ਹੀ ਵਧੀਆ ਇਨਸਾਨ ਨੇ ਜੋ ਇਹਨਾਂ ਲਈ ਇੰਨਾ ਕੁਝ ਕਰ ਰਹੇ ਨੇ ਉਹ ਕਿਸੇ ਲਈ ਕੁਛ ਵੀ ਕਰ ਸਕਦੇ ਨੇ ਤੇ ਤੂੰ ਜੋ ਇਹਨਾਂ ਲਈ ਕਰ ਰਹੀ ਹੈ ਉਹ ਵੀ ਕੋਈ ਕੋਈ ਕਰਦਾ ਅੱਛਾ ਮੇਰੀ ਗੱਲ ਛੱਡ ਇੱਕ ਗੱਲ ਪੁੱਛਾਂ ਤੂੰ ਕੋਈ ਜੌਬ ਕਿਉਂ ਨਹੀਂ ਕਰਦਾ ਮੇਰਾ ਮਤਲਬ ਹੈ ਕੋਈ ਕੰਮ ਧੰਦਾ ਕਰਨਾ ਚਾਹੀਦਾ ਤੈਨੂੰ ਕੱਲ੍ਹ ਨੂੰ ਤੇਰੇ ਮਾਂ ਬਾਪ ਕਿਤੇ ਤੇਰੀ ਗੱਲ ਤੋਰਨਗੇ ਕੁੜੀ ਵਾਲੇ ਤਾਂ ਇਹੀ ਪੁੱਛਣਗੇ ਨਾ ਕਿ ਮੁੰਡਾ ਕੀ ਕਰਦਾ ਫਿਰ ਮਾਂ ਤਾਂ ਮੇਰੀ ਹੈ ਹੀ ਨਹੀਂ ਤੇ ਬਾਪੂ ਜੀ ਘੋਰੇ ਅਨਪੜ੍ਹ ਸਾਰੀ ਉਮਰ ਘਰ ਜਵਾਈ ਬਣ ਕੇ ਰਹੇ ਲੋਕਾਂ ਲਈ ਮਜ਼ਾਕ ਦਾ ਪਾਤਰ ਮੇਰਾ ਵਿਆਹ ਤਾਂ ਹੋ ਹੀ ਨਹੀਂ ਸਕਦਾ ਜੇ ਕੋਈ ਕੁੜੀ ਤੈਨੂੰ ਪਿਆਰ ਕਰੇ ਤੇ ਤੂੰ ਉਸਨੂੰ ਤਾਂ ਵੀ ਨਹੀਂ ਤੂੰ ਵੀ ਮੇਰੇ ਨਾਲ ਮਜ਼ਾਕ ਕਰ ਰਹੀ ਆ ਨਾ ਜਿਵੇਂ ਸਾਰੇ ਕਰਦੇ ਨੇ ਜਸ਼ਨ ਮੈਂ ਮਜ਼ਾਕ ਨਹੀਂ ਕਰ ਰਹੀ ਮੈਂ ਸੀਰੀਅਸਲੀ ਪੁੱਛ ਰਹੀ ਹਾਂ ਜੇ ਤੂੰ ਕਿਸੇ ਕੁੜੀ ਨੂੰ ਪਿਆਰ ਕਰੇ ਤੇ ਉਹ ਕੁੜੀ ਤੈਨੂੰ ਤਾਂ ਵੀ ਨਹੀਂ ਹਾਂ ਮੈਂ ਤਾਂ ਕਰਦਾ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਨੂੰ ਦੇਖਣ ਤੇ ਉਹਦੇ ਨਾਲ ਗੱਲ ਕਰਨ ਦਾ ਦਿਲ ਕੀਤਾ ਪਰ ਉਹਦੇ ਦਿਲ 'ਚ ਕੀ ਹੈ ਅਜੇ ਕੁਝ ਨਹੀਂ ਪਤਾ ਜਿਸ ਦਿਨ ਉਹਨੇ ਹਾਂ ਕਰਤੀ ਫਿਰ ਮੈਂ ਪਿੱਛੇ ਨਹੀਂ ਹਟਦਾ ਕਿਉਂਕਿ ਇਹੋ ਮੇਰੀ ਆਦਤ ਹੈ ਜੇ ਇੱਕ ਵਾਰ ਅੱਗੇ ਵੱਧ ਜਾਂ ਫਿਰ ਕਦੇ ਪਿੱਛੇ ਨਹੀਂ ਹਟਿਆ ਜਸ਼ਨ ਸਿੰਘ ਚਲੀਏ ਬਈ ਆਪਾਂ ਐਨਾ ਉਹ ਐਨਾ ਆ ਜਾ ਹੁਣ ਲੇਟ ਹੁੰਨੇ ਆ ਅੱਛਾ ਸਹਿਜ ਤੂੰ ਕਹਿੰਦੀ ਸੀ ਤੈਨੂੰ ਘਰੇ ਜਾਣਾ ਤੂੰ ਡ੍ਰੌਪ ਕਰਦੀ ਰਾਜ ਨਹੀਂ ਗੈਰੀ ਮੈਨੂੰ ਲੈਣ ਆ ਰਿਹਾ ਮੈਂ ਆ ਜਾਾਂਗੀ ਸ਼ਾਮੀ ਵੀ ਸ਼ੋਰ ਹਾਂਜੀ ਹਾਂਜੀ ਚਾਹ ਫਿਰ ਅਸੀਂ ਚੱਲਦੇ ਹਾਂ ਆ ਜਾ ਹਾਏ ਜਿਸ ਦਿਨ ਉਹਨੇ ਹਾਂ ਕਰਤੀ ਫਿਰ ਮੈਂ ਪਿੱਛੇ ਨਹੀਂ ਹਟਦਾ ਕਿਉਂਕਿ ਇਹੋ ਮੇਰੀ ਆਦਤ ਹੈ ਜੇ ਇੱਕ ਵਾਰ ਅੱਗੇ ਵੱਧ ਜਾਂ ਫਿਰ ਕਦੇ ਪਿੱਛੇ ਨਹੀਂ ਹਟਿਆ ਸਤਿ ਸ਼੍ਰੀ ਅਕਾਲ ਦੇ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਸੁਖੀ ਵਧੀਆ ਵੀ ਜਵਾਇ ਲੈ ਕੇ ਲੈ ਜਗਤਾਰ ਬਾਈ ਜਸ਼ਨ ਤਾਂ ਨਹੀਂ ਆਇਆ ਉਰੇ ਕਿਉਂ ਕੀ ਗੱਲ ਹੋ ਗਈ ਯਾਰ ਉਹ ਤੜਕੇ ਸਾਜਰੇ ਦਾ ਨਿਕਲਿਆ ਹੋਇਆ ਕੋਈ ਨਾ ਕੋਈ ਚੱਕਰ ਤਾਂ ਹੈਗਾ ਮੈਂ ਵੀ ਵੱਡੇ ਵੱਡੇ ਆਸ਼ਕ ਦੇਖੇ ਨੇ ਆਪਣੇ ਜਸ਼ਨ ਦੀਆਂ ਅੱਖਾਂ 'ਚ ਨਾ ਮੈਂ ਰਾਂਝੇ ਵਾਲਾ ਵਿਛੋੜਾ ਮਿਰਜ਼ੇ ਵਾਲੀ ਉਦਾਸੀ ਤੇ ਮਹੀਵਾਲ ਵਾਲੀ ਬੇਚੈਨੀ ਦੇਖੀ ਹੈ ਸਾਲਿਆ ਕਾਲਜ ਵਿੱਚ ਤੂੰ ਪੰਜਾਬੀ ਲਿਟਰੇਚਰ 'ਚ ਫੇਲ ਹੁੰਦਾ ਆ ਤੇ ਇੰਨੀ ਡਿਟੇਲ ਕਿੱਥੋਂ ਪਤਾ ਕੀਤੀ ਕਿੱਥੋਂ ਕਰਾਈ ਓਵਰਹਾਲਿੰਗ ਓਵਰਹਾਲਿੰਗ ਕਾਹਨੂੰ ਯਾਰ ਬਾਈ ਮੈਂ ਤਾਂ ਆਸ਼ਕਾਂ ਦੀਆਂ ਬੇਵਕੂਫੀਆਂ 'ਤੇ ਹੱਸਦਾ ਦੇਖ ਪਹਿਲਾਂ ਰਾਂਝੇ ਨੇ ਕੰਨ ਪੜਵਾਏ ਫਿਰ 12 ਸਾਲ ਮੱਝਾਂ ਚਾਰੀ ਗਿਆ
ਹੁਣ ਆਪਣੇ ਵਾਲਾ ਰਾਂਝਾ ਦੇਖਦੇ ਕੀ ਪੜਵਾਉਂਦਾ। ਫਿਰ ਦਾਦਾ ਪੁੱਤ ਤੂੰ ਵੀ ਕੁੜੀ ਦੇ ਚੱਕਰ ਜੀਆਂ ਬਾਈ, ਚੱਕਰ ਚਲਾਇਆ ਤਾਂ ਹੈਗਾ, ਦੇਖੋ ਜੇ ਕਹਾਣੀ ਸੈੱਟ ਆ, ਜੇ ਨਹੀਂ ਤਾਂ ਫਿਰ ਹੋਰ ਸਹੀ, ਹੋਰ ਨਹੀਂ ਤਾਂ ਹੋਰ ਨਹੀਂ ਫਿਰ ਹੋਰ ਸਹੀ, ਕਿਤੇ ਤਾਂ ਕਹਾਣੀ ਫਿੱਟ ਹੋ ਹੀ ਜਾਊਗੀ। ਬਸ ਤੂੰ ਨਾ ਅੱਜ ਮੈਨੂੰ ਵਧੀਆ ਜਿਹੇ ਡਾਇਲੋਗ ਲਿਖ ਕੇ ਦੇ ਦੇ, ਮੈਂ ਸਹਿਜ ਨੂੰ ਸੁਣਾਉਣੇ ਨੇ। ਤੇਰੇ ਉਹ ਡਾਇਲੋਗ ਵੀ ਬਹੁਤ ਵਧੀਆ ਸੀ, ਬਸ ਅੱਜ ਕੱਲ੍ਹ ਕੁਛ ਉੱਤੇ ਆਏ ਉੱਤੇ ਦੀ ਹੋਣੀ ਚਾਹੀਦੀ ਆ, ਉੱਤੇ ਦੀ। ਆ ਫੜ ਪਾਨਾ ਪਾਨਾ ਤੇ ਬੜਦਾ ਗੜੀ ਦੇ ਹੇਠ। ਕੌਣ ਮੈਂ? ਨਾ ਹੋਰ ਤੇਰਾ ਬੁੜਾ। ਲਾਲੀ ਲਿਆ ਆਪਣੀ ਵਰਕਸ਼ਾਪ ਵਾਲੀ ਕਮੀਜ਼, ਲੈ ਫੜ ਪਾ ਲਾ। ਬਈ ਯਾਰ ਇੰਨੇ ਮੁੰਡੇ ਫਿਰਦੇ ਨੇ ਆਪਣੇ, ਕਿਸੇ ਨੂੰ ਵੀ ਵਾੜ ਦੇ ਗੱਡੀ ਥੱਲੇ। ਨਾ ਪੁੱਤ ਡਾਇਲੋਗ ਨਹੀਂ ਲਿਖਾਉਣੇ, ਹਾਂ ਹੱਥ ਨੇ ਬੀਅਰ ਨਹੀਂ ਪੀਣੀ, ਹਾਂ ਬੜ ਹੇਠਾਂ ਹੋਲ ਫਿਲਟਰ। ਬਸ ਆਈ ਨਾ ਮੈਨੂੰ ਤੂੰ ਬਲੈਕਮੇਲ ਕਰ ਲੈਣਾ, ਤਾਂ ਹੀ ਮੈਂ ਇੱਥੇ ਆਉਂਦਾ ਨਹੀਂ ਹੈਗਾ, ਸਾਰਾ ਕੰਮ ਕਰਾਉਂਦਾ ਰਹਿਣਾ ਮੈਥੋਂ ਤੂੰ। ਵੱਡਾ ਆ ਹੀਰ ਤੇ ਰਾਂਝੇ ਦਾ ਵਿਸ਼ਲੇਸ਼ਣ ਕਰਾਉਣੇ ਵਾਲਾ, ਆਸ਼ਕੀ ਦੇ ਡਾਇਲੋਗ ਲਿਖਾ ਰਿਹਾ, ਉਹ ਵੀ ਮੈਥੋਂ ਬ੍ਰਹਮਚਾਰੀ ਤੋਂ। ਬਈ ਤਾਂ ਹੀ ਤਾਂ ਤੈਥੋਂ ਲਿਖਾਉਣਾ, ਤੇਰੇ 'ਚ ਅੱਗ ਬਹੁਤ ਹੈ। ਖੜ ਤੇਰੀ ਕੀ ਹਾਲ ਹੈ ਜਸ਼ਨ ਤੇਰਾ? ਕਮਾਲ ਹੈ ਯਾਰ, ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ? ਇਹ ਯਾਰ ਦੇ ਹੱਥ ਨੂੰ ਨਹੀਂ ਪਛਾਣਾਂਗੇ ਤਾਂ ਬਈ, ਲੱਖ ਲਾਹਨਤ ਹੈ ਸੀ ਯਾਰੀ ਤੇ। ਯਾਰ ਸਵੇਰ ਦੇ ਲੱਭ ਲੱਭ ਤੈਨੂੰ ਕਮਲੇ ਹੋ ਗਏ, ਫਿਰ ਸੋਚਿਆ ਇੱਥੋਂ ਦਾ ਟਾਈਮ ਹੋ ਗਿਆ ਤੇਰਾ, ਇੱਥੇ ਹੀ ਹੋਣਾ। ਚੱਲ ਛੱਡ, ਕੁੱਕੂ ਬਾਈ ਜੀ। ਓ ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਹਾਲ ਹੈ ਜੀ? ਐਨਾ ਕੈਨੇਡਾ ਤੋਂ ਆਈ ਹੈ ਇਸ ਮੀਟਿੰਗ ਜੀ। ਕੁੱਕੂ ਬਾਈ, ਜਸ਼ਨ ਜਦੋਂ ਵੀ ਮਿਲਦਾ ਨਾ ਤੁਹਾਡੀਆਂ ਹੀ ਗੱਲਾਂ ਕਰਦਾ ਰਹਿੰਦਾ, ਕੁੱਕੂ ਬਾਈ ਏਦਾਂ ਕੁੱਕੂ ਬਾਈ ਉਦਾਂ, ਹੁਣ ਤਾਂ ਮੈਨੂੰ ਵੀ ਲੱਗਦਾ ਮੈਂ ਬਹੁਤ ਪੁਰਾਣਾ ਜਾਣਦਾ ਵਾਂ ਤੁਹਾਨੂੰ। ਮੈਨੂੰ ਵੀ ਅਕਸਰ ਤੁਹਾਡੇ ਬਾਰੇ ਦੱਸਦਾ ਰਹਿੰਦਾ ਕਿ ਉਹ ਕਿ ਮੈਂ ਨੌਕਰੀ ਤੋਂ ਸਸਪੈਂਡ ਹੋ ਗਿਆ। ਚਲੋ ਛੱਡੋ ਇਹਨਾਂ ਸਭ ਨੂੰ, ਪਹਿਲਾਂ ਤੁਸੀਂ ਇਹ ਦੱਸੋ ਕਿ ਲਵੋਗੇ ਕੀ? ਉਹ ਯਾਰ ਅੱਧੀ ਤਨਖਾਹ ਮਿਲਦੀ ਆ ਬਥੇਰੀਆ ਮੇਰੇ ਵਾਸਤੇ, ਇੰਨਾ ਤਾਂ ਅਫੋਰਡ ਕਰ ਸਕਦਾ ਨਾ? ਨਹੀਂ ਲਵਾਂਗੇ ਤਾਂ ਜ਼ਰੂਰ ਬਾਈ ਜੀ, ਪਰ ਅੱਜ ਮਦਦ ਲਵਾਂਗੇ ਜੀ ਤੁਹਾਡੀ। ਮੇਰੀ ਮਦਦ? ਬਾਈ ਮੈਂ ਹੁਣ ਕਿਸ ਕੰਮ ਦਾ? ਸਸਪੈਂਡਡ ਸਬ ਇੰਸਪੈਕਟਰ ਵਿਜੇ ਸਿੰਘ ਚੌਹਾਨ। ਚੌਹਾਨ ਸਾਹਿਬ ਜਦੋਂ ਹਾਜ਼ਰ ਪੁਲਿਸ ਪਬਲਿਕ ਦੇ ਕੰਮ ਨਾ ਕਰ ਰਹੀ ਹੋਵੇ ਜੀ, ਉਦੋਂ ਸਸਪੈਂਡਡ ਪੁਲਿਸ ਹੀ ਕੰਮ ਆਉਂਦੀ ਹੁੰਦੀ ਹੈ ਜੀ। ਵਿਜੇ ਹੁਣ ਤੇਰੀ ਮਦਦ ਦੀ ਬਹੁਤ ਲੋੜ ਆ ਯਾਰ, ਹੁਣ ਤੂੰ ਹੀ ਸਾਨੂੰ ਕੋਈ ਰਾਹ ਦਿਖਾ ਸਕਦਾ। ਓਏ ਰਾਹ ਤਾਂ ਉਸ ਉੱਪਰ ਵੱਲ ਨਹੀਂ ਦਿਖਾਉਣਾ, ਫਿਰ ਵੀ ਤੁਸੀਂ ਗੱਲ ਦੱਸੋ, ਫਿਰ ਦੇਖਦੇ ਹਾਂ ਕਿ ਮੈਂ ਕੀ ਕਰ ਸਕਦਾ। ਕੋਈ ਕੁਝ ਨਹੀਂ ਕਰ ਸਕਦਾ, ਦੇਖਿਆ ਉਸ ਵਿਜੇ ਦੇ ਚੱਕਰਾਂ ਦੇ ਵਿੱਚ ਤੁਹਾਨੂੰ ਰਾਤ ਨੂੰ ਇਕੱਲੇ ਛੱਡ ਕੇ ਪਤਾ ਨਹੀਂ ਕਿੱਧਰ ਵਗ ਗਏ ਹੋ। ਭਲਾ ਸਾਨੂੰ ਆਪਣੇ ਪਿੰਡ 'ਚ ਇਕੱਲਿਆਂ ਨੂੰ ਕਾਹਦਾ ਡਰ ਹੈ? ਨਾਲੇ ਮੈਂ ਤਾਂ ਕਈ ਕਈ ਦਿਨ ਇਕੱਲੀ ਰਹਿ ਜਾਂਦੀ ਹਾਂ, ਮੈਂ ਨਹੀਂ ਡਰਦੀ ਕਿਸੇ ਤੋਂ, ਸਾਰੇ ਮੈਥੋਂ ਡਰਦੇ ਆ। ਭੂਆ ਜੀ ਉਹ ਵਿਜੇ ਦੇ ਹੱਥ ਵਾਸ ਕੁਝ ਨਹੀਂ ਹੈਗਾ, ਸਬ ਇੰਸਪੈਕਟਰ ਹੁੰਦਾ ਸੀ, ਹੁਣ ਸਸਪੈਂਡ ਹੈ, ਸਾਰਾ ਦਿਨ ਦਾਰੂ ਪੀ ਜਾਂਦਾ, ਨਾਲੇ ਨਿੱਤ ਨਵੇਂ ਅਫਸਰ ਦੇ ਨਾਲ ਝਗੜਾ। ਅਸਲ ਦੇ ਵਿੱਚ ਉਹਨੂੰ ਨਾ ਇਮਾਨਦਾਰੀ ਦਾ ਕੀੜਾ ਲੜ ਗਿਆ, ਤੁਹਾਨੂੰ ਤਾਂ ਪਤਾ ਹੀ ਆ ਵੀ ਇਮਾਨਦਾਰੀ ਦਾ ਕੀੜਾ ਕਿੰਨਾ ਖਤਰਨਾਕ ਹੁੰਦਾ। ਤੇਰੇ ਕਹਿਣ ਦਾ ਮਤਲਬ ਹੈ ਕਿ ਬੰਦੇ ਨੂੰ ਬੇਈਮਾਨ ਹੋਣਾ ਚਾਹੀਦਾ ਹੈ ਨਾ? ਯਾਰ ਮੇਰਾ ਮਤਲਬ ਇਹ ਨਹੀਂ ਹੈਗਾ, ਮੈਂ ਕਹਿਣਾ ਅੱਜ ਦੇ ਦੌਰ ਦੇ ਵਿੱਚ ਬੰਦਾ ਪ੍ਰੈਕਟੀਕਲ ਹੋਣਾ ਚਾਹੀਦਾ, ਪ੍ਰੈਕਟੀਕਲ। ਦੇਖੋ ਜੇ ਆਪਦਾ ਕੰਮ ਕੱਢਣ ਦੇ ਲਈ ਥੋੜ੍ਹੀ ਬਹੁਤੀ ਹੀਰ ਫੇਰ ਜਾਂ ਝੂਠ ਬੋਲ ਲੈਂਦਾ, ਕੋਈ ਗਲਤ ਗੱਲ ਥੋੜ੍ਹੀ ਹੈ। ਕਿਉਂ? ਤੂੰ ਕਹਿਣਾ ਕਿ ਮੈਂ ਬੱਚਿਆਂ ਨੂੰ ਜੋ ਸਕੂਲ 'ਚ ਪੜ੍ਹਾਉਣੀ ਆ ਉਹ ਗਲਤ ਹੈ, ਉਹਨਾਂ ਨੂੰ ਸੱਚ ਬੋਲਣ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ। ਦੇਖਿਆ ਆਹੀ ਆਹੀ ਗੱਲਾਂ ਕੁੜੀਆਂ ਦੀਆਂ ਮਾੜੀਆਂ ਨੇ ਭੂਆ, ਇਹ ਹਰ ਗੱਲ ਦੀਆਂ ਨਾ ਬੱਖੀਆਂ ਦੇੜ ਕੇ ਰੱਖ ਦਿੰਦੀਆਂ ਨੇ। ਨਹੀਂ ਸਹਿਜ, ਕਿੱਥੋਂ ਛੇੜ ਲਿਆ ਤੂੰ ਇਹਨੂੰ? ਹੈ ਹੁਣ ਇਹਨੇ ਕੋਈ ਗੱਲ ਭੁੰਜੇ ਨਹੀਂ ਗਿਰਨ ਦੇਣੀ, ਗੱਲ 'ਚੋਂ ਗੱਲ ਕੱਢੀ ਜਾਊਗਾ। ਹੈ ਇਹ ਤਾਂ ਸ਼ੁਰੂ ਤੋਂ ਹੀ ਇਹੋ ਜਿਹਾ, ਤੁਸੀਂ ਬੈਠੋ ਇਹਦੇ ਕੋਲ, ਮੈਂ ਦੁੱਧ ਲਿਆਉਂਦੀ ਹਾਂ ਗਰਮ ਕਰਕੇ। ਭੂਆ ਪਹਿਲਾਂ ਇਹ ਦੱਸ ਕੇ ਜਾ, ਤੂੰ ਮੇਰੀ ਸਾਈਡ ਹੈ ਨਾ? ਭੂਆ ਸੱਚ ਦੀ ਸਾਈਡ ਹੈ, ਸਮਝ ਆਈ ਗੱਲ? ਚੁੱਪ ਯਾਰ। ਵੈਸੇ ਦੀਪ ਥੈਂਕ ਯੂ, ਤੂੰ ਨਾ ਇੰਡੀਆ 'ਚ ਰਹਿਣ ਦਾ ਤਰੀਕਾ ਦੱਸ ਦਿੱਤਾ। ਲੈ ਇਹ 'ਚ ਕੀ ਹੈਗਾ, ਇੱਥੇ ਤਾਂ ਸਾਰਾ ਕੁਝ ਐਂ ਹੀ ਹੁੰਦਾ। ਮੈਂ ਵੀ ਹੁਣ ਇੰਡੀਆ ਹੀ ਰਹਿਣਾ, ਅਤੇ ਕਿਉਂ ਨਾ ਇੱਥੋਂ ਦਾ ਸਿਸਟਮ ਸਿੱਖ ਲਵਾਂ। ਕੀ ਕਿਹਾ ਤੂੰ, ਕੈਨੇਡਾ ਵਾਪਸ ਨਹੀਂ ਜਾਣਾ? ਨਹੀਂ, ਉੱਥੇ ਦੀ ਲਾਈਫ ਬਹੁਤ ਹਾਰਡ ਹੈ, ਇੱਥੇ ਵਧੀਆ ਨਾ, ਵਿਹਲੇ ਬੰਦੇ ਵੀ ਐਸ਼ ਕਰਦੇ ਨੇ। ਨਹੀਂ ਨਹੀਂ ਯਾਰ ਦੇਖ, ਤੇਰੇ ਪੇਰੈਂਟਸ ਨੇ ਕਿੰਨਾ ਪੈਸਾ ਖਰਚ ਕੀਤਾ ਤੇਰੇ 'ਤੇ, ਹੈ ਤੂੰ ਕਹਿੰਦੀ ਮੈਂ ਵਾਪਸ ਨਹੀਂ ਜਾਣਾ, ਇਹ ਠੀਕ ਨਹੀਂ ਹੈਗਾ, ਨਾਲੇ ਇੱਥੇ ਲਾਈਫ ਥੋੜ੍ਹੀ ਹੈ, ਕੈਨੇਡਾ 'ਚ ਵਧੀਆ ਹੈ। ਛੱਡ ਦੀਪ, ਉੱਥੇ ਕੰਮ ਕਰ ਕਰਕੇ ਬੁਰਾ ਹਾਲ ਹੋ ਜਾਂਦਾ, ਇੱਥੇ ਜਿਹਦੇ ਨਾਲ ਵਿਆਹ ਕਰਾਂਗੇ ਉਹ ਕੰਮ ਕਰੇਗਾ ਅਤੇ ਆਪਾਂ ਐਸ਼ ਕਰਾਂਗੇ, ਕਿਉਂ ਵਿੰਨੀ? ਬਿਲਕੁਲ ਸਹਿਜ, ਮੈਂ ਤਾਂ ਆਪ ਸੋਚਿਆ ਵਿਆਹ ਤੋਂ ਬਾਅਦ ਆਪਾਂ ਕੋਈ ਕੰਮ ਕੁੰਮ ਨਹੀਂ ਕਰਨਾ, ਘਰੇ ਬੈਠਾਂਗੇ, ਘੁਮਾ ਕੇ ਲਿਆਓ, ਆਪਾਂ ਐਸ਼ ਕਰਾਂਗੇ। ਚਲੋ ਠੀਕ ਹੈ, ਮੈਂ ਹੁਣ ਚੱਲਦਾ ਭੂਆ ਜੀ, ਕੁੱਕੂ ਬਾਈ ਹੁਣ ਆ ਹੀ ਜਾਣਗੇ, ਹੁਣ ਆਉਣ ਵਾਲੀ ਹੋਣਗੇ। ਨਾ ਦੁੱਧ ਤਾਂ ਪੀ ਕੇ ਜਾ। ਮੇਰੇ ਨਾ ਦਰਅਸਲ ਢਿੱਡ 'ਚ ਗੜਬੜ ਜਿਹੀ ਹੋ ਗਈ, ਵੱਟ ਜਿਹੇ ਉੱਠੀ ਜਾਂਦੇ ਨੇ, ਦੁੱਧ ਨਹੀਂ ਪੀਤਾ ਜਾਣਾ ਹੁਣ ਮੈਥੋਂ। ਚੰਗਾ ਮੈਂ ਚੱਲਦਾ ਹੁਣ। ਬਾਏ ਦੀਪ। ਬਾਏ ਬਾਏ। ਨੀ ਕੁੜੀਓ ਇਹਨੂੰ ਕੀ ਹੋ ਗਿਆ, ਇੱਕਦਮ ਹੀ ਦੌੜ ਗਿਆ। ਭੂਆ ਜੀ ਹਲੇ ਤੈਨੂੰ
जुलाब लगनगे। सो चौहान साहब यह सारी कहानी हम तुसी दसो की करना चाहिए। विजय भाई ना वैसे भी पंजाबियों की इज्जत का सवाल है। मतलब केस गुंजल की चाबी उस उजागर सिंह कोला करना की है। सोचन दो देखो जो तो काम टेढ़ा होवे ना तो फिर उंगल भी टेढ़ी करनी पैंदी है। आई एम सॉरी विजय, पत्थर सेम ही बलबीर है। डोंट वरी, मैनू पता लग गया सब कुछ। देखो सस्पेंड हुए पुलिस अफसर ते कोई भी रूल अप्लाई नहीं हुंदा, नाले जो पहले सस्पेंड आ हुण होर की सस्पेंड करनगे। सो इस करके तुसी घर जाओ ते मैनू सोचन दो, जिथे तुहाडी लोड़ पवेगी मैं दसांगा। ठीक है, थैंक यू भाई जी, थैंक यू वेरी मच। बस भाई बस यार, मैनू ना जोर पै गया, मैं इतों नहीं भजा जाना, नाले इतने पानी भी चलता। मैनू पता तेनू कि जोर पै गया साले, सीधा गया भी तेनू सह चढ़ गया, तेरा रेडिएटर गर्म हो गया। आओ जाओ तुम करो रनिंग साले, एक तो सर्जरी ठाता उत्तों मैनू ठंड लगी जाती है। तेनू पता कनेडा ठंड कि नहीं पैंती है। वो कनेडा कौन जा रहा है यार? क्यों की हो गया हुण? वो सहज कहती मैं तो कनेडा नहीं जाना वापस। की मतलब सहज कनेडा वापस नहीं जा रही? ना नहीं जा रही। गल्ला देख साला किवें करदा, जिम्मेदार दा उहदे नाल मंगणा होया होवे। हेलो वो थोड़े बाई तो पूरी इंप्रेस है। अच्छा हाँ, जे मैं थोड़ा जिहा जोर होर मारिया ना हाँ मंगणा भी करा लूंगा मैं उहदे नाल, पर साला हुण की फायदा, उहदा कदी मैं कनेडा जाना ही नहीं, सारा मूड ऑफ हो गया। मेरे डायलॉग कितने हुए? डायलॉग तेरे हैं इन्हें ना, तू ना ना ये तेरे काम आएंगे। आ फड़ भाई, ऐ कर इन्हें नु रख दो अपने कोले, तेरे तो कदे फिर काम आ जाने। अरे मैं तो आपके डायलॉग आप ही लिखना जरा। आ तो ठीक है पर मैनू एक गल समझ नहीं आई, ये सहज कुड़ी किहो जी है? कनेडा तो आके कहनी मैं वापसी नहीं जाना, ये गल कुछ हजम नहीं हुई यार। ये तो अपनी आह पंजाबी फिल्म वाली गल जी होगी है ना। चल कोई ना, तू दिल छोटा ना कर, ठीक है? मेरी अज इंटरव्यू है, मैं उत्थे चलिया, शामी मिलदे आ फिर। साला कंजर दा। देख सहज, मापिया दा अपने बच्चों बारे फिक्रमंद होना लाजमी है। तेरे पापा जे तेरे विआह दी फिक्र करदे ने तां इहदे च कोई माड़ी गल नहीं। उन्हां दा फोन आया सी मैनू, कहिंदे कुड़ी कनेडा तो आके अपने घर दी बजाए किसे होर घर रहे, इस गल नाल उन्हां दी बड़ी नमोशी हुंदी है। ठीक है भूआ जी, जे तुसी साढ़े तो तंग आ गए ना तो असी चले जावांगे, पर तां वी मैं अपने घर नहीं जावांगी क्योंकि मैं अपने पापा नूं चंगी तरह जानदी हाँ। भूआ जी वो बहुत जिद्दी ने, जो गल वो सोच लैंदे ने ना वो हमेशा उही करदे ने। जिद्दी तां तू वी घट नहीं है, तू इत्थे जी सद के रह, मेरा तां आप वाला ही जी लग्गिया तुहाडे नाल। आ कुक्कू वेख किन्ना खुश है, अगे तां सारा दिन बुझिया बुझिया रहिंदा सी। भूआ जी कुक्कू भाजी पहलां उदास क्यों रहिंदे सी ते अजकल खुश क्यों रहिंदे ने मैनू सब पता है। ओहो भूआ जी समझो, कुक्कू भाजी की खुशी का राज ऐना है ना। हाँ इसे गल का डर तो मैनू भी वट वट खा रहा है। तू कुक्कू नू समझा, वेख ऐना बाहरले मुल्क तो आई हुई कुड़ी है, उन्हें वापस अपने वतन चले जाने ते कुक्कू का मुड़ फिर उही हाल हो जाने। पहला भी तो उन्हें अपने आप नू शराब विच गर्क कर लिया सी ना। बस फिर शराब जी गर्क हो गया, पर उठ कोई रास्ता नहीं है। आई नो, पर इहदे नाल इह है वी शराब नाल थोड़ी देर सुरत दा टिकाणे रहिंदी है ना। इहनूं जदों मरीज नूं भी बहुत दर्द हुंदा ना, डाक्टर भी टीका ला दिंदा भी थोड़ी देर लई दर्द घट जाए, शराब नाल भी थोड़ी देर लई दिल दा दर्द तां घट ही जांदा ना। नहीं ये बिल्कुल गलत है, तेरी गलती सी कि तू उसनूं ऐ नहीं कहा कि आई लव यू। मेक श्योर जो हो किसी कुड़ी नूं प्यार करेंगा तो यू मस्ट से कि वे कहेंगे ओए मेरे वाल देख देखे गो मैड। अरे लुक हियर। नहीं कह सकता तो फिर तेनू कोई कुड़ी कि वे मिलेगी, ओनू कि वे पाता तो ओनू प्यार करता है। नहीं पता इसे करके तुम ही छट के चली जाएंगी ना। You said something? मैं क्या लेट हो रहे हैं, चलिए चल आ जाए। कुकू
You know what? तेरा कुछ नहीं हो सकता। जे मैं उन्हें ब्याह नू कहनी है तो अगों साफ मना कर देंदे। मैं भी सोचिया कानू किसे कुड़ी नाल धक्का कर रहा है, नाले जे दोवें जी खुश ही ना रहे तो इहो जे ब्याह दा भी की फायदा। चल तू ओदी छड, तू अपनी दस तू की सोचदी है। भूआ जी मैं की सोचना? लह भला ये की गल हुई, तू कुछ सोचना नहीं, अपने प्यो नू सोचन नहीं देना, नहीं फिर करना की है? भूआ जी वैसे ना मैनू एक मुंडा चंगा लगता है ते मैनू लगता है कि मैं भी उसनू चंगी लगती हाँ, पर पापा ने राजी नहीं होना। ओए उनू मनाउण दी गल तू मेरे ते छड़ दे, मैं तेरे प्यो नू ता की अगों दे प्यो नू भी मना लूंगी। पर भूआ जी दादा जी नू गए ते 10 साल हो गए ने। चुप कर, मेरे कहण दा मतलब है भी तेरे प्यो नू मनाउण दी जिम्मेवारी मेरी, तू मैनू दस ता सही वही ओ मुंडा है कौन? दसूंगी भूआ जी दसूंगी, पर पहला मैं ओहदे नाल गल कर लां। ਜੱਗੀ ਜਗਤਾਰ ਬਾਈ ਕਿੱਥੇ ਆ? ਬਾਈ ਜੀ ਗੱਡੀ ਥੱਲੇ ਹੋਣੇ। ਉਹ ਇੱਥੇ ਆ ਬਾਈ। ਕਿਵੇਂ ਆ ਪ੍ਰਧਾਨ? ਸੌਰੀ ਯਾਰ ਕੀ ਗੱਲ ਇਕੱਲੇ ਹੀ ਆ? ਦੀਪ ਕਿੱਥੇ ਆ? ਉਹ ਦੀਪ ਨੇ ਕਿੱਥੇ ਜਾਣਾ ਆ, ਸ਼ਿਕਾਰੀ ਕੁੱਤੇ ਦਾ ਕੰਮ ਕੀ ਹੁੰਦਾ, ਸ਼ਿਕਾਰ ਲੱਭਣਾ? ਉਹਨੇ ਸ਼ਿਕਾਰ ਲੱਭਦੇ ਰਹਿਣਾ, ਤੂੰ ਪਹਿਲਾਂ ਗੱਡੀ ਦੇ ਯਾਰ, ਕੱਲ੍ਹ ਦੀ ਝਟਕੇ ਜੇ ਮਰੀ ਜਾਂਦੀ ਆ। ਉਹ ਯਾਰ ਤੇਰੀ ਸਾਰੀ ਉਮਰ ਝਟਕੇ ਲਿਖੇ ਨੇ, ਕੁਛ ਝਟਕੇ ਨਹੀਂ ਵੀ ਤਾਂ ਮਾਰਨੇ ਨੇ, ਸਾਲਾ ਖਟਾਰਾ ਵੇਚ ਤੇ ਚੱਜ ਦੀ ਗੱਡੀ ਲੈ। ਓਏ ਗੱਲ ਸੁਣ, ਕਹਿੰਦੇ ਸ਼ਰਾਬ ਜਿੰਨੀ ਪੁਰਾਣੀ ਹੋਵੇ ਉਨੀ ਵਧੀਆ, ਯਾਰੀ ਜਿੰਨੀ ਪੁਰਾਣੀ ਹੋਵੇ ਉਨੀ ਵਧੀਆ, ਫਿਰ ਹਮੇਸ਼ਾ ਗੱਡੀ ਨਵੀਂ ਕਿਉਂ? ਬਈ ਮੈਂ ਦੱਸਦਾ, ਜਿਹੜੀ ਨਵੀਂ ਗੱਡੀ ਹੁੰਦੀ ਆ ਨਾ ਇਹ ਨਵੀਂ ਗਰਲਫ੍ਰੈਂਡ ਵਰਗੀ ਹੁੰਦੀ ਆ। ਗੱਡੀ ਜਿੰਨੀ ਜਿੰਨੀ ਪੁਰਾਣੀ ਹੁੰਦੀ ਜਾਵੇ ਨਾ ਉਵੇਂ ਪੁਰਾਣੀ ਗਰਲਫ੍ਰੈਂਡ ਵਾਂਗੂ ਦੁਖੀ ਕਰਨ ਲੱਗ ਪੈਂਦੀ ਆ। ਸਾਲੇ ਹਰ ਗੱਲ ਵਿੱਚ ਨਾ ਕੁੜੀਆਂ ਨੂੰ ਘੜੀਸ ਲਿਆਉਂਦੇ ਨੇ, ਇੰਨਾ ਮਡੀਰ ਨੂੰ ਨਾ ਸਵਾਏ ਕੁੜੀਆਂ ਤੋਂ ਹੋਰ ਕੋਈ ਕੰਮ ਹੈ ਹੀ ਨਹੀਂ। ਜਗਤਾਰ ਰਿਲੈਕਸ ਕੂਲ, ਦੇਖ ਮਸਾਂ ਮਸਾਂ ਸਾਡੇ ਯਾਰ ਦੇ ਸਿਰ ਤੇ ਇਸ਼ਕ ਦਾ ਭੂਤ ਚੜਨ ਲੱਗਿਆ, ਤੂੰ ਆਹ ਗੱਲ ਕਹਿ ਕੇ ਪਹਿਲੇ ਇਹਨੂੰ ਹੋਪਲੈਸ ਕਰੀ ਜਾਣਾ। ਆ ਮੋਨੀ ਬਾਬਾ, ਓਏ ਓਏ ਇਹ ਸਾਲਾ ਕੁੜੀਆਂ ਮੂਹਰੇ ਜਾ ਕੇ ਤਾਂ ਮੌਨ ਧਾਰ ਲੈਂਦਾ, ਇਹ ਕੀ ਕਰੂ? ਦੇਖ ਆਹ ਜਿਹੜੇ ਇਹਦੇ ਵਰਗੇ ਚੁੱਪ ਕੀਤੇ ਜਿਹੇ ਹੁੰਦੇ ਆ ਨਾ, ਇਹ ਸ਼ੈਤਾਨ ਦੀ ਪੁੱਛ ਲੁੰਦੇ ਆ। ਉਹ ਨਾਲੇ ਜੇ ਤੂੰ ਵੀ ਕੁੜੀ ਨੂੰ ਪਿਆਰ ਕਰਦਾ ਨਾ, ਕੋਠੇ ਚੜ ਢੋਲ ਵਜਾ ਅਨਾਊਂਸਮੈਂਟ ਕਰ ਗੱਲ ਖਤਮ ਹੋਵੇ। ਇਹ ਵੀ ਕਿਹਦੇ ਨਾਲ ਟੰਗ ਕੜਿਆ? ਉਹੀ ਕੈਨੇਡਾ ਵਾਲੀ ਸਹਿਜ। ਛੱਡ ਯਾਰ ਉਹ ਤਾਂ ਬਹੁਤ ਟੇਢੀ ਆ ਵਗੇਲਣ। ਜਗਤਾਰ ਬਾਈ ਤੂੰ ਸਾਰਾ ਦਿਨ ਲੋਹੇ 'ਚ ਲੋਹਾ ਹੋਇਆ ਰਹਿਣਾ, ਬਾਹਰ ਕੀ ਹੁੰਦਾ ਤੈਨੂੰ ਕੁਛ ਪਤਾ ਨਹੀਂ ਚੱਲਦਾ, ਓਏ ਉਹ ਵੀ ਤੈਨੂੰ ਸਿਗਨਲ ਦੇ ਰਹੀ ਆ, ਤਾਂ ਹੀ ਤਾਂ ਗੱਲ ਅੱਗੇ ਵਧ ਰਹੀ ਆ। ਅੱਛਾ ਤਾਂ ਜਨਾਬ ਦੀ ਅਲਾਈਨਮੈਂਟ ਹੋ ਚੁੱਕੀ ਆ ਤੇ ਇੱਧਰ ਗੱਡੀ ਦਾ ਐਕਸਪਰਟ ਨੂੰ ਕੁਛ ਪਤਾ ਹੀ ਨਹੀਂ। ਦੇਖ ਯਾਰ ਜਗਤਾਰ ਤੂੰ ਦੀਪ ਨੂੰ ਕੁਛ ਨਾ ਦੱਸੀ, ਅਜੇ ਕੁਛ ਵੀ ਪੱਕਾ ਨਹੀਂ ਹੈ। ਮੈਨੂੰ ਲੱਗਦਾ ਕਿ ਸਹਿਜ ਵੀ ਪਰ ਕੁਛ ਵੀ ਕਨਫਰਮ ਨਹੀਂ ਆ ਯਾਰ, ਆਪਣੀ ਯਾਰੀ 'ਚ ਫਰਕ ਪੈ ਜੂ। ਜਸ਼ਨ ਉਹ ਯਾਰੀ ਕੀ ਜਿਹੜੀ ਖਰਾਬ ਹੋ ਜੇ ਹੈ? ਦੀਪ ਤਾਂ ਉਹਦੇ ਪਿੱਛੇ ਤਾਂ ਲੱਗਿਆ ਸੀ ਕਿਉਂਕਿ ਉਹਨੇ ਕੈਨੇਡਾ ਜਾਣਾ ਸੀ, ਤੇ ਹੁਣ ਉਹ ਕੈਨੇਡਾ ਜਾ ਨਹੀਂ ਰਹੀ। ਉਹ ਤਾਂ ਉਹਨੇ ਦੀਪ ਨੂੰ ਟੈਸਟ ਕਰਨ ਦੀ ਮਾਰੀ ਨੇ ਕਿਹਾ ਸੀ, ਪਰ ਦੇਖ ਕੁਛ ਵੀ ਪੱਕਾ ਨਹੀਂ ਆ ਯਾਰ। ਉਹ ਪੱਕਾ ਨਹੀਂ ਤਾਂ ਬਘੇਲਿਆ ਪੱਕਾ ਕਰ, ਨਹੀਂ ਤਾਂ ਬੰਨ ਲੰਗੋਟ। ਚੱਲ ਯਾਰਾਂ ਨਾਲ ਬਜਰੰਗ ਬਲੀ ਦੇ ਮੰਦਰ। ਉਹ ਜਨਾਬ ਜਿਹੜੀ ਅੱਧੀ ਬੋਤਲ ਬਚੀ ਉਹ ਵੀ ਲੈ ਆਵਾਂ। ਚੁੱਪ ਕਰ ਚੁੱਪ ਕਰ, ਮੇਰੀ ਘਰ ਵਾਲੀ ਬਹੁਤ ਧਾਰਮਿਕ ਜਨਾਨੀ ਹੈ, ਧਾਰਮਿਕ। ਘਰ ਦੇ ਵਿੱਚ ਮੀਟ ਮੁਰਗਾ ਅੰਡਾ ਦਾਰੂ ਮੱਛੀ ਬਿਲਕੁਲ ਬੰਦ ਹੈ। ਇਹਦਾ ਮਤਲਬ ਜਨਾਬ ਤੁਸੀਂ ਫਿਰ ਅੱਜ ਆਪਣੇ ਘਰ ਨਹੀਂ ਜਾਂਦੇ? ਔਰ ਮੈਂ ਤੇਰੇ ਘਰ ਚੱਲਿਆ? ਉਹ ਨਹੀਂ, ਮੇਰਾ ਮਤਲਬ ਹੈ ਜਨਾਬ ਵੀ ਤੁਹਾਡੇ ਢਿੱਡ ਵਿੱਚ ਅੱਧੀ ਬੋਤਲ ਸ਼ਰਾਬ ਦੀ ਤੇ ਮੁਰਗੇ ਦੀਆਂ 4 ਲੱਤਾਂ ਨੇ, ਤੇ ਤੁਸੀਂ ਆਪਣੇ ਘਰ ਕਿਵੇਂ ਜਾ ਸਕਦੇ ਹੋ? ਚੁੱਪ ਕਰਾ ਚੁੱਪ ਕਰਾ, ਮੈਨੂੰ ਭੋਗੀ ਜਾ, ਉਹ ਅੱਧੀ ਬੋਤਲ ਤੂੰ ਲੈ ਜਾ ਆਪਣੇ ਘਰ। ਮੈਂ ਤਾਂ ਜਨਾਬ ਪੀਂਦਾ ਨਹੀਂ। ਤੇ ਕਿਸੇ ਹੋਰ ਨੂੰ ਦੇ ਦੇ, ਐਵੇਂ ਚੇਟਾ ਨਾ ਕਰ ਮੇਰੇ ਨਾਲ। ਉਹ ਜਨਾਬ ਮੈਂ ਗੱਡੀ ਚਲਾ ਕੇ ਘਰੇ ਛੱਡਿਆ ਵਾਂ। ਮੈਂ ਆਪੇ ਚਲਾ ਜੂ, ਮੈਨੂੰ ਆਉਂਦੀ ਹੈ ਗੱਡੀ ਚਲਾਉਣੀ, ਐਵੇਂ ਨਾ ਗੱਲਾਂ ਮਾਰੀ ਜਾ। ਉਹ ਮੇਰੇ ਨੱਚਦੀ ਦੀ ਫੋਟੋ ਖਿੱਚ ਮੁੰਡੇ ਆ ਡਰੇ, ਉਹ ਮੇਰੇ ਨੱਚਦੀ ਦੀ, ਮੇਰੇ ਨੱਚਦੀ ਦੀ ਫੋਟੋ ਖਿੱਚ ਮੁੰਡੇ ਆ। ਇੱਥੇ ਮੁੰਡਿਆ ਨੱਚਦੀ ਦੀ ਨੱਚਦੀ ਦੀ।
चुप चाप गड्डी चला, जिथे कहांगा बस उथे ले चल। विजय तू तेरी मजाक दी आदत गई थी। मैं मजाक नहीं कर रहा, मैं सीरियस हूं। ते जिस वेले मैं सीरियस हूं ना तेनू पता। ए भी गल तेरी ठीक है, वैसे भी मैनू मजाक पसंद नहीं। गड्डी चला चलाने चला। फोन चुक लो जैसे और बजी आंदे जैसे ना फोन चुक लो। ओए किधर गया सर? अच्छा गल सुन मेरी, आज 11 बजे रॉयल रेस्टोरेंट आके मैनू मिल। गल समझ आई? सुन, जरूरी गल करनी है, किसी नु दसना नहीं है ते नाल ता किसी नु लेके आना ही नहीं हैगा। ओके बाय। कट दो। जनाब नु सहज ने रॉयल कैसल बुलाया ते ये भी कहा है भी किसी नु कुछ दसना नहीं, बहुत जरूरी गल करनी है, इसलिए मैनू पता नहीं कि तुसी उत्थे गए हो। ना तू उन्हें कहा नहीं कि मैं जशन नहीं दीप बोल रहा जी? मैडम विच बोलने का मौका देन ता कुछ कहा, वो तो एक बार शुरू हो जाते हैं फिर बंद ही नहीं होंगे। वैसे चक्कर की है? और एक गल याद रखी मित्रा, मैडम कनेडा वापस नहीं जा रहे। साला पूरा हराम दा तुखन है। की कहा? हुक्म तो सुनया, ये तुखन की हुंदा? तुखन नहीं, तुखम मतलब बी। तो सीधी तरह गाल कट के भैन दा नाले जे गाल सुन के डिक्शनरी देखनी पवे फिर की फायदा। वैसे ऑल द बेस्ट यार दीप, दिलों दसी जे मैं जावा तो तेनों बुरा तो नहीं लगू? यार लोग कहंदे आ कि जे यारी च कुड़ी आ जाए ना तो यारी टुट जाती है। ओ भले मानसरे तुखम, अपनी यारी शोले फिल्म वाली है हजे तो आप गड्डी जी ला के मोटरसाइकिल से गीत भी गाना है तू फिक्र ना कर, तेरे नाल मैं चलूंगा। ओ नहीं यार, उन्हें मना कीता। कीता उन्हें मना? मैं कहता चलूं तो चलूं बस। भाई जी कल रात का अजागर पता नहीं साला कित्थे गायब हो गया। वाह यार, उहदी घरवाली भी आई सी सवेरे पुछदी पुछदी, कहिंदे उहदी गड्डी कित्थे नहर दे कंढे मिली आ। फिर तो भाई जी नहरी महकमे नूं फोन करके पुछो भी कोई लाश लूश मिली है कि नहीं। वैसे भाई जी खुदकुशी करने वाला तो है नहीं, वैसे किसी ने पट पुट के नहर सड़ता हो ना तो वक्री गल है, भाई जे किसी ने गड्डी चाढ़ता हो ना धर्म वाला सभा दी आजू। तरसेम साहब जी बंदे छेती छेती नहीं मरते। अच्छा जी, इन्हां नूं टाइम लगता होंदा? मेरा मतलब है फिर हजे आपां इन्ना ज्यादा खुश ना होईए। उधरों साला मेह माला पंगा, इधरों तुसीं कहिंदे हो हजे जाकर मरिया नहीं होना। भाई जी फिर तो रब अगे अरदास ही करो भी इन साले किसी ने गड्डी चाढ़ता हो, नहीं तो इन्हें गांह जाके भी आपको तंग ही करना सी। साला एक गल समझ नहीं आई, कंजर तक गया कितने? हाथ खोलूंगा ताही दिखाऊंगा मैं कुछ। सेब खान दे लई निशाना लाउन दे लई ना भी से ना देख छोटे बीर, छोटे बीर सच सच दस बलबीर कौन ते उहदा पासपोर्ट किवें बणिया? जनाब 6 महीने हो गए तुहानूं प्रैक्टिस कीती ते उजागर सिंह दे गलत जगह गोली ना मारी। ना भी से ना उधर से भी बलबीर है, तक से भी बलबीर है। मैं उहदी झूठी इनक्वायरी करके उहदा पासपोर्ट बनवाया सी, ये सब कुछ मैं हरनाम सिंह ते कह तो कीता है। दसुंदा सिंह दी जमीन ते भी मैं ही कब्जा कीता सीगा, ओ तरसेम दे बगैर पै गया सी। तरसेम नु हरनाम सिंह ने कनेडा भिजवा दिता सी ते कुछ महीने बाद दसुंदे नु असी एक्सीडेंट करके मार दिता सी। दलवीर जनाब यार कमाल होगी, 6 महीनों बाद भी निशाना बिल्कुल सही लगी जाता। चल मेरे तो टेंशन जी होगी, सेव रख। ओए और क्यों, हुण सब कुछ तो मैं सच सच दस दिता है। ओए ना मेरे छोटे वीर ना,
ਜੇ ਤੇਰਾ ਹੱਥ ਮਾੜਾ ਜਾ ਕੰਬ ਗਿਆ ਓਏ ਮੇਰੇ ਬਾਲ ਬੱਚਿਆਂ ਨੇ ਤਾਂ ਅਨਾਥ ਹੋ ਜਾਣਾ। ਬੱਚੇ ਤਾਂ ਉਸ ਸੌਂਤਾ ਸਿੰਘ ਦੇ ਵੀ ਸੀ, ਉਦੋਂ ਤਾਂ ਨੀ ਤੈਨੂੰ ਤਰਸ ਆਇਆ। ਜਾਗਰ ਸਿੰਘ ਦੀ ਤਾਂ ਟੈਂਕੀ ਲੀਕ ਹੋ ਗਈ ਜਨਾਬ। ਓਏ ਕੱਲੀ ਟੈਂਕੀ ਨੀ ਲੀਕ ਹੋਈ, ਓਏ ਓਏ ਵੱਡਾ ਕੰਮ ਵੀ ਹੋ ਗਿਆ ਹੈ ਬਤਿੰਦਰ। ਓਏ ਹੁਣ ਤਾਂ ਜੱਜ ਦੋ ਮੈਨੂੰ। ਸਹਿਜ, ਮੈਂ ਕਬਾਬ 'ਚ ਹੱਡੀ ਬੰਨਣੀ ਹੈ। ਮੈਂ ਤਾਂ ਸਿਰਫ ਇਹ ਕਹਿਣ ਆਇਆ ਕਿ ਆਹ ਮੇਰਾ ਦੋਸਤ ਬਹੁਤ ਵਧੀਆ, ਸੱਚਾ ਅਤੇ ਸੁੱਚਾ ਜਿਹਾ ਬੰਦਾ ਹੈ। ਇਹ ਨਾਲੇ ਪੜ੍ਹਾਈ 'ਚ ਵੀ ਅੱਵਲ ਸੀ, ਅੱਜ ਨਹੀਂ ਤਾਂ ਕੱਲ੍ਹ ਇਹਨੂੰ ਟੌਪ ਦੀ ਨੌਕਰੀ ਮਿਲ ਜਾਣੀ ਹੈ। ਤੈਨੂੰ ਇਹ ਤਾਂ ਵਧੀਆ ਮੁੰਡਾ ਨਹੀਂ ਮਿਲ ਸਕਦਾ, ਨਾਲੇ ਤੈਨੂੰ ਪਿਆਰ ਵੀ ਬਹੁਤ ਕਰਦਾ ਹੈ। ਇਹ ਸਭ ਕੁਛ ਇਹ ਆਪ ਨਹੀਂ ਕਹਿ ਸਕਦਾ। ਤਾਂ ਹੀ ਤਾਂ ਜਿੱਦ ਕਰਕੇ ਮੈਂ ਨਾਲ ਆਇਆ, ਅਤੇ ਜਨਾਬ ਕੁਛ ਕਹਿ ਸਕਦੇ ਤਾਂ ਗੱਲ ਹੀ ਕੀ ਸੀ। ਚੱਲ ਮੈਂ ਹੁਣ ਚੱਲਾਂ ਹੈ। ਦੀਪ ਸੋਰੀ, ਮੈਂ ਤੈਨੂੰ ਝੂਠ ਕਿਹਾ ਸੀ ਕਿ ਮੈਂ ਕੈਨੇਡਾ ਨਹੀਂ ਜਾਣਾ। ਮੈਨੂੰ ਪਤਾ ਮੈਂ ਐਡਾ ਵੀ ਉਹ ਨਹੀਂ ਹੈਗਾ ਜਿੰਨਾ ਤੂੰ ਮੈਨੂੰ ਸਮਝਦੀ ਹੈ। ਉਹ ਤਾਂ ਮੈਨੂੰ ਵਿਨੀ ਦੇ ਮੰਗਣੇ 'ਤੇ ਪਤਾ ਲੱਗ ਗਿਆ ਸੀ ਕਿ ਮੈਂ ਰੋਂਗ ਨੰਬਰ ਡਾਇਲ ਕਰ ਰਿਹਾ। ਠੀਕ ਹੈ, ਚੱਲ ਹੁਣ ਆਲ ਦਾ ਬੈਸਟ, ਮੈਂ ਚੱਲਦਾ। ਮੈਂ ਜੇ ਸਾਲੇ ਦੀ ਹੈਲਪ ਨਾ ਕਰਦਾ ਤਾਂ ਇਹਨੇ ਸਾਰੀ ਜ਼ਿੰਦਗੀ ਕਿਸੇ ਕੁੜੀ ਨੂੰ ਦਿਲ ਦੀ ਗੱਲ ਨਹੀਂ ਕਹਿਣੀ ਸੀ। ਆਪਣਾ ਕੀ ਹੈ, ਇਹ ਨਹੀਂ ਤਾਂ ਹੋਰ ਸੀ। ਚੱਲ ਦੀਪਿਆ, ਆਪਣੇ ਦਿਲ ਦੇ ਦਰਦ ਦਾ ਇਲਾਜ ਕਰੀਏ। ਇਹ ਸਭ ਕੁਛ ਤੂੰ ਆਪ ਨਹੀਂ ਕਹਿ ਸਕਦਾ ਸੀ। ਕਹਿ ਤਾਂ ਸਕਦਾ ਸੀ, ਪਰ ਮੈਂ ਕਿਹਾ ਸੀ ਨਾ ਕਿ ਜੇ ਇੱਕ ਵਾਰ ਮੈਂ ਅੱਗੇ ਵੱਧ ਜਾਂ ਤਾਂ ਫਿਰ ਪਿੱਛੇ ਨਹੀਂ ਹਟਦਾ। ਹੁਣ ਜੇ ਗੱਲ ਤੇਰੇ ਡੈਡ ਨਾ ਮੰਨੇ ਤਾਂ ਫਿਰ ਤੂੰ ਵੀ ਪਿੱਛੇ ਨਾ ਹਟੀ। ਉਹੀ ਤਾਂ ਮੈਂ ਦੇਖਣਾ ਚਾਹੁੰਦੀ ਸੀ ਕਿ ਤੂੰ ਆਪਣੇ ਵਾਅਦੇ ਦਾ ਕਿੰਨਾ ਪੱਕਾ। ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪਿਆਰ ਕੀ ਹੁੰਦਾ। ਹੁਣ ਜੋ ਹੋਏਗਾ ਦੇਖ ਲਵਾਂਗੇ। ਬੱਲੀਏ ਹਾਂ ਚੱਲ ਵੇ, ਚੱਲ ਉੱਡ ਚੱਲੀਏ ਕਿਸੇ ਥਾਂ ਚੱਲ ਵੇ, ਕੋਈ ਵੱਖਰੀ ਜਿਹੀ ਥਾਂ ਹੋਵੇ। ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਕੋਈ ਵੇਖਣ ਵਾਲਾ ਨਾ ਹੋਵੇ। ਦੁਨੀਆਂ ਤੋਂ ਇਕਲ ਵਾਂਝੇ ਜੇ, ਦੁਨੀਆਂ ਤੋਂ ਇਕਲ ਵਾਂਝੇ ਜੇ, ਇੱਕ ਦੁਨੀਆ ਨਵੀਂ ਵਸਾਈਏ। ਦਿਲ ਥੱਕ 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 ਕਰਦਾ ਏ, ਪਰ ਕਦੇ ਕਦੇ ਜੀ ਡਰਦਾ ਏ। ਦਿਲ ਥੱਕ 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 ਕਰਦਾ ਏ, ਪਰ ਕਦੇ ਕਦੇ ਜੀ ਡਰਦਾ ਏ। ਡਰ ਕੇ ਕੋਈ ਪਰਵਾਹ ਨਹੀਂ ਸੌਂ ਜਾ ਮੇਰੀ ਚ,
छाती दे सिर तर के कोई परवाह नहीं सौ जा मेरी छाती दे सिर तर के चन मखना जी बलिए गल मन मखना की बलिए इस जग चंदरे दी नजर बुरी जग चंदरे दी नजर बुरी नजरा तो प्यार बचाए तू ते मैं 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 हाँ तू ते मैं बलिए दिल तोड़ी ना दिल तर बलिए मुख मोड़ी ना तेरा क्यों बलिए दिल डोल गया जद यार सजन बैकोड़ गया मेरे साही सरगम कोड़ गया पौना विच महका कोल दिए पौना विच महका कोल दिए आ प्यार दे नगमे गाइए तू ते मैं तू ते मैं तू ते मैं हाँ तू ते मैं हाँ तू ते मैं तू ते मैं कमाल है विजय तू तो कमाल कर देता थैंक यू सर सर आप जी जो भी एक्शन लेना चाहते हो आप जी ले सकते हो सर थम पीछे बढ़ इंज किवें वेख रहा मेरे वाल वेल डन मैं अज तो तुहानू दोनां नू बहाल करदा हाँ पांच मिनटां दे विच विच तुसी मैनू कंप्लीट यूनिफॉर्म दे विच रिपोर्ट करोगे इस केस की शुरुआत भी तुसी ही कीती सी ना और इसका अंत भी तुसी करोगे सर बड़ी गुड न्यूज है की हो गया पाजी तो सेम ही बलबीर है विजय ने उजागर को सब कटवा लिया हम उस बास्टर्ड नू कोई नहीं बचा सकता I'm so happy. Yes. What, Kuku? You're so happy for me? Yes. तू मेरे लिए इतना खुश है बहुत अच्छा है तुम ही बहुत चंगी है ना और अना मैं तुम्हें और भी कुछ कहना चाहना कहना कुकु अना वो ना मैं कहना सी के बोल मैं की कर रहे हैं ना मैं कहना सी के अपन मेरे ख्याल लेट हो रहे हैं सानू तरसेम वाल चलना चाहिए था आजा मैनू भी नाल ले दो हो तुसी खड़े क्यों हो प्लीज बैठो ना नहीं मैडम अज असी बैठ नहीं सकते जी क्यों की गल एनी छेती कर दी तुहानू तुसी एक दूजे वल की देखी जा रहे हो दसो तो सही गल की है की दसी मैम
ਸਾਡੇ ਕੋਲੋਂ ਤਾਂ ਅੱਜ ਬੋਲ ਹੀ ਨਹੀਂ ਨਿਕਲ ਰਹੇ ਮੈਨੂੰ। ਦੇਖੋ ਪਲੀਜ਼, ਮੈਨੂੰ ਟੈਨਸ਼ਨ ਹੋ ਰਹੀ ਹੈ, ਕੁਝ ਦੱਸੋਗੇ ਤਾਂ ਪਤਾ ਚੱਲੇਗਾ ਨਾ। ਲੋਕ ਰੁਪਿੰਦਰ, ਆਈ ਐਮ ਰੀਅਲੀ ਸੌਰੀ, ਮੈਂ ਬਹੁਤ ਦੁੱਖ ਹੈ ਕਿ ਐਸੇ ਸਭ ਦੱਸਣ ਦੇ ਲਈ ਇੱਥੇ ਆਏ। ਪਰ ਗੱਲ ਕੀ ਹੈ, ਤਰਸੇਮ ਤਾਂ ਠੀਕ ਹੈ ਨਾ? ਤਰਸੇਮ ਤਾਂ ਠੀਕ ਹੀ ਹੈ, ਤਰਸੇਮ ਨੂੰ ਕੀ ਹੋਣਾ। ਦਰਅਸਲ ਮੈਮ, ਉਸ ਦਿਨ ਅਸੀਂ ਤੁਹਾਡੇ ਕੋਲ ਆਏ ਸੀ ਨਾ ਜੀ, ਉਹ ਤੁਹਾਨੂੰ ਦੱਸਣ ਵਾਸਤੇ ਕਿ ਹੈਨਾ ਦੀ ਸਿਸਟਰ ਨੂੰ ਕੋਈ ਬੰਦਾ ਧੋਖਾ ਦੇ ਕੇ ਇੱਥੇ ਇੰਡੀਆ ਵਾਪਸ ਆ ਗਿਆ। ਹਾਂ, ਮੈਨੂੰ ਯਾਦ ਹੈ। ਉਹ ਬੰਦਾ ਕਨਫਰਮ ਹੋ ਗਿਆ ਜੀ, ਬਸ ਹੁਣ ਤਾਂ ਉਹਦੇ ਫੈਸਲੇ ਦੀ ਘੜੀ ਹੈ। ਉਹ ਤਾਂ ਠੀਕ ਹੈ, ਪਰ ਮੈਂ ਉਸ ਵਿੱਚ ਕੀ ਕਰ ਸਕਦੀ ਹਾਂ? ਹੁਣ ਤਾਂ ਜੋ ਵੀ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਮੈਮ, ਕਿਉਂਕਿ ਆਈ ਐਮ ਸੌਰੀ ਟੂ ਸੇ, ਉਹ ਬੰਦਾ ਹੋਰ ਕੋਈ ਨਹੀਂ ਹੈ, ਤਰਸੇਮ ਹੈ। ਜਦੋਂ ਤੁਸੀਂ ਸਟੱਡੀਜ਼ ਵਾਸਤੇ UK ਗਏ ਸੀ ਨਾ ਜੀ, ਤਾਂ ਤੁਹਾਡੇ ਮਗਰੋਂ ਜਾਲੀ ਪਾਸਪੋਰਟ 'ਤੇ ਤਰਸੇਮ ਕੈਨੇਡਾ ਚਲਾ ਗਿਆ ਸੀ। ਉੱਥੇ ਜਾ ਕੇ ਉਹਨੇ ਐਨਾ ਦੀ ਸਿਸਟਰ ਨਾਲ ਸ਼ਾਦੀ ਕਰ ਲਈ, ਅਤੇ ਜਦੋਂ ਉੱਥੇ ਉਹਨੂੰ ਪਤਾ ਲੱਗਾ ਕਿ ਉਹਦੇ ਇੰਡੀਆ ਵਾਲੇ ਦੁਸ਼ਮਣ ਮਾਰੇ ਗਏ ਹੈ, ਅਤੇ ਹਲੇਨਾ ਨੂੰ ਧੋਖਾ ਦੇ ਕੇ ਉਹਦਾ ਸਾਰਾ ਪੈਸਾ ਲੁੱਟ ਲੁਟਾ ਕੇ ਇੰਡੀਆ ਵਾਪਸ ਆ ਗਿਆ ਤਰਸੇਮ। ਮੈਡਮ, ਕਿ ਹੁਣ ਵੀ ਤੁਹਾਡਾ ਫੈਸਲਾ ਉਹੀ ਹੈ ਜੀ ਜੋ ਉਸ ਦਿਨ ਸੀ? ਮੇਰਾ ਫੈਸਲਾ ਉਹੀ ਹੈ। ਪਰ ਤਰਸੇਮ ਹੈ ਕਿੱਥੇ? ਕੀ ਉਹ ਤਾਂ ਧਿਆਨ ਨਾਲ ਸੁਣਿਆ, ਉਹ ਚੰਗੀ ਤਰ੍ਹਾਂ ਪਤਾ ਕੀਤਾ ਕਿ ਨਹੀਂ? ਚੱਲ ਫੋਨ ਬੰਦ ਕਰ ਹੁਣ। ਸੋਲਾ ਨਾਮਾ ਸਿਆਪਾ, ਕੀ ਹੋਇਆ ਬਾਈ ਜੀ, ਉਜਾਗਰ ਮਰ ਗਿਆ? ਉਹ ਇਹੋ ਜਿਹੇ ਬੰਦੇ ਛੇਤੀ ਛੇਤੀ ਨਹੀਂ ਮਰਦੇ ਹੁੰਦੇ। ਉਹ ਅੱਛਾ ਜੀ, ਉਹ ਤੂੰ ਇੱਥੇ ਕੀ ਕਰਦਾ? ਭੱਜ ਜਾ, ਵਿਜੇ ਬਹਾਲ ਹੋ ਗਿਆ, ਕਿਸੇ ਟਾਈਮ ਵੀ ਇੱਥੇ ਆਉਂਦਾ ਹੋਣਾ। ਤੇ ਤੁਸੀਂ ਬਾਈ ਜੀ? ਕਿਹੜਾ ਬਾਈ, ਕਿਹਦਾ ਬਾਈ? ਬਾਈ ਜੀ ਐਂ ਨਾ ਕਰੋ, ਐਂ ਤਾਂ ਮੈਂ ਇਕੱਲਾ ਜੇਲ੍ਹ 'ਚ ਮਰ ਜੂੰਗਾ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਨਾਲ ਲੈ ਕੇ ਜਾਊਂ, ਮੈਨੂੰ ਨਹੀਂ ਪਤਾ। ਦੌੜ ਜਾ ਮੈਂ ਸਿਆਸੀ ਪਰਿਵਾਰ ਦਾ ਬੰਦਾ, ਮੈਨੂੰ ਕੁਛ ਨਹੀਂ ਹੋਣਾ। ਬਾਈ ਤੁਸੀਂ ਚੰਗੀ ਨਹੀਂ ਕੀਤੀ, ਤੁਸੀਂ ਤਾਂ ਮੇਰੀ ਖੜੀ ਦੀ ਗੱਲ ਨਿਬੇੜਤੀ, ਐਂ ਤਾਂ ਮੈਂ ਤੁਹਾਡੀ ਵੀ ਗੱਲ ਫਿਰ ਨਿਬੇੜੂੰਗਾ, ਮੈਂ ਨਾਂ ਲੈ ਦੇਣਾ ਤੁਹਾਡਾ ਫਿਰ। ਮਰ ਗਿਆ ਮੇਰਾ ਨਾਂ ਲੈਣ ਵਾਲੇ, ਚੱਲ ਤਾਂ। ਚੰਗੀ ਨਹੀਂ ਕੀਤੀ ਬਾਈ। ਰੂਪੀ, ਰੂਪੀ, ਉਹ ਕਿੱਥੇ ਮਰ ਗਈ ਤੂੰ? ਰੂਪੀ, ਰੂਪੀ ਐਂ ਕਰ, ਥੋੜਾ ਮੋਟਾ ਸਮਾਨ ਛੇਤੀ ਪੈਕ ਕਰ, ਆਪਾਂ ਜਾਣਾ ਹੁਣੀ, ਛੇਤੀ ਕਰ। ਕਿਉਂ, ਕਿੱਥੇ ਜਾਣਾ? ਤੁਹਾਡੀ ਵੀ ਨਾ ਜਨਾਨੀਆਂ ਦੀ ਸਵਾਲ ਕਰਨ ਦੀ ਆਦਤ ਨਹੀਂ ਜਾਂਦੀ, ਉਹ ਤੈਨੂੰ ਮੈਂ ਬਾਅਦ 'ਚ ਦੱਸ ਦੂੰ। ਪਿੰਕੀ ਨੂੰ ਚੱਕ, ਛੇਤੀ ਚੱਲ, ਟਾਈਮ ਹੈ ਨਹੀਂ ਆਪਣੇ ਕੋਲ, ਮਿੰਟ ਮਾਰ ਮਿੰਟ। ਨਾ ਮੈਂ ਕਿਤੇ ਜਾਵਾਂਗੀ ਤੇ ਨਾ ਤੈਨੂੰ ਜਾਣ ਦਿਆਂਗੀ। ਹੋਰ ਮਜ਼ਾਕ ਦਾ ਬੇੜਾ ਨਹੀਂ ਹੈਗਾ, ਅਸਲੀ ਪਿਸਤੌਲ ਹੈ, ਚੱਲ ਜੂ ਲੈ ਫੜਾ। ਨਹੀਂ ਰੁਪਿੰਦਰ, ਮੈਂ ਤੇ ਤੇਰੇ ਤੇ ਪਿੰਕੀ ਦੇ ਲਏ ਇਸ ਨੂੰ ਮਾਫ਼ ਕਰ ਦਿੱਤਾ, ਪਰ ਮੈਂ ਇਸ ਨੂੰ ਮਾਫ਼ ਨਹੀਂ ਕਰਾਂਗੀ। ਇਸਨੇ ਇੱਕ ਨਹੀਂ, ਦੋ ਦੋ ਔਰਤਾਂ ਨੂੰ ਧੋਖਾ ਦਿੱਤਾ ਹੈ। ਦੇਖ ਰੂਪੀ, ਤੈਨੂੰ ਵੱਡੇ ਮਹਾਰਾਜ ਦੀ ਸੌਂ ਲੱਗੇ, ਮੇਰੇ ਕੋਲ ਨਾ ਪਿੰਕੀ ਨੂੰ ਦੂਰ ਨਾ ਕਰੀ, ਨਾਲੇ ਮੈਂ ਤੈਨੂੰ ਗੋਰੀਆਂ ਬਾਰੇ ਦੱਸ ਦਿੰਦਾ, ਇਹਨਾਂ ਦਾ ਕਰੈਕਟਰ ਇਹੋ ਜਿਹਾ ਹੁੰਦਾ, ਇੱਕ ਇੱਕ ਨਹੀਂ ਕਈ ਕਈ ਵਿਆਹ ਕਰਵਾ ਲੈਂਦੀਆਂ ਨੇ। ਚੁੱਪ ਕਰ ਜਾ, ਤੇਰੇ ਨਾਲੋਂ ਤਾਂ ਚੰਗਾ ਇਹਨਾਂ ਦਾ ਕਰੈਕਟਰ, ਉਹ ਤਾਂ ਹੁਣ ਵੀ ਤੈਨੂੰ ਮਾਫ਼ ਕਰ ਰਹੀ ਹੈ, ਪਰ ਮੈਂ ਹੁਣ ਆਪਣੀ ਬੱਚੀ ਤੇ ਤੇਰਾ ਪਰਛਾਵਾਂ ਨਹੀਂ ਪਹਿਨ ਦਿਆਂਗੀ। ਤੇਰੀ ਖੇਡ ਖਤਮ ਤਰਸੇਮ ਸਿਆ, ਆ ਜਾ ਹੁਣ। ਰੂਪੀ, ਰੂਪੀ ਦੇਖ ਲੈ, ਅਜੇ ਵੀ ਡੁੱਲੇ ਪੇਰਾਂ ਦਾ ਕੁਛ ਨਹੀਂ ਵਿਗੜਿਆ। ਤੇਰੇ ਪੇਰਾਂ ਨੂੰ ਤਾਂ ਅਸੀਂ ਝਾੜਾਂਗੇ ਹੁਣ। ਹਾਂ।
अच्छा ये भी निबड़ गई गल। सत श्रीकाल भाई, हूँ तो पछाण लिया कि नहीं? ना 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 ना, इन्ना गुस्सा कहते नहीं, गर्मी बहुत है, नाले मैं तो सुने जेल चीज भी नहीं होंगे। बकवास बंद, सारा तेरी करके होया। इन्ना गुस्सा क्यों करते हो? कुछ गल् हवालात वास्ते भी सामभ के रख लियो, उत्थे कर लियो दुख सुख सांझे अपने। बिठा इन्हों, पूरा एक महीना उत्थे बैठी थी किसी के घर, तेन शर्म ना आई? हूँ इन विलड़ नाल खिंच लिया आई है। पहला यदा प्यो सारी उम्र सहुरे दी रोटियां पाड़ता रहा, तो हूँ ये आ गया सहुरे के घर रोटियां खाने। बस करो जी, मुंडा पढ़िया लिखा है, नाले कुड़ी नू पसंद भी है। तू विच ना बोल, गुड़ वेख के मक्खियां कट्ठियां हो जांदियां है। कुड़ी कनेडा तो आई है, वेख के मगर लग तुरिया उहदे। अंकल तुसीं मैनू जो मर्जी कह लो, मेरे बापू जी नू कुछ ना कहो। क्यों, मैं कोई गलत कहा है? भैन घर भाई कुत्ता, सहुरे घर जवाई कुत्ता। वो सियाने बंदे ना कुत्ता रखन लगे पहले उहदी नसल देखदे आ, ते तू? अंकल प्लीज, वो जिहो जी भी ने मेरे बापू जी ने, ऐदा तुसी कुछ नहीं कह सकते। ये तो तुसी सहज दे। नहीं तो की है, की कर लेंदा? सुन लिया कुड़िए, नहीं तो इन्हें मेरे ते हाथ चकना सी। सोच लै हुण, इहदे नाल जाना जी सद के जा सकती है, पर मुड़ के इस घर वल नूं मूंह ना करी। पापा प्लीज, पापा गल तो सुनो मेरी। सहज मैं तेनों कहा सी ना कि मैं अगे वध के कदे पिछे नहीं हटता, ते मैं हुण भी नहीं हटना। चला चलिए। सहज मैं तेनू कह रहा, सहज Saraya, the thanks give kara. I have no words. Tusi sare bahut acche ho. Mainu tusi sare bahut yaad aoge. Sahaj, tu kyun chup hai? Iste father ne Jashan nu ghar to ghar deta. ਤੁਸੀਂ ਦੋਹਾਂ ਨੇ ਮੈਨੂੰ ਫੋਨ ਕਰਕੇ ਕਿਉਂ ਨਹੀਂ ਦੱਸਿਆ? ਭੂਆ ਜੀ, ਜਸ਼ਨ ਨੇ ਤਾਂ ਮੈਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਚੱਲਾਂ, ਪਰ ਪਤਾ ਨਹੀਂ ਕਿਉਂ ਮੇਰੇ ਤੋਂ ਪੈਰ ਚੁੱਕ ਕੇ ਹੀ ਨਹੀਂ ਗਏ। ਭੂਆ ਜੀ, ਹਾਂ, ਕੁੱਕੂ ਕਿੱਥੇ ਹੈ? ਕੁੱਕੂ ਉਹ ਤਾਂ ਸੱਚ ਲਈ ਬਾਹਰ ਕਿਧਰੇ ਚਲਾ ਗਿਆ, ਉਹਦਾ ਫੋਨ ਵੀ ਬੰਦ ਹੈ। शायद वो तो दोहां नूं जांदिआं नूं वेख नहीं सी सकदा। मैं ते कुकुर नूं स्पेशल थैंक्स करदा सी, उसदे हेल्प तो बगैर कुछ नहीं सी होना। है ना, आ कुकू तेरे लिए देके गया है, नाले उहने तैनूं कसम दित्ती है मैं ये पैकेट तो सिर्फ कनेडा जाके खोलने। कोकू ने कहा ना मैं उसको बहुत मिस करांगी।
मेरे सच्चे पातशाह मेरे कुकू का ही दिल वार वार क्यों टुटद है। दिल दिया गल्लां असा दिल विच रखियां ना ही तुसा पुछियां ते ना ही असा दसियां ना ही तुसा पुछियां ते ना ही असा दसियां। अज तेरी याद आई पल पल बाद आई अज तेरी याद आई पल पल बाद आई भुले ना भुलाया बड़ी वार परदेसिया भुले ना भुलाया बड़ी वार परदेसिया जुग जुग जियो मेरे यार परदेसिया जुग जुग जियो मेरे यार परदेसिया। तुसी मैनू एक गल दसो असी अपने बच्चियां दी निक्कियां निक्कियां खुशियां पूरियां करन लई वाह ला दिंदे आ पर जदों जिंदगी दी सब तों वड्डी खुशी देण दा मौका आंदा है तां पिछे हट जांदे आ क्यों रब जाने मेरा कुछ लग दे जरूर तू हो रब जाने मेरा कुछ लग दे जरूर तू पावे मेरी अखां तो हजारा को दूर तू पावे मेरी अखां तो हजारा को दिल विच रहने दिल दार परदेसिया दिल विच रहने दिल दार परदेसिया जुग जुग जियो मेरे यार परदेसिया ओ जुग जुग जियो मेरे यार परदेसिया। माफ़ी चाहना कि मैं तेनू जानदी नू मिल नहीं सकिया पर सच्ची गल तो यह है कि मैं तेनू जानदी नू वेख ही नहीं सी सकता कई बार कहन की कोशिश की पर कह नहीं सकिया है ना आई लव यू। तेरे कोल हुंदे आसी रूहां दियां रौनकां बिना उड गईया जूहा दिया रौनका तेरे बिना सुनी गुलजार परदेसिया तेरे बिना सुनी गुलजार परदेसिया जुग जुग जियो मेरे यार परदेसिया ओ जुग जुग जियो मेरे यार परदेसिया। अज तेरी याद आई पल पल बाद आई भुले ना भुलाया बड़ी वार परदेसिया भुले ना भुलाया बड़ी वार परदेसिया जुग जुग जियो मेरे यार परदेसिया ओ जुग जुग जियो मेरे यार परदेसिया। परदेसी नाल नाखियां लाइए भावें लख टकियां दा होए पर एक गल्लों परदेसी चंगा नाले याद करे नाले रोवे। कुछ लोग तो सारे भुले नहीं जाने गम तो भुलाइए।
ਕਿਹਾ ਤੇਰੇ ਹੀ ਪਰ ਲਿਖ ਦਿੱਤਾ Emma, I love you. तू तो सोचा ना कि मैं तेनू धोखा दे गई हूँ। कुछ दिन मैं तेरे नाल नहीं आई। नहीं सहज, I'm really sorry. I'm so sorry. तेरे डैड बिल्कुल सही कहते हैं। मैं कुछ बन जावा फिर तेन लैन जरूर आऊंगा मैं तेरी वेट करांगी दीदार तेरी कनेडा वाली मासी आ गई ਉਹਨੂੰ ਆਇਆ ਤਾਂ 4 ਦਿਨ ਹੋ ਗਏ ਨੇ ਅੱਛਾ ਨਾਲ ਕੁੜੀ ਵੀ ਆਈ ਉਹਨਾਂ ਦੀ ਯਾਰ ਕੁੜੀ ਤਾਂ ਨਾਲ ਹੀ ਆਉਣਾ ਸੀ ਕਮਲ ਮਾਸੀ ਨੂੰ 4 ਦਿਨ ਹੋ ਗਏ ਤੇ ਤੂੰ ਮਿਲਣ ਵੀ ਨਹੀਂ ਗਿਆ ਓ ਯਾਰ ਮੈਂ ਮਿਲ ਆਉਂਗਾ ਆਪਾਂ ਮੈਂ ਵੀ ਸੋ ਪੰਚਰ ਤੂੰ ਮੈਂ ਕਿਉਂ ਸਾਲਾ ਮੈਂ ਤਾਂ ਤੈਨੂੰ ਸਾਲਾ ਬਣਾਉਣੋਂ ਫਿਰਦਾ ਮੈਂ ਝਾਕੇ ਆਪਣੇ ਸਾਜ ਪਾਬੀ ਕਰਦਾ ਸੀ ਪਿਆਰ ਆਜ ਪਾਬੀ ਮੈਂ ਝਾਕੇ ਆਪਣੇ ਸਾਜ ਪਾਬੀ ਕਰਦਾ ਸੀ ਪਿਆਰ ਆਜ ਪਾਬੀ ਉਹ ਪਿੱਛੋਂ ਦੀ ਕੋਈ ਆ ਕੇ ਨੀ ਪਿੱਛੋਂ ਦੀ ਕੋਈ ਆ ਕੇ ਪੂਰਾ ਸਪਤਕ ਤਾਰ ਗਿਆ ਭਾਬੀ ਜੀ ਮੇਰੇ ਕਹੁੰਦੇ ਦੇ ਕੋਈ ਸਰੀਆ ਮਾਰ ਗਿਆ ਭਾਬੀ ਜੀ ਮੇਰੇ ਕਹੁੰਦੇ ਦੇ ਕੋਈ ਸਰੀਆ ਮਾਰ ਗਿਆ ਭਾਬੀ ਜੀ ਸਰੀਆ ਮਾਰ ਗਿਆ ਭਾਬੀ ਜੀ ਸਰੀਆ ਮਾਰ ਗਿਆ ਸਰੀਆ ਮਾਰ ਗਿਆ ਭਾਬੀ ਜੀ ਸਰੀਆ ਮਾਰ ਗਿਆ ਭਾਬੀ ਜੀ ਸਰੀਆ ਮਾਰ ਗਿਆ।